ਕੋਲੀਆਂ ਦੇ ਵਿੱਚ ਬਹਾਦਰ ਕਹਿੰਦਾ ਮੈਂ ਖਾਣਾ ਨਹੀਂ ਇੱਧਰ, ਇਹਨਾਂ ਨੇ ਬੱਕਰਾ ਜਿਹੜਾ ਆ ਵੱਡੇ ਡੋਂਗੇ 'ਚ ਪਵਾਇਆ ਹੋਇਆ ਹੈ, ਅਤੇ ਉਹ ਬੰਦੇ ਵੀ ਥੱਕ ਗਏ ਆ ਗੇੜੇ ਮਾਰ ਮਾਰ ਕੇ ਵਾਰ ਵਾਰ, ਅਤੇ ਹੁਣ ਕਿੱਦਾਂ ਕੋਲੀ ਉਹਨਾਂ ਨੇ ਕੰਮ ਨਹੀਂ ਕਰਨਾ। ਕਰਦੇ ਕਰਦੇ ਜਿੱਥੋਂ ਅੰਦਰ ਜੀ ਤੰਦੂਰ ਵਾਲਾ ਬੰਦਾ ਹੈ, ਇੱਕ ਬੰਦਾ ਦੱਸ ਕੇ ਗਿਆ ਵੀ ਉਹ ਰੋਟੀਆਂ ਲਾ ਲਾ ਕੇ ਥੱਕ ਗਿਆ ਆ, ਤਾਂ ਪਰ ਬਹਾਦਰ ਨੀ ਥੱਕਿਆ, ਥੱਕਿਆ ਨੀ ਬਹਾਦਰ ਜੀ ਕਿੱਦਾਂ ਬਹਾਦਰ ਜੀ ਟੀਵੀ ਲਾਤਾ ਉਹਨਾਂ ਨੇ ਕਿੱਦਾਂ ਹੁਣ ਨਾਲ ਖਾਂਦੇ ਆ ਖਾਂਦੇ ਆ, ਬਹਾਦਰ ਜੀ ਕਹਿੰਦੇ ਇੰਜੋਇਮੈਂਟ ਵੀ ਚਾਹੀਦੀ ਹੈ। ਕਿੱਦਾਂ ਫਿਲਮ ਫੁਲਮ ਦੀ ਇਹਨਾਂ ਨੇ ਆਪਣੀ ਮਸ਼ਹੂਰੀ ਲਾਉਣੀ ਹੈ, ਮਸ਼ਹੂਰੀਆਂ ਚਲਾਉਂਦੇ ਇਹ ਟੀਵੀ ਤੇ, ਉਹ ਵੀ ਹੈਰਾਨ ਹੈ ਵੀ ਇਹਦੇ ਚ ਪਾ ਦਵਾਂ ਇਹ ਬਹਾਦਰ ਇਹਦੇ ਚ ਪਾ ਕੇ ਕੌਲੀਆਂ, ਕਹਿੰਦਾ ਦੀਵੇ ਆ ਦੀਵੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਅਸੀਂ ਬਹਾਦਰ ਨੂੰ, ਤੁਸੀਂ ਪਹਿਲਾਂ ਵੀ ਅਸੀਂ ਵੀਡੀਓ ਲਾਈਵ ਕੀਤੀ, ਬਹਾਦਰ ਨੂੰ ਅੱਜ ਜਲੰਧਰ ਬਾਰਬੀਕਿਊ ਨੇਸ਼ਨ ਲੈ ਕੇ ਆਏ ਹਾਂ। ਜਲੰਧਰ ਬਾਰਬੀਕਿਊ ਨੇਸ਼ਨ ਬਾਰੇ ਤੁਸੀਂ ਹਰ ਕਿਸੇ ਨੇ ਸੁਣਿਆ ਹੋਊਗਾ ਕਿ ਇੱਥੇ ਅਨਲਿਮਿਟਿਡ ਫੂਡ ਮਿਲਦਾ ਹੈ, ਇੱਕ ਬਫੇ ਮਿਲਦਾ ਹੈ ਜਿਸ ਦੇ ਵਿੱਚ ਅਨਲਿਮਿਟਿਡ ਬਹੁਤ ਸਾਰਾ ਸਨੈਕਸ ਹੈਗੇ ਆ ਉਹ ਮਿਲਦੇ ਆ। ਅੱਜ ਬਹਾਦਰ ਨੂੰ ਅੱਜ ਉਹ ਖਿਲਾਉਣ ਲੈ ਕੇ ਆਏ, ਅਕਸਰ ਹੀ ਤੁਸੀਂ ਬਹਾਦਰ ਦੇਖਿਆ ਹੋਊਗਾ ਕਿ ਜਿਹੜਾ ਲੰਗਰਾਂ 'ਚ ਖਾਂਦਾ ਦੇਖਿਆ ਹੋਊਗਾ। ਅੱਜ ਅਸੀਂ ਜਲੰਧਰ ਦੇ ਬਾਰਬੀਕਿਊ ਨੇਸ਼ਨ ਮਾਡਲ ਟਾਊਨ ਦੇ ਵਿੱਚ ਜਿਹੜਾ ਬਾਰਬੀਕਿਊ ਨੇਸ਼ਨ ਰੈਸਟੋਰੈਂਟ ਹੈਗਾ ਆ ਇੱਥੇ ਲੈ ਕੇ ਆਏ ਹਾਂ, ਤਾਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿਹੜਾ ਕਿਹੜਾ ਫੂਡ ਇੱਥੇ ਮਿਲਦਾ ਆ, ਕੀ ਖਾਣ ਨੂੰ ਮਿਲਦਾ ਆ, ਔਰ ਬਹਾਦਰ ਨੇ ਜਿਹੜੀਆਂ ਚੀਜ਼ਾਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਨਹੀਂ ਖਾਧੀਆਂ ਅੱਜ ਬਹਾਦਰ ਨੂੰ ਉਹ ਚੀਜ਼ਾਂ ਅਸੀਂ ਖਿਲਾਉਣ ਵਾਸਤੇ ਪਹੁੰਚੇ ਹਾਂ। ਤਾਂ ਇੱਧਰ ਬਾਰਬੀਕਿਊ ਨੇਸ਼ਨ ਜਿਹੜਾ ਸੈਟਅਪ ਪੂਰਾ ਕਰ ਦਿੱਤਾ ਗਿਆ ਹੈ, ਤਾਂ ਆਹ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਆਹ ਬਹਾਦਰ ਜੀ ਦਾ ਜਿਹੜਾ ਟੇਬਲ ਆ ਰੈਡੀ ਕਰ ਦਿੱਤਾ ਹੈ ਬਹਾਦਰ ਜੀ ਦਾ, ਆਹ ਇੱਧਰ ਬ੍ਰਦਰ ਸਾਨੂੰ ਸਰਵਿਸ ਦੇਣਗੇ ਹੈ ਨਾ ਅੱਜ ਇੱਥੇ ਜਲੰਧਰ ਦੇ ਬਾਰਬੀਕਿਊ ਨੇਸ਼ਨ ਦੇ ਵਿੱਚ। ਤਾਂ ਵੀਡੀਓ 'ਚ ਬਣੇ ਰਹੋ, ਤਾਂ ਅਨਲਿਮਿਟਿਡ ਫੂਡ ਖਾਣ ਵਾਲਾ ਜਿਹੜਾ ਬਹਾਦਰ ਆ ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਫੂਡ ਖਾ ਲੈਂਦਾ। ਬਹਾਦਰ ਜੀ ਕਿੱਦਾਂ ਦਾ ਲੱਗਦਾ ਇੱਥੇ ਪਹੁੰਚ ਗਿਆ ਜੀ, ਕੀ ਮਹਿਸੂਸ ਕਰਦੇ ਹੋ ਇੱਥੇ ਆ ਕੇ? ਗਰਮੀ ਗੁਰਮੀ ਬਾਹਰ ਜਿੱਦਾਂ ਲੱਗਦੀ ਸੀ, ਅੰਦਰ ਕਿੱਦਾਂ ਦਾ ਮਾਹੌਲ ਹੈ? ਅੱਛਾ, ਅੰਦਰ ਉਹ ਕਿੱਦਾਂ ਵਧੀਆ ਲੱਗਾ ਰੈਸਟੋਰੈਂਟ? ਪਹਿਲਾਂ ਕਦੀ ਗਏ ਤੁਸੀਂ ਇੱਦਾਂ ਦੇ ਰੈਸਟੋਰੈਂਟ 'ਚ? ਇੱਕ ਵਾਰ ਗਿਆ ਸੀ ਦਿੱਲੀ। ਅੱਛਾ, ਹੁਣ ਤੁਹਾਡੇ ਮੂਹਰੇ ਇਹਨਾਂ ਨੇ ਪਲੇਟਾਂ ਲਿਆ ਕੇ ਰੱਖ ਦਿੱਤੀਆਂ ਆ, ਤੇ ਹੁਣ ਦੱਸੋ ਪਹਿਲਾਂ ਕੀ ਖਾਓਗੇ, ਵੈਜ ਖਾਓਗੇ ਜਾਂ ਨਾਨ ਵੈਜ? ਮੈਂ ਦੱਸ ਦਵਾਂ ਜੀ, ਮੈਂ ਦੱਸ ਦਿੰਦਾ ਜੀ, ਬਹਾਦਰ ਨਾ ਸਾਡਾ ਮਤਲਬ ਇਹਦੇ ਲਈ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਵੀ 60-70 ਰੋਟੀਆਂ ਆਮ ਖਾ ਜਾਂਦਾ, ਅਤੇ ਇੱਕ ਦਾਲ ਦੀ ਕਹਿੰਦੇ ਬਾਲਟੀ ਖਾ ਜਾਂਦਾ, ਅਤੇ ਪਾਣੀ ਦੀ ਬਾਲਟੀ ਪੀ ਜਾਂਦਾ, ਅਤੇ ਅੱਜ ਵੀ ਹੁਣ ਇਹ ਇੱਥੇ ਕਹੀ ਜਾਂਦਾ ਵੀ ਰੈਸਟੋਰੈਂਟ 'ਚ ਮੈਨੂੰ ਮੇਰੇ ਭਾਂਡੇ ਲਿਆ ਦਿਓ ਹੈ ਨਾ, ਪਰ ਇੱਥੇ ਅਲਾਓ ਨਹੀਂ ਕਰਦੇ ਹੈ ਨਾ, ਬਾਹਰੋਂ ਆਪਾਂ ਭਾਂਡੇ ਲਿਆ ਨਹੀਂ ਸਕਦੇ, ਅਤੇ ਇਸ ਕਰਕੇ ਤੁਸੀਂ ਜੁੜੇ ਰਹੋ, ਦੇਖਦੇ ਹਾਂ ਕਿ ਅੱਜ ਬਹਾਦਰ ਸਿੰਘ ਕਿੰਨੀਆਂ ਮਤਲਬ ਰੋਟੀਆਂ ਖਾਂਦਾ ਜਾਂ ਕੀ ਖਾਂਦਾ, ਦੇਖਦੇ ਆ। ਬਹਾਦਰ ਕੀ ਖਾਣਾ ਖਾ ਰਹੇ ਹੋ ਤੁਸੀਂ ਪਹਿਲਾਂ? ਹੁਣ ਆਰਡਰ ਦੇ ਦਿੰਦੇ ਹਾਂ, ਕਹਿੰਦਾ ਪਲੇਟਾਂ ਜੁੜ ਜੋੜੀਆਂ ਆ, ਵੱਡੀਆਂ ਪਲੇਟਾਂ ਚਾਹੀਦੀਆਂ? ਵੱਡੀ ਹੈ ਨਹੀਂ ਨਾ, ਕੋ ਆਹੀ ਆ ਨਹੀਂ, ਵੱਡੀਆਂ ਨਹੀਂ ਪਲੇਟਾਂ ਆਹੀ ਆ ਇਹਨਾਂ ਕੋਲ, ਇਹਨਾਂ 'ਚ ਇਹਨਾਂ ਨੇ ਸਰਵਿਸ ਦੇਣੀ ਆ। ਆਪਣਾ ਲਿਆਉਣ ਨਹੀਂ ਦੇਣਾ? ਨਹੀਂ ਆਪਣਾ ਲਾਉ ਨਹੀਂ ਕਰਦਾ, ਬਾਹਰੋਂ ਲਿਆ ਨਹੀਂ ਸਕਦੇ ਨਾ ਆਪਾਂ ਆਪਣਾ। ਹਾਂ ਹਾਂ, ਪਰ ਇੱਥੇ ਆਪਣਾ ਹੀ ਜਿਹੜਾ ਹੈ ਨਾ ਉਹ ਖਾਣਾ ਪੈਣਾ ਹੈ। ਹੁਣ ਪਹਿਲਾਂ ਸਭ ਤੋਂ ਪਹਿਲਾਂ ਬਹਾਦਰ ਜੀ ਕੀ ਖਾਓਗੇ ਤੁਸੀਂ, ਕੀ ਪੀਓਗੇ? ਕਿਹੜਾ ਕਿਹਾ ਹੁਣ, ਪਾਣੀ ਤਾਂ ਪੀਤਾ, ਪਾਣੀ ਪੀਤਾ,
ਤੰਦੂਰ ਲਾਤਾ ਜਿਦਾਂ ਆਪਾਂ ਤੰਦੂਰੀ ਦੇਖਦੇ ਆ ਨਾ ਚਿਕਨ ਵਗੈਰਾ ਹੁੰਦਾ ਇਹਦੇ ਵਿੱਚ ਇਹਨਾਂ ਨੇ ਕੋਲੇ ਪਾਏ ਹੋਏ ਆ ਇਹ ਕੋਲੇ ਪਾਏ ਹੋਏ ਆ ਵੀ ਇਹਦੇ ਵਿੱਚ ਆਪਣਾ ਫੂਡ ਜਿਹੜਾ ਹੈ ਨਾ ਗਰਮ ਰਹੂਗਾ ਬਹਾਦਰ ਜੀ ਇਹ ਚ ਆਪਣਾ ਫੂਡ ਹੁਣ ਗਰਮ ਰਹਿਣਾ ਇਹਨਾਂ ਨੇ ਹੈ ਨਾ ਬਾਰਬੀਕਿਊ ਨੇਸ਼ਨ ਵਾਲਿਆਂ ਨੇ ਇੱਥੇ ਲਿਆ ਕੇ ਨਹੀਂ ਇਹ ਆਪੇ ਗਰਮ ਹੋਈ ਜਾਣੇ ਕੋਲੇ ਆਪ ਹੀ ਮਗੀ ਜਾਣੇ ਇਹ ਆਟੋਮੈਟਿਕਲੀ ਮਗੀ ਜਾਣੇ ਆ ਦੇਖੋ ਇੱਥੇ ਹੱਥ ਰੱਖ ਕੇ ਕਿੰਨਾ ਸੇਕਾ ਮਾਰਦਾ ਹੈ ਇਹਨਾਂ ਨੇ ਲਿਆ ਕੇ ਰੱਖ ਦਿੱਤਾ ਹੈ ਕੋਲਡ ਡਰਿੰਕ ਵੀ ਲੈ ਕੇ ਆਉਣਗੇ ਹੁਣ ਬਈ ਕੋਲਡ ਡਰਿੰਕ ਕਿੰਨਾ ਟਾਈਮ ਲੱਗਣਾ ਚਲੋ ਨੇ ਲਾਉਣਾ ਲਓ ਜੀ ਬੰਦ ਹੀ ਕਰ ਦਿੱਤਾ ਉਹਨਾਂ ਨੇ ਵਧੀਆ ਦਾ ਗੱਲਬਾਤ ਸੁਣੀ ਤੇ ਹਾਂ ਇਹ ਤਾਂ ਹੈ ਗੱਲਬਾਤ ਸੁਣਨੀ ਚਾਹੀਦੀ ਮੇਰੀ ਗੱਲਬਾਤ ਸੁਣਨੀ ਚਾਹੀਦੀ ਆ ਹਾਂਜੀ ਇੱਕ ਜਿਹੜੀ ਲੱਸੀ ਹੁੰਦੀ ਹੈ ਨਾ ਲੱਸੀ ਮਿੱਠੀ ਲੱਸੀ ਵਿੱਚ ਮਿੱਠਾ ਪਾਇਆ ਹੁੰਦਾ ਉਹਦੇ ਉਹ ਵੀ ਬਹੁਤ ਵਧੀਆ ਲੱਗਦੀ ਇਹ ਲੱਸੀਆਂ ਤਾਂ ਬਹਾਦਰ ਜੀ ਢਾਬਿਆਂ ਢੂਬਿਆਂ ਤੇ ਰਹਿ ਜਾਂਦੀਆਂ ਇਹ ਹੈਗਾ ਰੈਸਟੋਰੈਂਟ ਵਧੀਆ ਚੀਜ਼ਾਂ ਮਿਲਣਗੀਆਂ ਉਹ ਲੱਸੀਆਂ ਤਾਂ ਯਾਰ ਬਹੁਤ ਪੀਤੀਆਂ ਹੋਣੀਆਂ ਅੱਜ ਜਿਹੜੀਆਂ ਚੀਜ਼ਾਂ ਨਹੀਂ ਖਾਧੀਆਂ ਉਹ ਖਾਓ ਤੁਸੀਂ ਰੋਜ ਦਾ ਕੰਮ ਆ ਉਹਨਾਂ ਨੂੰ ਫਾਰਮੂਲਾ ਆਉਂਦਾ ਉਹਨਾਂ ਨੇ ਉਹ ਚੀਜ਼ ਖਿਲਾ ਦੇਣੀ ਪਨੀਰ ਲਿਆ ਕੇ ਖਿਲਾ ਦੇਣਾ ਜਿਹਨਾਂ ਆਪਣਾ ਮਨ ਭਾਰਾ ਭਾਰਾ ਹੋਣ ਲੱਗ ਪਵੇ ਹੈ ਨਾ ਉਹਨਾਂ ਦਾ ਵੀ ਰੂਟੀਨ ਦਾ ਕੰਮ ਆ ਉਹ ਦੇਖੋ ਗੱਲ ਕੀਤੀ ਉਹ ਭਾਜੀ ਹੱਸਣ ਲੱਗ ਪਏ ਉਹਨਾਂ ਨੂੰ ਪਤਾ ਵੀ ਡੇਲੀ ਇੱਥੇ ਪਤਾ ਨੀ ਕਿੱਦਾਂ ਕਿੱਦਾਂ ਦੇ ਬੰਦੇ ਹੁੰਦੇ ਆ ਬਾਥਰੂਮ ਹੈਗਾ ਬਾਥਰੂਮ ਵੀ ਕਰਾ ਕੇ ਲਿਆਵਾਂਗੇ ਉੱਥੇ ਹੈਗਾ ਲਾਗੇ ਹੀ ਆ ਬਾਥਰੂਮ ਜਾਣਾ ਤਾਂ ਨੀ ਬਾਥਰੂਮ ਥੋੜੀ ਦੂਰ ਆ ਜਾਂ ਥੋੜਾ ਖਾ ਪੀ ਕੇ ਫੇਰ ਚੱਲ ਜਾਓ ਆਪਣੇ ਸਰਵਿਸ ਕਰਦੇ ਆ ਹਨਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਬਾਈ ਜੀ ਕੀ ਹਾਲ ਚਾਲ ਠੀਕ ਹੋ ਹਿਮਾਚਲ ਸੇ ਜੀ ਯਹੀ ਸੇ ਅੱਛਾ ਯੂਪੀ ਸੇ ਠੀਕ ਹੈ ਇਹ ਬ੍ਰਦਰ ਆਪਣੇ ਸਰਵਿਸ ਕਰ ਰਹੇ ਨੇ ਜਿਹੜੇ ਹਨਾ ਆਹ ਬਾਈ ਇੱਧਰ ਟਿਸ਼ੂ ਜਿਹੜੇ ਸੈੱਟ ਕਰ ਰਹੇ ਨੇ ਅਤੇ ਫੇਸ 'ਤੇ ਸਮਾਈਲ ਦੇਖੋ ਇਹਨਾਂ ਦੇ ਮੰਗਲ ਆ ਇਹਨਾਂ ਦਾ ਨਾਮ ਅਤੇ ਅੱਜ ਹੈ ਨਾ ਆਹ ਇੱਥੇ ਗੋਲ ਗੱਪੇ ਦੇਖ ਸਕਦੇ ਹੋ ਤੁਸੀਂ ਅਨਲਿਮਿਟਿਡ ਫੂਡ ਹੈ ਇੱਥੇ ਕੁਆਲਿਟੀ ਵਾਈਜ਼ ਨੰਬਰ 1 ਆ ਇਹ ਨਾ ਬਾਰਬੀਕਿਊ ਨੇਸ਼ਨ ਤਾਂ ਆਹ ਇੱਧਰ ਸਨੈਕਸ ਆ ਗਿਆ ਸ਼ੁਰੂਆਤ ਹੋ ਗਈ ਆ ਬਹਾਦਰ ਜੀ ਵਾਸਤੇ ਇਹ ਬਾਈ ਜੀ ਵਿਜੇ ਕੁਮਾਰ ਆ ਇਹ ਸਰਵਿਸ ਦੇਣ ਅੱਜ ਪਹੁੰਚੇ ਨੇ ਬਹਾਦਰ ਜੀ ਨੂੰ ਅਤੇ ਆ ਸਾਰੇ ਆ ਇੱਧਰ ਮਨਦੀਪ ਭਾਅ ਜੀ ਬੈਠੇ ਇੱਧਰ ਆਪਣੇ ਇਹ ਬਾਈ ਜੀ ਹੁਣੀ ਇੱਥੇ ਰੱਖਣਗੇ ਤਾਂ ਰਸਕੋ ਪਾਇਆ ਜੀ ਜਿਹਨਾਂ ਬੰਦੇ ਦਾ ਮਨ ਭਰ ਜਾਵੇ ਠੀਕ ਹੈ ਨਾ ਵੀ ਢਿੱਡ ਭਰ ਜਾਵੇ ਚਿਕਨ ਵਗੈਰਾ ਹੈ ਨਾ ਇਹ ਬਾਅਦ ਚ ਲੈ ਕੇ ਆਉਂਦੇ ਆ ਜਾਂ ਮਟਨ ਦੀ ਗੱਲ ਕਰ ਲਈਏ ਮਟਨ ਵਗੈਰਾ ਇਹਨਾਂ ਨੇ ਬਾਅਦ ਚ ਲੈ ਕੇ ਆਉਣਾ ਹੁੰਦਾ ਆ ਤੇ ਹੋਰ ਵੀ ਤੁਹਾਨੂੰ ਇੱਧਰ ਚੀਜ਼ਾਂ ਦਿਖਾ ਦਿੰਦੇ ਆ ਆਹ ਇੱਧਰ ਸਾਰਾ ਡਾਇਨਿੰਗ ਏਰੀਆ ਆਇਆ ਇਹ ਇੱਧਰ ਇਹ ਸਭ ਕੁਛ ਰੈਡੀ ਕਰਦੇ ਨੇ ਆਹ ਜਿਹੜਾ ਬਫੇ ਆ ਮਤਲਬ ਅਸੀਂ 12 ਵਜੇ ਦੇ ਕਰੀਬ ਸ਼ੁਰੂਆਤ ਹੁੰਦੀ ਹੈ ਅਸੀਂ ਇੱਥੇ ਪਹੁੰਚ ਗਏ ਹਾਂ ਹੁਣ ਅਤੇ ਆਹ ਸਾਰੀਆਂ ਚੀਜ਼ਾਂ ਇੱਧਰ ਬਫੇ ਲੱਗਾ ਅਨਲਿਮਿਟਿਡ ਫੂਡ ਆ ਜਿੰਨਾ ਮਰਜ਼ੀ ਤੁਸੀਂ ਇੱਥੇ ਖਾ ਸਕਦੇ ਹੋ ਇੱਧਰ ਡੈਜ਼ਰਟ ਦੇ ਵਿੱਚ ਤੁਹਾਨੂੰ ਦਿਖਾ ਦਈਏ ਡੈਜ਼ਰਟ ਦੇ ਵਿੱਚ ਇੱਧਰ ਆਈਸ ਕ੍ਰੀਮ ਹੈਗੀ ਆ ਆਪਣਾ ਅਤੇ ਜਿਹੜਾ ਹਲਵਾ ਆ ਮੂੰਗ ਦਾਲ ਇਹ ਹਲੇ ਸੈਟਅਪ ਕਰ ਰਹੇ ਨੇ ਇੱਧਰ ਮੈਨੇਜਰ ਸਾਹਿਬ ਇੱਧਰ ਰੱਖ ਰਹੇ ਨੇ ਚਮਚੇ
ਤੇ ਸੈਟਿੰਗ ਕਰ ਰਹੇ ਨੇ ਸਮਾਈਲ ਦੇਖ ਲਓ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਬਾਰਬੀਕਿਊ ਨੇਸ਼ਨ ਦੀ ਇੱਥੇ ਹੈ ਨਾ ਇਹਨਾਂ ਦੇ ਫੇਸ 'ਤੇ ਸਮਾਈਲ ਜ਼ਰੂਰ ਰਹਿੰਦੀ ਹੈ ਕਿਉਂਕਿ ਜਿੱਦਾਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਆਪਾਂ ਗੈਸਟ ਬਤੌਰ ਆਪਾਂ ਗੈਸਟ ਜਾਂਦੇ ਹਾਂ ਤਾਂ ਹਰ ਕਿਸੇ ਨੂੰ ਆਪਾਂ ਜੇਕਰ ਪਿਆਰ ਦੇ ਨਾਲ ਪੇਸ਼ ਨਹੀਂ ਹੁੰਦੇ ਤਾਂ ਅਗਲਾ ਗੁੱਸਾ ਕਰ ਜਾਂਦਾ ਹੈ ਪਰ ਜਿਹੜੇ ਬਾਰਬੀਕਿਊ ਨੇਸ਼ਨ ਦਾ ਸਟਾਫ ਆ ਇਹ ਹਰ ਕਿਸੇ ਦੇ ਨਾਲ ਸਮਾਈਲ ਦੇ ਨਾਲ ਜ਼ਰੂਰ ਪੇਸ਼ ਹੁੰਦਾ ਹੈ ਅਤੇ ਆ ਜਿਹੜੇ ਅੱਜ ਬਹਾਦਰ ਜੀ ਆ ਇਹਨਾਂ ਨੂੰ ਇਹਨਾਂ ਨੇ ਇਹ ਨਹੀਂ ਮਹਿਸੂਸ ਕਰਵਾਇਆ ਕਿ ਵੀ ਇਹ ਗਰੀਬ ਬੰਦਾ ਆ ਜਾਂ ਕੁਛ ਵੀ ਇਹਨਾਂ ਦਾ ਨਜ਼ਰੀਆ ਇਹ ਸੀਗਾ ਵੀ ਸਾਡੇ ਜਿੱਦਾਂ ਦੇ ਬਾਕੀ ਗੈਸਟ ਹੁੰਦੇ ਆ ਉਹ ਉਸੇ ਤਰ੍ਹਾਂ ਇਹ ਬਹਾਦਰ ਜੀ ਇੱਥੇ ਆਏ ਨੇ ਅਤੇ ਇੱਧਰ ਸੈਟਅਪ ਸਟਾਰਟ ਹੋ ਗਿਆ ਆ ਬਹਾਦਰ ਜੀ ਦਾ ਅਤੇ ਇੱਧਰ ਆਹ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਸਿੱਖਾਂ ਜੀ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਹਲੇ ਰੋਟੀਆਂ ਬਾਅਦ 'ਚ ਹੋਣੀਆਂ ਪਹਿਲਾਂ ਮੁਰਗਾ ਮੁਰਗਾ ਆਉਣਾ ਹਾਂ ਚਲੋ ਬਹਾਦਰ ਜੀ ਸ਼ੁਰੂ ਕਰੋ ਇਹ ਕੀ ਆ ਇਹ ਚਿਕਨ ਨਹੀਂ ਲੱਗਦਾ ਇਹ ਮੱਛੀ ਆ ਸਰ ਇਹ ਫਿਸ਼ ਨਹੀਂ ਬਹਾਦਰ ਜੀ ਨੂੰ ਸਰਵਿਸ ਦੇ ਰਹੇ ਨੇ ਆਪਣੇ ਭਾਜੀ ਹੁਣੇ ਨੈਪਕਿਨ ਦੇ ਦਿਓ ਆਹ ਰੱਖ ਦਿੱਤਾ ਜੀ ਚਮਚਾ ਚਮਚੇ ਭੈੜੇ ਹੀ ਹੁੰਦੇ ਵੈਜ ਭਾਜੀ ਆਹ ਕੌਨ ਵਗੈਰਾ ਬਿਨਾਂ ਲੈ ਕੇ ਆਓ ਯਾਰ ਅਸੀਂ ਪਹਿਲਾਂ ਵੀ ਆਏ ਮੇਰਾ ਭਰਾ ਫਾਰਮੂਲਾ ਨਾਲ ਅਸੀਂ ਕਮਾਲ ਖਾਣਾ ਕੁਆਲਿਟੀ ਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਫਾਰਮੂਲਾ ਲਾਈ ਜਾਂਦੇ ਬਹਾਦਰ ਕਹਿੰਦਾ ਚਮਚੇ ਇੱਦਾਂ ਦੇ ਹੁੰਦੇ ਆ ਕਹਿੰਦਾ ਚਮਚੇ ਹੋਰ ਲੈ ਕੇ ਆਓ ਆਹ ਸ਼ੁਰੂਆਤ ਕਰ ਦਿੱਤੀ ਹੈ ਜੀ ਬਹਾਦਰ ਜੀ ਨੇ ਆਹ ਹੋ ਗਈ ਸ਼ੁਰੂਆਤ ਬਹਾਦਰ 70 ਰੋਟੀਆਂ ਦੇ ਮੰਗਾ ਦੋ ਮਤਲਬ ਘੱਟੋ ਘੱਟ 15-20 ਮੱਛੀਆਂ 15-20 ਫਿਸ਼ ਲਓ ਜੀ ਸ਼ੁਰੂਆਤ ਹੋ ਗਈ ਹੈ ਬਹਾਦਰ ਜੀ ਦੀ ਲਓ ਜੀ ਜਿਹੜੇ ਜਿਹੜੇ ਦੋਸਤ ਦੇਖਦੇ ਆ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਜੀ ਬਹਾਦਰ ਜੀ ਨੂੰ ਅੱਜ ਅਸੀਂ ਜਲੰਧਰ ਲੈ ਕੇ ਆਏ ਹਾਂ ਸੈਟਅਪ ਹੋ ਗਿਆ ਰੈਡੀ ਚਲੋ ਭਾਜੀ ਆਪਾਂ ਵੀ ਸ਼ੁਰੂਆਤ ਕਰੀਏ ਨਾਲ ਦੀ ਨਾਲ ਲਕੋਲ ਕੋ ਕੇ ਕੋਈ ਗੱਲ ਨਹੀਂ ਤੁਸੀਂ ਕੱਢੀ ਚੱਲੋ ਆਹ ਜੀਂਗਾ ਆ ਆਹ ਜਿੰਨੇ ਦੋਸਤ ਵੀਰ ਭਰਾ ਦੇਖ ਰਹੇ ਨੇ ਆਹ ਹੈਗਾ ਜੀਂਗਾ ਜੀਂਗਾ ਤੁਸੀਂ ਸੁਣਿਆ ਹੋਊਗਾ ਹੈ ਨਾ ਅੱਜ ਬਹਾਦਰ ਜੀ ਨੂੰ ਜੀਂਗਾ ਵੀ ਖਿਲਾਉਂਗੇ ਬਹਾਦਰ ਜੀ ਜੀਂਗਾ ਨਹੀਂ ਖਾਣਾ ਅੱਛਾ ਟੱਕ ਪਾਏ ਆ ਉਹਨਾਂ ਨੂੰ ਇਹ ਕੱਲਾ ਇਹੀ ਨੀ ਨਾ ਨੀ ਰੱਜਣਾ ਬਾਅਦ ਰੋਟੀਆਂ ਵੀ ਖਾਣੀਆਂ ਰੋਟੀਆਂ 60-70 ਖਾਣੀਆਂ ਬਾਅਦ ਬਹਾਦਰ ਜੀ ਨੋਨ ਵੈਜ ਮੁਰਗੇ ਦੀ ਲੱਤ ਹੈਨਾ ਲਓ ਜੀ ਮੁਰਗੇ ਦੀ ਲੱਤ ਆ ਗਈ ਹੈ ਬਹਾਦਰ ਜੀ ਦੇ ਕੋਲ ਤੇ ਕਿੱਦਾਂ ਬਹਾਦਰ ਜੀ ਕਹਿ ਰਹੇ ਸੀ ਇਹਨੂੰ ਤੇਜ਼ ਕਰੋ ਜਿਹੜੇ ਦੋਸਤ ਹੁਣ ਜੁੜੇ ਆ ਉਹਨਾਂ ਨੂੰ ਦੁਬਾਰਾ ਦੱਸ ਦਈਏ ਕਿ ਇਹ ਸਾਹਮਣੇ ਬਾਈ ਜਿਹੜੇ ਬੈਠੇ ਇਹਨਾਂ ਦਾ ਨਾਂ ਹੈਗਾ ਬਹਾਦਰ ਤੇ ਆਮ ਇਹਨਾਂ ਬਾਰੇ ਮਸ਼ਹੂਰ ਆ ਕਿ 70 ਰੋਟੀਆਂ ਖਾ ਜਾਂਦੇ ਆ ਤੇ ਇੱਕ ਦਾਲ ਦੀ ਬਾਲਟੀ ਪੀ ਜਾਂਦੇ ਆ ਤੇ ਪਾਣੀ ਦੀ ਬਾਲਟੀ ਪੀ ਜਾਂਦੇ ਆ ਤੇ ਅੱਜ ਆਪਾਂ ਇਹਨਾਂ ਨੂੰ ਲੈ ਕੇ ਆਏ ਆ ਜਲੰਧਰ ਬਾਰਬੀਕਿਊ ਨੇਸ਼ਨ ਤੇ ਦੇਖਦੇ ਆ ਬਾਰਬੀਕਿਊ ਨੇਸ਼ਨ ਵਾਲਿਆਂ ਨੂੰ ਬਫੇ ਦੇ ਵਿੱਚ ਕਿੰਨਾ ਕੁ ਘਾਟਾ ਪਾਉਂਦੇ ਇੱਥੇ ਕਿੰਨੇ ਕੁ ਦਾ ਫੂਡ ਖਾ ਕੇ ਜਾਂਦੇ ਆ
ਕੋਕ ਮਗਾਇਆ ਨਹੀਂ ਮੈਂ ਵੀ ਜੀਤੋ ਇਧਰ ਆਈਸ ਟੀ ਸਰ ਇਧਰ ਕੋਕ ਫ੍ਰੈਸ ਲਾਈਟ ਆਈਸ ਟੀ ਪ੍ਰੈਸਟੈਂਸ ਕਰਸ अच्छा बांटे वाला ओ नहीं ओ नहीं होता बहादुर देख लो जी इथे आके भी बांटे वाला थोड़ा बांटे वाला बत्ता मंगला ये तो कीड़े वाला भी होता सी हां हां जापी ने ता खोलदा पाजी ले साइज से कर दियो यार आइस की काटे आइस से ज्यादा है विच आ दसे ने मैं बके होए गई होना चिकन का गेदा बहादुर मुर्गा बकरा रोज खाने खाओ महाराज अज जो मौका मिले फिर दस दी जी सामने बाई जी बैठे इन्हों का ना है बहादुर आम मशहूर चैनल देखा होना सत्तर रोटियां खा जाते एक पानी की बाल्टी पी जाते एक दाल की बाल्टी के करीब खा जाते हैं अज आप इन्होंने जलंधर बारबेक्यू नेशन लैके आए हैं देखते हैं किन्ना तो अनलिमिटेड फूड यह खाते हैं तो किन्ना का बारबेक्यू नेशन वाले घाटा पाते हैं तो आप फिर दिखा दिए जी इन्होंने सामने तंदूर रख दिता है जी साढ़े तो इतने सामने सारा कुछ गर्म हो रहा तो ना ही रेडी हो रहा तो पर बहादुर की डिमांड है कि मैं मुर्गा वो लिया के दो जिसे हड्डी ना हो लत्तां लुत्तां नहीं कहता मैं खानियाँ है लत्ता नहीं खांदा और यार आ गया बहादुर चमचे चुमचे रख दिते बहादुर सिंह आ गया बहादुर सिंह आ गया फॉर्म दे विच बहादुर ने चमचे चुमचे रख दिते साइड ते हेलो बहादुर जी स्वाद कि लग रहा स्वाद नंबर वन आ इन छत्ती आइटम रखी उन्होंने मोहरे हजे होर भी लिया देखो इन्हों चो चको तो बहुत है जिन्ना मर्जी खाओ इच नहीं है तु भी खा लो आह मच्छी है मच्छी खा लो ए मुर्गा मुर्गा रखना चक लो खिंच लो ये ला लो इत रख लो ये भी मुर्गा है ਇੱਥੇ ਰੱਖ ਦਿਓ ਆਪੀ ਉਹਨਾਂ ਨੇ ਲੈ ਜਾਣਾ ਚੱਕ ਕੇ ਚਲੋ ਕੋਈ ਨਹੀਂ ਮੈਂ ਇੱਕ ਲਾਈਵ ਕੀਤਾ ਤੇ ਉਹ ਫੇਰ ਤੇ ਕਰੀ ਤੇ ਬਾਰਵੀਂ ਕਮਿਸ਼ਨ ਬੈਠੇ ਆ ਉਹ ਬਚ ਗਿਆ ਸੀ ਓਕੇ 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 ਨਾ ਹੋ ਜੀ
फीडबैक लेना भी जरूरी है क्योंकि जेकर आप मतलब किसी ने वधिया डील करूंगे तां ही दोबारा लोग साडे कोल आणगे इन्हां दा सुभाव बहुत वधिया बंदिया दा ਹੋਰ ਜਿੰਨੇ ਮਰਜ਼ੀ ਮਗਾਓ ਜਿੰਨੇ ਮਰਜ਼ੀ ਨਹੀਂ ਇਹਦੇ 'ਚ ਨਹੀਂ ਹੋਰ ਮਗਾ ਲੈਂਦੇ ਕਿੱਦਾਂ ਕੋਈ ਨਹੀਂ ਕੋਈ ਨਹੀਂ ਬਾਦਰ ਐ ਅਸਲ ਮੇਨ ਮੁੱਖ ਮਹਿਮਾਨ ਤੂੰ ਆ ਨਹੀਂ ਨਹੀਂ ਇਹ ਚੀਜ਼ ਦਾ ਖਾਂਦਾ ਨਹੀਂ ਨਾ ਫਿਰ ਇੱਦਾਂ ਦਾ ਮੈਂ ਠੰਡਾ ਹੁੰਦਾ ਹੋ ਨਾ ਖਾ ਲਓ ਤੁਸੀਂ ਉਹ ਠੰਡਾ ਹੋ ਗਿਆ ਉਹਨਾਂ ਨੇ ਗਰਮ ਹੋਰ ਦੇ ਦੇਣਾ ਜਿੰਨਾ ਮਰਜ਼ੀ ਖਾਓ ਨਹੀਂ ਨਹੀਂ ਤੁਹਾਡੇ ਹੀ ਨਹੀਂ ਆ ਇਹ ਤੁਸੀਂ ਖਾ ਲਓ ਬਾਈ ਜੀ ਕਹਿੰਦੇ ਆ ਵੀ ਘਾਟਾ ਪਾਉਣ ਦੇ ਚੱਕਰ 'ਚ ਗਰੀਬ ਨਾ ਮਾਰ ਦਿਓ ਬਾਈ ਜੀ ਜਿਹੜਾ ਕਮੈਂਟ ਆਇਆ ਤਲਵਿੰਦਰ ਭਾਜੀ ਦਾ ਬੈਨੀਪਾਲ ਸਾਹਿਬ ਇਹ ਜਿਹੜੇ ਬਾਈ ਦੀ ਆ ਸਾਹਮਣੇ ਬੈਠੇ ਆ ਇਹਨਾਂ ਦੇ ਲਈ ਮਸ਼ਹੂਰ ਆ ਇਹ 70 ਰੋਟੀਆਂ ਦੇ ਕਰੀਬ ਖਾ ਜਾਂਦੇ ਆ ਤੇ ਕਹਿੰਦੇ ਜੇ ਕਿਤੇ ਮੈਨੂੰ ਲਾਲਿਆਂ ਦੇ ਘਰ ਲੈ ਜਾਓ ਉਹਨਾਂ ਦੀਆਂ ਰੋਟੀਆਂ ਤਾਂ ਬਹੁਤ ਬਰੀਕ ਬਰੀਕ ਹੁੰਦੀਆਂ ਤਾਂ ਕਹਿੰਦਾ ਮੈਂ 100 ਦੇ ਪਾਰ ਕਰ ਸਕਦਾ 3 ਕਿਲੋ ਜਲੇਬੀਆਂ ਖਾਧੀਆਂ ਮੈਂ ਦੇ ਲਓ 3 ਕਿਲੋ ਜਲੇਬੀਆਂ ਬੰਦੇ ਜਿਹੜੇ ਖਾਂਦੇ ਸੀ ਉਹ ਗੱਲਾਂ ਕਰਦੇ ਹੁੰਦੇ ਸੀ ਕਿ 3-3 ਕਿਲੋ ਖਾਏ ਅੱਛਾ ਇਹ ਦੇ ਲਓ 3-3 ਕਿਲੋ ਲਈ ਹੈ ਜੀ ਚਾਲ ਭਰੇ ਘਰ ਘੰਟੇ ਜੀ ਗਿਆ ਬਸ ਇਹਦੇ ਤੇ ਘਰ ਘਰ ਬਣ ਰਹੀ ਸੀ ਉਹ ਲੈ ਆ ਮੈਂ ਖਾਈ ਗਿਆ ਹਾਂ अच्छा 3 किलो बहादुर जी खाओगे झींगा झींगा मच्छी होंगी एक छोटे छोटे भाजी एक झींगा ले आओ और फिश ले आओ आ दे झींगा आ दे दिखाओ जरा अच्छा झींगा नहीं खाना ये महंगी मच्छी है सारे नालों ये सब तो महंगा होता है 1000 रुपए किलो होता है फिश बहादुर अज जोर दिखा दे अपना पूरा लो जी अड़कार होने लग पे कदों अच्छा लो जी बहादुर दुआले हो गया कहता लै गए तो इतो तू गला मारी जाना ਹਾਂਜੀ ਭਾਜੀ ਬਿਲਕੁਲ ਬਹਾਦਰ ਜੀ ਦੀ ਉਹ ਸਰਵਿਸ ਕਰ ਰਹੇ ਹਨ ਜਿੱਦਾਂ ਬੰਦੇ ਬਹਾਦਰ ਜੀ ਉਹਨਾਂ ਨੂੰ ਕਹਿੰਦੇ ਵੀ ਲੈ ਗਿਆ ਇੱਥੇ ਸੀਖ ਜੀ ਕਮਾਈ ਜਾਂਦਾ ਪੇਜ ਕੱਸ ਜੇ ਇਹ ਬਹਾਦਰ ਜੀ ਕੀ ਗੱਲ ਇਹ ਬੰਦੇ ਮਤਲਬ ਸਰਵਿਸ ਨਹੀਂ ਸਹੀ ਦਿੰਦੇ ਜਦ ਵੀ ਫੋਨ ਕਰੋ ਕਹਿੰਦੇ ਸੰਗ ਥੇਈ ਆਈ ਨਹੀਂ ਹੋਰ ਇਹ ਗੱਲ ਕਰੀ ਜਾਂਦਾ ਪਟਾਵੇ ਦੱਸਦਾ ਆ ਨਹੀਂ ਆਹ ਗੱਲ ਕਰੋ ਜਿਹੜੀ ਆਪਾਂ ਪੁੱਛਦੇ ਆ बादल जी कहते नैपकिन डब्बा लिया ਡੱਬਾ ਲੈ ਆਉਂਦੇ ਪਹਿਲਾਂ ਆ ਤਾਂ ਵਰਤੋ ਇਹ ਵੱਡੇ ਆ ਇਹ ਛੋਟੇ ਥੋੜੋ ਦੁਕਾਨਾਂ ਤੋਂ ਜਿਹੜੇ ਮਿਲਦੇ ਆ ਐਡਾ ਵੱਡਾ ਤਾਂ ਨੈਪਕਿਨ ਨਹੀਂ ਦੇਖਦਾ ਦੋ ਕਲਰ ਲਿਆਂਦੇ ਤੇ ਲਿਆਂਦਾ ਨਹੀਂ ਉਹਨੇ ਕਿਹਾ ਸੀ ਅੱਛਾ ਚਾਰ ਨੈਪਕਿਨਾਂ ਦਾ ਇੱਕ ਪੰਜ ਨੈਪਕਿਨ ਬਹੁਤ ਨੈਪਕਿਨ ਬਹੁਤ ਆ ਬੋਲਾਂਗੇ ਇਤਨੇ ਵੱਡੇ ਬਾਦਰ ਲਿਆ ਕੇ ਤਾਂ ਦੇ ਤੂੰ ਬਾਦਰ ਬਾਦਰ ਇੱਧਰ ਤੇਰੀ ਤੇਰੀ ਹੌਸਲਾ ਵਜਾਈ ਲਈ ਕਮੈਂਟ ਆ ਰਿਹਾ ਆ ਨੋਨੂ ਜੜਿਆਲਾ ਬਾਈ ਦਾ ਕਹਿੰਦਾ ਬਾਦਰਾ ਚੱਕ ਦੇ ਫੱਟੇ ਇੱਜ਼ਤ ਦਾ ਸਵਾਲ ਆ ਅੱਜ ਹਾਂ ਨਵੇਂ ਦਾ ਲਿਆ ਦੋ ਕਰ ਇਹ ਨਹੀਂ ਇਹ ਬਾਜੀ ਇਨਕੋ ਰੋਕ ਹਰਿੰਦਰਪਾਲ ਜੀ ਇਹਨਾਂ ਦੀ ਖਾਣ ਦੀ ਸਪੀਡ ਜਿੱਦਾਂ ਸਲੋ ਆ ਇਸੇ ਕਰਕੇ ਇਹ ਬਹੁਤ ਜ਼ਿਆਦਾ ਜਿੱਦਾਂ ਖਾ ਜਾਂਦੇ ਹਨ ਬਾਂਕਾ ਬਾਜੀ ਕਹਿੰਦਾ ਬਾਂਕੇ ਬਾਜੀ ਸਹੀ ਆ ਜੀ ਸਹੀ ਆ ਚੱਕ ਦੇ ਕੰਮ ਨੂੰ
ਆ ਇੱਕੋ ਹੀ ਬਹਾਦਰ ਦਾ ਸਟਾਈਲ ਚਾਂਚੇ ਚੁੰਚੇ ਵਗੈਰਾ ਸਾਈਡ ਤੇ ਰੱਖ ਦਿੱਤੇ ਬਹਾਦਰ ਜੀ ਨੇ ਸ਼ੁਰੂਆਤ ਕੀਤੀ ਇਹਨਾਂ ਨੇ ਬਹੁਤ ਸਾਰੀਆਂ ਆਈਟਮ ਇੱਥੇ ਮਿਲਦੀਆਂ ਜੀ ਬਾਦਰ ਜੀ ਟੇਸਟ ਕਿੱਦਾਂ ਦਾ ਸਵਾਦ ਲੂਣ ਘੱਟ ਆ ਆ ਮਿਰਚਾਂ ਵਾਲੀ ਚਟਨੀ ਪਾ ਲਓ ਆ ਲਓ ਚਟਨੀ ਕਹਿੰਦੇ ਚਟਨੀ ਕਰਨ ਆ ਲਓ ਭਾਦਰ ਜੀ ਚਟਨੀ ਪਾ ਕੇ ਖਾਓ ਗਰਮੇਰ ਰਾਮ ਜੀ ਕਮੈਂਟ ਕਰਦੇ ਪਏ ਚੱਕਦੇ ਫੱਟੇ ਬਹਾਦਰਾ ਬਹਾਦਰਾ ਚੱਕਦੇ ਫੱਟੇ ਕਮੈਂਟ ਵੀ ਆ ਰਿਹਾ ਇੱਧਰ ਤੈਨੂੰ ਲੋਕੀ ਥਾ ਓਕੇ ਬਹਾਦਰ ਕਹਿੰਦਾ ਮੂਹਰੇ ਤਾਂ ਕੁਛ ਖਾਣ ਨੂੰ ਹੋਵੇ ਚੱਕ ਵੱਟਾ ਕੇ ਵੱਟੇ ਕਾਹਦੇ ਚੱਕਾ ਆਪ ਹੀ ਹੱਡ ਉਹਨਾਂ ਨੇ ਆਪ ਹੀ ਲੈ ਜਾਣੇ ਅੱਛਾ ਇੱਕ ਵਾਰ ਘੁੰਮਦੇ ਜਿਹਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਅੱਜ ਆ ਜਿਹੜਾ ਦੇਖਣਾ ਵੀ ਬਾਰਬੀਕਿਊ ਨੇਸ਼ਨ ਵਾਲੇ ਥੱਕਦੇ ਜਾਂ ਬਹਾਦਰ ਥੱਕਦਾ ਅੱਜ ਕਿਹੜਾ ਪਹਿਲੀ ਵਾਰ ਦੇਖੀ ਅੱਗੇ ਵੀ ਤਾਂ ਦੇਖਦੇ ਅੱਗੇ ਵੀ ਤੁਸੀਂ ਦੇਖਿਆ ਕਿਹੜੇ ਕਿਹੜੇ ਚੈਨਲ ਤੇ ਤੇਰੀ ਹੋਈ ਆ ਪਹਿਲੀ ਪੋਸਟ ਵਾਲੇ ਪੰਜਾਬੀ ਲੋਕ ਚੈਨਲ ਇੱਕ ਹੋਰ ਸੀ ਬੰਗਿਆਂ ਦਾ ਉਹ ਵੀ ਆ ਅੱਛਾ ਕਿੰਨੇ ਚੈਨਲ ਆ ਜਿਹੜੇ ਅੱਗੇ ਬਹਾਦਰ ਦੀ ਇੰਟਰਵਿਊ ਕਰਕੇ ਗਏ ਆ ਤਿੰਨ ਚੈਨਲ ਵਾਲੇ ਹਾਂ ਕਿੰਨਾ ਬੰਦਿਆਂ ਨੇ ਬਣਾਈ ਆ ਹਾਂ ਹਾਂ ਤਿੰਨ ਚੈਨਲ ਵਾਲੇ ਬੰਗਿਆਂ ਦਾ ਵੀ ਉਹ ਹੀ ਆ ਸਾਡੇ ਕਾਰਡ ਹੈਗੇ ਤੇਰੇ ਕੋਲ ਸਾਨੂੰ ਦਿਖਾਲ ਨਹੀਂ ਹੋਈ ਉੱਤੇ ਸਿਰ ਸੁਣੋ ਪਾਣੀ ਪੀਣਾ ਪੀਤਾ ਸੀ ਸਵੇਰੇ ਅੱਜ ਸਵੇਰੇ ਇੱਕ ਬਾਲਟੀ ਪੀ ਕੇ ਆਇਆ ਸੀ ਪਾਣੀ ਦੀ ਹੈ ਹੁਣ ਇੱਥੇ ਬਾਅਦ ਚ ਕਿੰਨਾ ਪੀਣਾ ਇਹ ਵਾਲਾ ਹੀ ਮੰਗਾਇਆ ਸੀ ਹੁਣੇ ਦੇਖ ਰਿਐਕਟ ਤਾਂ ਸਹੀ ਜੇ ਸਵਾਲ ਲੱਗਦਾ ਇਹ ਚ ਹੱਡੀ ਨਹੀਂ ਹੈਗੀ ਹੱਡੀ ਹੈਗਾ ਪਹਿਲੇ ਪਿਆ ਅੱਛਾ ਆ ਕੇ ਤਾਂ ਦੇਖ ਹੱਡੀ ਨਹੀਂ ਹੈਗੀ ਬਈ ਇੱਧਰ ਰੱਖ ਕੇ ਚੱਲੋ ਸਮਝ ਨਹੀਂ ਉਹ ਜਿਹੜਾ ਕਹਿੰਦੇ ਉਹ ਕਿਹੜਾ ਚਾਹੀਦਾ ਹੁਣ ਜਿੱਦਾਂ ਮੀਟ ਨਹੀਂ ਹੁੰਦਾ ਹੈ ਮੀਟ ਜਿਹੜਾ ਚੀਜ਼ਾਂ ਨਹੀਂ ਖਾਦੀਆਂ ਤੈਨੂੰ ਰੋਟੀ ਮੰਗਾ ਦੀ ਦਿੱਦੀ ਦੋ ਤਿੰਨ ਰੋਟੀਆਂ ਲਿਆ ਦਵਾਂ ਬਾਈ ਜੀ ਇਹ 70 ਰੋਟੀਆਂ ਖਾਂਦੇ ਆ ਭਾਈ ਸਾਹਿਬ ਨੇ ਤੰਦੂਰੀ ਰੋਟੀ ਖਾ ਲੂੰਗਾ ਨਾ ਆਹੋ ਤੰਦੂਰੀ ਨਹੀਂ ਦੂਜੀ ਤਵੇ ਵਾਲੀ ਰੋਟੀ ਮਿਲ ਜੂ ਯਾਰ ਤੰਦੂਰੀ ਹੋਣੀ ਉਹਨੇ ਹੁਣ ਤਵੇ ਦੇ ਗਰਾਰੀ ਉਡਾ ਲੈਣੀ ਭਰਾਵਾ ਤੰਦੂਰੀ ਭਾਜੀ ਹੁੰਦੀ ਇੱਥੇ ਤੰਦੂਰੀ ਹੁੰਦੀ ਆ ਨਹੀਂ ਉੱਥੇ ਤਵਾ ਹੀ ਰਹਿੰਦੀ ਇਹਨਾਂ ਕੋਲ ਤਵਾ ਹੈ ਨਹੀਂ ਗਾ ਇਹਨਾਂ ਕੋਲ ਤੰਦੂਰੀ ਹੈ ਮੱਛੀ ਕਿਹੜੀ ਹੈ
ਉਹ ਕੋਈ ਨਹੀਂ ਦੋ ਤੂੰ ਜਿੰਨੀਆਂ ਮਰਜ਼ੀ ਖਾ ਪਾਈ ਨੇ ਪਹਿਲਾਂ ਪਾਈ ਨੇ ਜਿੰਨੀਆਂ ਮਰਜ਼ੀ ਖਾ ਜਿੰਨੇ ਆਪਣੇ ਵੀਰ ਭਰਾ ਲੇਟ ਜੁੜੇ ਇਸ ਵੀਡੀਓ ਨਾਲ ਉਹਨਾਂ ਦਾਦੀ ਇਹ ਹੈਗੇ ਜੀ ਬਹਾਦਰ ਵੀਡੀਓ ਤੁਸੀਂ ਬਹੁਤ ਦੇਖੀਆਂ ਹੋਗੀਆਂ ਇਹ ਲੰਗਰ ਖਾਂਦੇ ਹੋਣਗੇ ਜਾਂ ਕਿਸੇ ਇਕੱਠ 'ਚ ਹੈ ਨਾ ਪ੍ਰਸ਼ਾਦਾ ਛਕਦੇ ਹੋਣਗੇ ਅੱਜ ਇਹਨਾਂ ਨੇ ਜਲੰਧਰ ਬਾਰਬੀਕਿਊ ਨੇਸ਼ਨ ਲੈ ਕੇ ਆਏ ਆ ਤਾਂ ਗਰਮਾ ਗਰਮ ਫੂਡ ਖਾ ਰਹੇ ਪਛਾਣ ਲਿਆ ਹੋਣਾ ਉਦੋਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਜੀ ਬਹਾਦਰ ਇਹ 70 ਰੋਟੀਆਂ ਖਾ ਲੈਂਦੇ ਆ ਜੀ ਅੱਜ ਜਲੰਧਰ ਬਾਰਬੀਕਿਊ ਨੇਸ਼ਨ ਬਾਰਬੀਕਿਊ ਨੇਸ਼ਨ ਅੱਜ ਪਹੁੰਚੇ ਆ ਚਿਕਨ ਖਾ ਰਹੇ ਨੇ ਤਾਂ ਹੋਰ ਇਹ ਕਹਿੰਦੇ ਬੱਕਰਾ ਵੀ ਖਾਵਾਂਗਾ ਮੈਂ ਥੋੜ੍ਹੀ ਦੇਰ ਤੱਕ ਬੱਕਰਾ ਖਾਊਂਗੇ ਬਹਾਦਰ ਜੀ ਕਿਹੜੀਆਂ ਉਹ ਸਾਰੇ ਖਾਂਦੇ ਆ ਹਾਂ ਵੀ ਖਾਂਦਾ ਭਾਜੀ ਆਹ ਜਿਹੜਾ ਭਾਜੀ ਆਪਣੀ ਦੇ ਰਿਹਾ ਇਹ ਵੀ ਖਾਂਦਾ ਇਹ ਵੀ ਖਾਂਦਾ ਇੱਥੇ ਦੀ ਗੱਲ ਕਰਦੇ ਆਪਾਂ ਤੂੰ ਗੁਰੂਗੜ੍ਹ ਦੇ ਵਿੱਚ ਗੱਲ ਹੀ ਨਾ ਕਰ ਗੁਰਦੁਆਰੇ ਦਾ ਨਾ ਹੀ ਨਾ ਲੈ ਵਿੱਚ ਤੂੰ ਇੱਥੇ ਦੀ ਗੱਲ ਕਰ ਇੱਥੇ ਤਾਂ ਹੁਣ ਜੇ ਤੂੰ ਜਦ ਤੂੰ ਕਾਲਨ ਨਾ ਫੇਰ ਕਾਹਦੀ ਟੈਨਸ਼ਨ ਨੇ ਬਾਦਰ ਗੱਲਾਂ ਸਾਰੀਆਂ ਵਿੱਚ ਜਾਂਦੀਆਂ ਚੱਲਦਾ ਕੀ ਆ ਸਿੰਘ ਵੀ ਬੱਕਰਾ ਖਾਈ ਲੈਂਦੇ ਆ ਸਿੰਘ ਵੀ ਹੋਰ ਕੁਛ ਲੈ ਫਿਸ਼ ਹੋਰ ਕਿਹੜੀ ਮਿਲ ਸਕਦੀ ਆ ਹੋਰ ਨੋਨ ਵੈਜ ਜਿਹੜੀ ਆਈਟਮ ਹੈਗੀ ਵੀਰੇ ਉਹ ਵੀ ਲੈ ਆਓ ਆਪਾਂ ਵੀ ਤੈਨੂੰ ਕਦੇ ਕਰੀ ਜਗ੍ਹਾ ਲੈ ਕੇ ਆਉਣਾ ਸੀ ਬੰਗੇ ਤਾਂ ਘੁੰਮਦਾ ਰਹਿਣਾ ਰੋਟੀ ਲਿਆ ਦਿੰਦੇ ਉਹ ਰੋਟੀ ਉਹ ਢਾਬਿਆਂ ਤੇ ਮਿਲਦੀ ਉੱਥੇ ਉਹ ਥੋੜੋ ਮਿਲਣੀ ਇੱਥੇ ਤੰਦੂਰੀ ਰੋਟੀ ਮਿਲਣੀ ਆ ਠੀਕ ਹੀ ਹੋਣੀ ਆ ਦੇਖ ਲੈਂਦੇ ਆ ਕੀ ਕਿੱਦਾਂ ਦੀ ਆ ਨਾਨ ਖਾਣਾ ਬਟਰ ਨਾਨ ਹਾਂ ਹੈਗੇ ਬਟਰ ਨਾਨ ਲੈ ਰੋਟੀ ਕੀ ਕਹਿੰਦੇ ਚਿਕਨ ਬੋਨਲੈਸ ਜਿਹੜਾ ਹੈ ਨਾ ਉਹ ਲੈ ਹੋਇਆ ਹਾਂ ਤੰਦੂਰੀ ਹਾਂ ਬੋਨਲੈਸ ਆਹ ਬੋਨਲੈਸ ਹੀ ਹੈ ਇਹੀ ਆ ਉਹੀ ਭਾਜੀ ਖਾਓ ਯਾਰ ਦੇਖ ਉਹਨੂੰ ਪਾ ਕੇ ਦੇ ਵੱਧ ਨਾ ਦੇਖ ਕੱਢਦੇ ਯਾਰ ਪਾ ਦੇ ਅਸੀਂ ਇਹਨੇ ਪਾ ਦੇਣਾ ਆਪਾਂ ਆਈ ਯਾਰ ਲੈ ਵੀ ਬਹਾਦਰ ਦੇਖ ਤਾਂ ਇਹ ਚਟਨੀ ਚੁਟਨੀ ਲੈਣੀ ਚਟਨੀ ਟੇਸਟ ਉਹਨੇ ਬਣਾਉਣਾ ਜਿੰਨੇ ਭਰਾ ਵੀਡੀਓ ਨੂੰ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਵੀਡੀਓ ਨੂੰ ਹਾਂਜੀ ਬਹਾਦਰ ਜੀ ਨਾਨ ਬਣਨ ਨੂੰ ਆ ਗਿਆ ਬਸ ਆ ਜਾਣਾ ਟਾਈਮ ਬਣ ਕੇ ਆਉਣਾ ਫਿਰ ਤਾਜ਼ਾ ਤਾਜ਼ਾ ਬਣਾ ਕੇ ਲੈ ਕੇ ਦੇਣਾ ਤੈਨੂੰ ਉਹ ਕਿਹੜਾ ਬਣੇ ਬਣਾਏ ਆ ਬਟਨ ਨਾਲ ਆ ਰਹੇ
ਬਟਰ ਨਾਨ ਮਤਲਬ ਵਿਦਆਊਟ ਬਟਰ ਨੋਰਮਲ ਪਲੇਨ ਨਾਨ ਹੈ ਨਾ ਲਓ ਜੀ ਬਹਾਦਰ ਜੀ ਪਲੇਨ ਨਾਨ ਹੁਣ ਤੁਹਾਨੂੰ ਮਿਲ ਰਿਹਾ ਆ ਰਿਹਾ ਹੁਣ ਆਹ ਖਾ ਕੇ ਬੱਸ ਹੋਗੀ ਤੁਹਾਡੀ ਕਿੱਦਾਂ ਰੋਟੀ ਖਾਣੀ ਕਹਿੰਦਾ ਮੇਨ ਤਾਂ ਅੱਛਾ ਸਨੈਕਸ ਖਾ ਕੇ ਹੁਣ ਬਹਾਦਰ ਜੀ ਦਾ ਮਨ ਭਰ ਗਿਆ ਆ ਮਿੱਠਾ ਆ ਮਿੱਠਾ ਖਾਣਾ ਪਾਈਨਐਪਲ ਆ ਬਣਾਇਆ ਹੋਇਆ ਜੀ ਪਾਈਨਐਪਲ ਕੱਟ ਕੇ ਆਹ ਤੁਹਾਨੂੰ ਦਿਖਾ ਦਿੰਦੇ ਆ ਪਾਈਨਐਪਲ ਕੱਟ ਕੇ ਹਨਾ ਇਹਨਾਂ ਨੂੰ ਤੰਦੂਰ ਦੇ ਵਿੱਚ ਇਹਨਾਂ ਨੇ ਜਿੱਦਾਂ ਆਪਾਂ ਚਿਕਨ ਬਣਾਉਂਦੇ ਹਾਂ ਜਾਂ ਤੰਦੂਰੀ ਚਿਕਨ ਵਗੈਰਾ ਹੁੰਦਾ ਹਨਾ ਓਦਾਂ ਪਾਈਨਐਪਲ ਆ ਫਰੂਟ ਆ ਜਿਹੜਾ ਉਹ ਇਹਨਾਂ ਨੇ ਹਨਾ ਤੰਦੂਰ ਦੇ ਵਿੱਚ ਜਿਹੜਾ ਗਰਮ ਕਰਕੇ ਦਿੰਦੇ ਉੱਤੇ ਕੋਟਿੰਗ ਵਗੈਰਾ ਕਰਦੇ ਕੋਈ ਸਿਰਪ ਵਗੈਰਾ ਦੀ ਇਹਦਾ ਟੇਸਟ ਵੀ ਵਧੀਆ ਹੁੰਦਾ ਭਈਆ ਇਹਨੂੰ ਨਾ ਕੱਟ ਕੇ ਨੀ ਲੈ ਕੇ ਆਉਣੇ ਇਹ ਸਾਫ ਤੇ ਲੈ ਆਓ ਠੀਕ ਹੈ ਲਓ ਜੀ ਉਹ ਬੰਦਿਆਂ ਦਾ ਵੀ ਬਹਾਦਰ ਨੇ ਕੰਮ ਘਟਾਤਾ ਜੀ ਉਹ ਬਟਰ ਨਾਨ ਆ ਤੁਸੀਂ ਦੇਖੋ ਜੀ ਬਟਰ ਨਾਨ ਉਹ ਕੱਟ ਕੇ ਦਿੰਦੇ ਹੁੰਦੇ ਨਾ ਪਰ ਰੈਸਟੋਰੈਂਟ 'ਚ ਦੇਖਦੇ ਆ ਇਹ ਬਹਾਦਰ ਜੀ ਕਹਿੰਦੇ ਅੱਜ ਕੋਈ ਨੀ ਗਰਮ ਕਫੇ ਗਰਮ ਕਰਾ ਦਾਂਗੇ ਕਾਹਦੇ ਨਾਲ ਦਿਖਾਉਂਗਾ ਅੱਜ ਬਹਾਦਰ ਦਾ ਜਨਮ ਦਿਨ ਵੀ ਮਨਾ ਕੇ ਜਾਵਾਂਗੇ ਇੱਥੇ ਕੇਕ ਵੀ ਕੱਟ ਕੇ ਜਾਵਾਂਗੇ ਕਿਹੜਾ ਗਾਣਾ ਲਵਾਉਣਾ ਬਹਾਦਰ ਜੀ ਦੱਸੋ ਉਹੀ ਲਵਾ ਦਿੰਦੇ ਲੱਗ ਜਾਣਗੇ ਪਰ ਇੰਨੇ ਪੁਰਾਣੇ ਨੀ ਇਹਨਾਂ ਨੇ ਚਲਾਉਣੇ ਇਹ ਨਵੇਂ ਨਵੇਂ ਚਲਾਉਂਦੇ ਆ ਬਹਾਦਰ ਜੀ ਅੱਜ ਜਲੰਧਰ ਪਹੁੰਚੇ ਨੇ ਬਾਰਬੀਕਿਊ ਨੇਸ਼ਨ ਅਨਲਿਮਿਟਿਡ ਫੂਡ ਆ ਇੱਥੇ ਮਿਲ ਰਿਹਾ ਅਸੀਂ ਵੀ ਛਕ ਰਹੇ ਹਾਂ ਅਨਲਿਮਿਟਿਡ ਫੂਡ ਵੈਜ ਨੋਨ ਵੈਜ ਜੀਂਗੇ ਵਗੈਰਾ ਅੱਜ ਸਾਡੇ ਭਾਜੀ ਆ ਵੀ ਜੀਂਗੇ ਖਾ ਰਹੇ ਹਾਂਜੀ ਲੈ ਕੇ ਨਹੀਂ ਪਾਈਨਐਪਲ ਲੈ ਆਓ ਫਿਲਹਾਲ ਪਾਈਨਐਪਲ ਲੈ ਆਇਓ ਨਾਲ ਗੋਲ ਗੱਪੇ ਵੀ ਲੈ ਆਇਓ ਹਾਂ ਚਾਰ ਲੈ ਆਇਓ ਫਿਲਹਾਲ ਨਹੀਂ ਹਜੇ ਭਰੇ ਨਹੀਂ ਹੈਗੇ ਜੀ ਇਸਕੋ ਭਰਨਾ ਹੈ ਜੋ ਦਹੀਂ ਵਾਲੇ ਨਹੀਂ ਉੱਥੇ ਹਾਂ ਉਹ ਲਿਓ ਚਾਰ ਲਿਓ ਲਓ ਜੀ ਗੋਲ ਗੱਪੇ ਵੀ ਆ ਰਹੇ ਹੁਣ ਚਾਰ ਉਹਨਾਂ ਦਾ ਗ੍ਰੇਵੀ ਵਾਲਾ ਚਿਕਨ ਪਾ ਦੋ ਲੇਟ ਹੋ ਗਿਆ ਤੇ ਉਹ ਕਹਿੰਦਾ ਨਾਨ ਸਿੱਧਾ ਇੱਦਾਂ ਹੀ ਚੱਲ ਜਿਹੜੇ ਹੈ ਨਾ ਉਹ ਪਾਇਆ ਹੁੰਦੇ ਆ ਕਿਆ ਹੁੰਦਾ ਉਹ ਆਲੂ ਜਿਹੇ ਜਿਹੜੇ ਪਾਏ ਹੁੰਦੇ ਉਹ ਚੀਜ਼ ਤਾਂ ਹੈ ਨਹੀਂ ਉਹ ਅੰਮ੍ਰਿਤਸਰੀ ਨਾਨ ਹੁੰਦਾ ਹੈ ਉਹ ਤਾਂ ਨਾਨ ਹੁੰਦੇ ਆ ਜਿਹੜੇ ਪੈਸਾਂ ਦਿੰਦੇ ਹੁੰਦੇ ਆ ਨਾਲੇ ਤੁਸੀਂ ਬੱਦਰ ਜੀ ਕਹਿੰਦੇ ਵੀ ਮੈਂ ਖਾਣੇ ਆ ਪਤਲੇ ਪਤਲੇ ਇਹੀ ਹੋਣੇ ਪਤਲੇ ਪਤਲੇ ਫਿਰ ਆਲੂ ਜਿਹਾ ਹੁੰਦਾ ਨਾ ਸਵਾਦ ਹੋਰ ਹੁੰਦਾ ਜਦੋਂ ਵਿੱਚ ਕੁਝ ਪਾ ਦੇਣਾ ਫਿਰ ਤਾਂ ਮੋਟੇ ਹੋ ਜਾਣੇ ਉਹ ਫੇਰ ਮੋਟੇ ਹੋ ਜਾਣੇ ਨਹੀਂ ਉਹ ਆਲੂ ਤਾਂ ਪਾ ਦੇਣਾ ਆਲੂ ਤਾਂ ਥੋੜਾ ਮੋਟੇ ਹੋਣੇ ਆ ਤਾਂ ਸਵਾਦ ਲੱਗਣੇ ਤੁਹਾਨੂੰ ਮੀਟ ਨਾਲ ਆਲੂ ਦਾ ਕੀ ਮਤਲਬ ਦੂਜਾ ਹੋਇਆ ਆਲੂ ਖਾ ਲੈ ਮੀਟ ਦੇ ਨਾਲ ਆਲੂ ਦਾ ਕੀ ਸਵਾਦ ਆਊ ਇਹਨਾਂ ਨੂੰ ਘਮਾਈ ਚੱਲੋ ਭਾਜੀ ਇੱਦਾਂ ਹਨਾ ਸੜ ਜਾਣੀਆਂ ਸਿੱਖਾਂ ਥੋੜੀਆਂ ਥੱਲੇ ਹੀ ਚੱਲ ਗਿਆ ਉਹ ਪਤੰਦਰਾਂ ਨੇ ਪਨੀਰ ਲਿਆ ਕੇ ਰੱਖਿਆ ਹੋਇਆ ਵੀ ਇਹਨੇ ਖਾਣੇ ਪਨੀਰ ਆ ਲਓ ਜੀ ਬਹਾਦਰ ਦਾ ਬਹਾਦਰ ਜੀ ਹੁਣ ਖਾ ਰਹੇ ਨੇ ਅਨਲਿਮਿਟਿਡ ਫੂਡ ਇਹ ਨੈਪਕਿਨ ਦੇ ਵਿੱਚ ਰੱਖਿਆ ਹੋਇਆ ਇਹ ਨਾਨ ਗਿਣੀ ਜਾਈ ਇੱਕ ਹੋ ਗਿਆ ਹਾਂ ਇੱਕ ਨਾਨ ਹੋ ਗਿਆ ਜੀ ਹਲੇ ਹਨਾ ਇਹਨੇ ਕਿਹਾ ਪਤਾ ਕੀ ਗੱਲ ਆ ਹਵਾ ਦੇ ਨਾਲ ਸੁੱਕੀ ਜਾਂਦੇ ਹਾਂ ਹਵਾ ਦੇ ਨਾਲ ਸੁੱਕੀ ਬੰਦ ਕਰਾ ਦਈਏ ਵਾਲਾ ਇਹ ਸੀ ਬੰਦੇ ਨਾਲ ਜਿੱਦਾਂ ਪਹਿਲਾਂ ਕੀਤਾ ਸੌਂ ਤਾਂ ਕਰ ਉਹਦੀ ਕੀਤਾ ਆ ਉਹਦੀ ਹੈ ਭਾਜੀ ਉਹ ਬਹੁਤ ਹੈ ਨਾ ਇੱਥੇ ਰਹਿਣ ਦੇ ਹਾਂ ਹੁਣ ਹਵਾ ਸਿੱਧੀ ਨਹੀਂ ਪੈਣੀ
ਬ੍ਰਦਰ ਉਹ ਤਾਂ ਲਿਆ ਦੇ ਗ੍ਰੇਵੀ ਵਾਲਾ ਚਿਕਨ ਤਾਂ ਲਿਆ ਦੇ ਆ ਤਾਂ ਲਿਆ ਕੇ ਰੱਖ ਦਿੱਤੇ ਸੁੱਕ ਜਾਣੇ ਆ ਫਿਰ ਇਹਨੇ ਸੁੱਕੇ ਖਾਣੇ ਵੀ ਨਹੀਂ ਆਪਾਂ ਵਾਪਸ ਭੇਜੀ ਜਾਣੇ ਆ लो जी टोपी लैली बहादुर जी ने हुण बाल कटाउण वाले होए अच्छा नहीं थले नी इथे चक के लै जाने इन्हां ने थले नी सुटने इन्हां ने आप ही चक के लै जाने इथों बटर नान कट के दें पर बहादुर बहादुर जी कह रहे ने साफ ते बटर नान लिया के दो जी अच्छा साफ ते ही खाने है ना तुसीं चिकन आ गया जी ओ लै गया छोटी जी कॉलेज जिदा डेली दिंदे पर बहादुर जी कहते बहादुर जी अपने भांडे लैके आए थे इन्हां नूं अपने भांडे नहीं वैसे उन्होंने है ना प्रोटोकॉल होंगे जिदा बाहरला भांडा अलाउ नहीं करते हूं उन्होंने छोटी जी कॉलेज दिता बहादुर जी अगे कह रहे ने भी ए दीवे च तुसीं मैनूं देता है ना बहादुर नूं अपने भांडे उन्होंने लिया नहीं दिते चक दे फिर आ गया जी गोलगप्पे गोलगप्पे देखो क्वालिटी कितनी बढ़िया है इनकी बारबेक्यू नेशन की उधर बहादुर जी कहते गोलगप्पे नहीं मैं खाने कंडे एक मिनट थले ना दसो थले ना कंडे नहीं नहीं इस कंडे नहीं है टिशू पेपर ले थले ना करना नहीं कंडे नहीं है टिशू मूहरे रख के ऐदा नहीं करना लोन लगे तो कोई ना तुसीं खिचो स्पीड थोड़ी जी इन्हां नूं अज घाटा पा के जाना आपां पैजू बहादुर जी घाटा इन्हां नूं बहादुर किन्ने क नान अज खा जूगा नहीं
ਜੇ ਤਵੇ ਵਾਲੀ ਰੋਟੀ ਵੀ ਬਣਾ ਦਵੇ ਸਪੈਸ਼ਲ ਤਵੇ ਕਿਆ ਬਾਰੇ ਨਹੀਂ ਤਵਾ ਨਹੀਂ ਮੇਰੇ ਪਾਸ ਤਵਾ ਹੈ ਨਹੀਂ ਉਹਨਾਂ ਕੋਲ ਉਹ ਨਹੀਂ ਤਵਾ ਹੈ ਨਹੀਂ ਉਹਨਾਂ ਕੋਲ ਯਾਰ ਇਹ ਤਵਾ ਰੱਖਿਆ ਨਹੀਂ ਉਹਨਾਂ ਕੋਲ ਤੰਦੂਰ ਆ ਬਾਦਰ ਜੀ ਵੱਡੇ ਵੱਡੇ ਤੰਦੂਰ ਆ ਉਹ ਮੋਟੀ ਹੋਣੀ ਇਹਨਾਂ ਨੂੰ ਮੋਟੀ ਹੋਣੀ ਹਾਂ ਕੋਈ ਨਾ 10 20 ਘੱਟ ਖਾ ਹੋ ਜੂਗੀ ਕੋਈ ਗੱਲ ਨਹੀਂ ਨਹੀਂ बकरा ਸਵਾਦ ਕਿਦਾਂ ਦਾ ਬਹਾਦਰ ਜੀ ਸਵਾਦ ਕਿਦਾਂ ਦਾ ਲੱਗਾ ਬਹੁਤ ਜ਼ਿਆਦਾ ਠੀਕ ਹੀ ਹੋ ਜੋ ਠੀਕ ਹੀ ਆ ਪਰ ਇੱਥੋਂ ਦੀ ਖਾਸੀਅਤ ਜਿੰਨੇ ਵੀਰ ਭਰਾ ਦੇਖ ਰਹੇ ਨੇ ਇਹ ਇਹ ਇੱਥੋਂ ਦੀ ਬਾਰਬੀਕਿਊ ਨੇਸ਼ਨ ਦੀ ਖਾਸੀਅਤ ਹੈ ਦੋ ਤਿੰਨ ਬੰਦੇ ਆਲੇ ਦੁਆਲੇ ਜ਼ਰੂਰ ਘੁੰਮਦੇ ਰਹਿੰਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜਾਂ ਤੁਹਾਡੇ ਟੇਸਟ 'ਚ ਪ੍ਰੋਬਲਮ ਤਾਂ ਨਹੀਂ ਜਾਂ ਤੁਹਾਡਾ ਟੇਸਟ ਕਿੱਦਾਂ ਦਾ ਤੁਸੀਂ ਚਾਹੁੰਦੇ ਹੋ ਜਾਂ ਟੇਸਟ ਦੇ ਵਿੱਚ ਚੇਂਜ ਕਰਨਾ ਹੈ ਨਾ ਆਹ ਦੇਖ ਦੋ ਭਰਾ ਜਿਹੜੇ ਘੁੰਮਦੇ ਆ ਨਾ ਇਹ 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 ਸਪੈਸ਼ਲੀ ਖੜੇ ਹੋਏ ਆ ਇਸ ਟੇਬਲ ਦੇ ਆਲੇ ਦੁਆਲੇ ਵੀ ਇਹਨਾਂ ਨੇ ਇਹੀ ਦੇਖਣਾ ਹੈ ਵੀ ਟੇਸਟ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਜਾਂ ਕੋਈ ਤੁਸੀਂ ਚੇਂਜ ਕਰਨਾ ਜਾਂ ਕੋਲਡ ਡਰਿੰਕ ਵਗੈਰਾ ਕੁਝ ਲੈਣੀ ਇਹ ਹਮੇਸ਼ਾ ਹੀ ਇੱਥੇ ਖੜੇ ਰਹਿੰਦੇ ਆ ਤਾਂ ਇਹਨਾਂ ਭਰਾਵਾਂ ਨੂੰ ਵੀ ਸਲੂਟ ਬਣਦਾ ਹੈ ਵੀ ਵਿਚਾਰੇ ਮਿਹਨਤ ਕਰਦੇ ਹਨ ਤਾਂ ਇਹਨਾਂ ਦੇ ਫੇਸ ਤੇ ਹਮੇਸ਼ਾ ਸਮਾਈ ਰਹਿੰਦੀ ਕਈ ਵਾਰ ਘਰ ਦੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨਾ ਉਹ ਇੱਕ ਸਾਈਡ ਤੇ ਰੱਖ ਕੇ ਨਾ ਜਦੋਂ ਪ੍ਰੋਫੈਸ਼ਨਲੀ ਇਹ ਆਉਂਦੇ ਆ ਇਹ ਭਰਾ ਸਮਾਈਲ ਹੈ ਨਾ ਦਿੰਦੇ ਰਹਿੰਦੇ ਤਾਂ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖਦੇ ਨੇ ਦੋਸਤੋ ਇਹਨਾਂ ਦਾ ਵੀ ਸਤਿਕਾਰ ਕਰਿਆ ਕਰੋ ਇਹਨਾਂ ਦੀ ਰਿਸਪੈਕਟ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਜਦੋਂ ਜਿਹੜਾ ਇਹ ਹੋਟਲ ਲਾਈਨ ਆ ਨਾ ਝੁੱਕ ਕੇ ਰਹਿਣਾ ਪੈਂਦਾ ਆਪਾਂ ਨੂੰ ਭਾਵੇਂ ਬੰਦਾ ਕਿਸੇ ਵੀ ਜਿੰਨਾ ਮਰਜ਼ੀ ਗੁੱਸੇ ਦੇ ਵਿੱਚ ਹੋਵੇ ਇਹਨਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਤਾਂ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇਹਨਾਂ ਦਾ ਜਿਹੜੇ ਹੋਟਲ ਦੇ ਵਿੱਚ ਕੰਮ ਕਰਦੇ ਨੇ ਜਿੰਨੇ ਹੈ ਨਾ ਇਹ ਆਪਣੇ ਸਰਵਿਸ ਦਿੰਦੇ ਹੁੰਦੇ ਨੇ ਭਰਾ ਇਹਨਾਂ ਦੀ ਜਿਹੜੀ ਹੈ ਨਾ ਰਿਸਪੈਕਟ ਜ਼ਰੂਰ ਕਰਿਆ ਕਰੋ ਕਿਉਂਕਿ ਇਨਸਾਨੀਅਤ ਦੇ ਤੌਰ 'ਤੇ ਇਹਨਾਂ ਨੂੰ ਵੀ ਇੱਕ ਹੈ ਨਾ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਇਹਨਾਂ ਦੀ ਵੀ ਕੋਈ ਸੈਲਫ ਰਿਸਪੈਕਟ ਹੈਗੀ ਹੈ ਤਾਂ ਅੱਜ ਇੱਥੇ ਬਾਰਬੀਕਿਊ ਨੇਸ਼ਨ ਦੇ ਵਿੱਚ ਇੰਦਰ ਬਹਾਦਰ ਜੀ ਵੀ ਆਏ ਹੋਏ ਆ ਇਹਨਾਂ ਦੀ ਸਰਵਿਸ ਕਰ ਰਹੇ ਨੇ ਦੋ ਤਿੰਨ ਬੰਦੇ ਆਲੇ ਦੁਆਲੇ ਘੁੰਮ ਰਹੇ ਨੇ ਵਾਰ ਵਾਰ ਪੁੱਛ ਰਹੇ ਨੇ ਵੀ ਬਹਾਦਰ ਜੀ ਕੁਛ ਚਾਹੀਦਾ ਤਾਂ ਨਹੀਂ ਬਹਾਦਰ ਜੀ ਕੁਛ ਚੇਂਜ ਕਰਨਾ ਹੋਵੇ ਤਾਂ ਜਿੱਦਾਂ ਦੀ ਡਿਮਾਂਡ ਬਹਾਦਰ ਜੀ ਕਰ ਰਹੇ ਨੇ ਤਾਂ ਉਦਾਂ ਦਾ ਹੀ ਇਹਨਾਂ ਨੂੰ ਫੂਡ ਬਣਾ ਕੇ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਨਾਲ ਦੇ ਨਾਲ ਅਸੀਂ ਵੀ ਖਾ ਰਹੇ ਹਾਂ ਤਵੇ ਵਾਲੀ ਰੋਟੀ ਤੇ ਹਾਂ ਪਰ ਇੱਕ ਇਹਨਾਂ ਦੀ ਇਹ ਹੈ ਨਾ ਹੈਗੀ ਆ ਵੀ ਇਹਨਾਂ ਨੂੰ ਕੋਲ ਇੱਕ ਤਵੇ ਵਾਲੀ ਰੋਟੀ ਨਹੀਂ ਮਿਲਦੀ ਬਾਕੀ ਹੈ ਨਾ ਸਾਰਾ ਕੁਝ ਹੈਗਾ ਆ ਬਟਰ ਨਾਨ ਆ ਜਾਂ ਹੋਰ ਰੋਟੀਆਂ ਵਗੈਰਾ ਇਹਨਾਂ ਕੋਲ ਮਿਲਦੀਆਂ ਨੇ ਬਟ ਜਿਹੜੀ ਤਵੇ ਵਾਲੀ ਰੋਟੀ ਕੋਲ ਨਹੀਂ ਇਹਨਾਂ ਕੋਲ ਹੈਗੀ ਤਾਂ ਬਹਾਦਰ ਜੀ ਨੂੰ ਹੁਣ ਜਿਹੜੇ ਬਟਰ ਜਿਹੜੇ ਵਿਦਾਊਟ ਬਟਰ ਹੈ ਨਾ ਨਾਨ ਇਹਨਾਂ ਨੂੰ ਬਣਾ ਕੇ ਦਿੱਤੇ ਆ ਇਹ ਬਟਰ ਵਗੈਰਾ ਨਹੀਂ ਹੈ ਨਾ ਪਸੰਦ ਕਰਦੇ ਬਹਾਦਰ ਜੀ ਬਟਰ ਕਿਉਂ ਨਹੀਂ ਲਾਉਂਦੇ ਤੁਸੀਂ ਨਾਨ ਤੇ ਉੱਤੇ ਜਾਂ ਰੋਟੀ ਤੇ ਬਟਰ ਕਿਉਂ ਨਹੀਂ ਲਾਉਂਦੇ ਅੱਛਾ ਨਹੀਂ ਕੰਡੇ ਨਹੀਂ ਗੇ ਉਦੀ ਨਰਮੇ ਆ ਕੰਡੇ ਨੀ ਪਾਉਣ ਲੱਗੇ ਨੇ ਕੰਡੇ ਕਾਹਤੋਂ ਪਾਉਣੇ ਆ ਚਿਕਨ ਬਣਾਉਂਦੇ ਪਏ ਆ ਬੋਨਲੈਸ ਬਣਾਉਂਦੇ ਪਏ ਠੀਕ ਹੈ ਰਖਾ ਲਓ ਭਾਜੀ ਰੱਖ ਦੇ ਬਿਨਾ ਬਿਨਾ ਯਾਰ ਵੱਡੀ ਤੋਂ ਲਿਆ ਕੇ ਦਿਓ ਹੱਡੀ ਤਾਂ ਹੀ ਹੋਣੀ ਮੁਰਗੇ ਵਾਲਾ ਆ ਇਹ ਥੱਲੇ ਨਾ ਕਰ ਬਾਦਰ ਪਲੇਟ ਚ ਕਰ ਪਲੇਟ ਕੋਲ ਕਰਕੇ ਥੱਲੇ ਨਹੀਂ ਚੰਗਾ ਇਹ ਰਹਿਣ ਤੋਂ ਫਿਰ ਰੱਖ ਦੋ ਸਾਈਡ ਤੇ ਹਾਂ ਇਹਦਾ ਪੰਗਾ ਹੀ ਆ ਕੋਈ ਨਾ ਰੱਖ ਦੋ ਸਾਈਡ ਤੇ ਬਕਰੇ ਚ ਨੀ ਹੁੰਦੀ ਮੁਰਗੇ ਚ ਹੁੰਦੀ ਆ ਮੁਰਗੇ ਦੀਆਂ ਬਰੀਕ ਬਰੀਕ ਹੱਡੀਆਂ ਆਉਂਦੀਆਂ ਰਹਿੰਦੀਆਂ ਆ
ਕੋਈ ਨੀ ਉਹ ਤੇਲੇ ਸਪੈਸ਼ਲ ਬਣਾਉਂਦੇ ਪਏ ਆ ਬਿਨਾਂ ਬੋਨਲੈਸ ਬਣਾਉਂਦੇ ਪਏ ਤੇਲੇ ਆ ਜਾਣਾ ਫਿਕਰ ਨਾ ਕਰ ਸਵਾਦ ਉਹਦਾ ਟੇਸਟ ਆ ਜਿਹੜਾ ਆਪਾਂ ਘਰਾਂ 'ਚ ਬਣਾਉਂਦੇ ਹਾਂ ਗੋਲ ਲਿਆ ਕੇ ਉਹਦੇ ਵਿੱਚ ਵੀ ਇੰਨਾ ਹੁੰਦੇ ਆ ਆਹੋ ਉਹ ਵੀ ਆਈ ਜਾਣੇ ਕੁਛ ਉਹ ਵੀ ਇੱਦਾਂ ਹੀ ਹੋਣਾ ਇੱਦਾਂ ਹੋਣਾ ਜਿੱਦਾਂ ਹੁਣ ਹੋਇਆ ਜੀ ਹੁਣ ਮੁਰਗਾ ਹੈਗਾ ਹੱਡੀ ਦਾ ਹੋਊਗੀ ਵਿੱਚ ਹੁਣ ਬਿਨਾਂ ਹੱਡੀ ਤੋਂ ਸਪੈਸ਼ਲ ਬਣਾਉਣ ਲੱਗੇ ਆ ਉਹ ਇਹ ਹੱਡੀਆਂ ਹੁੰਦੀਆਂ ਕਿ ਕੰਡੇ ਹੁੰਦੇ ਨਹੀਂ ਹੱਡੀਆਂ ਹੁੰਦੀਆਂ ਕੰਡੇ ਰੜੋ ਹੁੰਦੇ ਆ ਕੰਡੇ ਤਾਂ ਮੱਛੀ ਲੱਗਦੀਆਂ ਤਿੱਖੀਆਂ ਕੰਡੇ ਤਾਂ ਮੱਛੀ ਜੀ ਹੁੰਦੇ ਆ ਫਿਰ ਬੋਨਲੈਸ ਆ ਗਏ ਲਓ ਜੀ ਆ ਤਿਆਰ ਹੋ ਗਿਆ ਆ ਗਿਆ ਬੋਨਲੈਸ ਆ ਦੇਖੋ ਬਾਦਰ ਵੱਡੇ ਭਾਂਡੇ 'ਚ ਖਾਣ ਵਾਲਾ ਆ ਇਹ ਤਾਂ ਸਜਾ ਕੇ ਲੈ ਕੇ ਆਏ ਬਾਦਰ ਵਾਸਤੇ ਪਲੇਟ ਆਹ ਕਰ ਦਿਓ ਆ ਚੱਕ ਦੇ ਇੱਥੇ ਰੱਖ ਆਹ ਚੱਲ ਰੱਖ ਦੋ ਕੋਈ ਗੱਲ ਨਹੀਂ ਉੱਚੀ ਖਾ ਲੈਣਾ ਹੁਣ ਉਹ ਪਲਟੀ ਮਾਰ ਕੇ ਹੁਣ ਬਹਾਦਰ ਨੂੰ ਉਹ ਬਹਾਦਰ ਨੇ ਡਿਮਾਂਡ ਕਰ ਦਿੱਤੀ ਹੈ ਵੀ ਆਹ ਵਾਲੇ ਹੈ ਨਾ ਜਿਹੜਾ ਵੱਡਾ ਭਾਂਡਾ ਹੈ ਇੱਥੇ ਵਿੱਚ ਸਾਰੇ ਰੱਖ ਦੇ ਆਹ ਚੱਕ ਲੈ ਐਕਸਲ ਇਹ ਦੀ ਖਾ ਹੁਣ ਹਾਂ ਆਹ ਪਲੇਟ ਚੱਕ ਦੇ ਯਾਰ ਇੱਥੇ ਸਾਰੀ ਸਾਰੀ ਪਲੇਟ ਚੱਕ ਦੇ ਜਿਹੜੇ ਸ਼ੈਫ ਆ ਜਬਾਦਰ ਨੇ ਬਿਪਤਾ 'ਚ ਪਾਏ ਹੋਏ ਸਪੈਸ਼ਲ ਬਣਾ ਕੇ ਲੈ ਕੇ ਹੁੰਦੇ ਉਹ ਗ੍ਰੇਵੀ ਵਾਲਾ ਅੱਗੇ ਜ਼ਿਆਦਾਤਰ ਰੂਟੀਨ 'ਚ ਜਿਹੜੇ ਇਹਨਾਂ ਕੋਲ ਬੰਦੇ ਆਉਂਦੇ ਹੈ ਨਾ ਅਤੇ ਉਹ ਜਿਹੜੇ ਜੋ ਵੀ ਨੋਰਮਲ ਸਨੈਕਸ ਦੇ ਵਿੱਚ ਹੁੰਦਾ ਜਾਂ ਗ੍ਰੇਵੀ ਵਾਲਾ ਜਾਂ ਮੇਨ ਕੋਰਸ ਦੇ ਵਿੱਚ ਹੁੰਦਾ ਹੈ ਨਾ ਉਹ ਖਾ ਲੈਂਦੇ ਆ ਪਰ ਅੱਜ ਬਹਾਦਰ ਜੀ ਦੀ ਸਪੈਸ਼ਲ ਡਿਮਾਂਡ ਆ ਬਹਾਦਰ ਜੀ ਹੁਣ ਉਹ ਬੱਕਰਾ ਆ ਗਿਆ ਬੱਕਰਾ ਖਾ ਲਓ ਵਾਲਾ ਅੱਛਾ ਇਹ ਇੱਕ ਮਿੰਟ ਭਾਅ ਜੀ ਇਹ 'ਚ ਪਾ ਕੇ ਖਾਣਾ ਆਹ ਵਾਲੇ ਵੱਡੇ ਭਾਂਡੇ 'ਚ ਪਾ ਕੇ ਖਾਣਾ ਇਹਨੂੰ ਰੋਟੀਆਂ ਨੂੰ ਕੱਢ ਕੇ ਉਹਦੇ ਵਿੱਚ ਰੱਖ ਦਿਓ ਦੀਵੇ ਬਹਾਦਰ ਜੀ ਹੁਣ ਬੱਕਰਾ ਆ ਰਿਹਾ ਤੁਹਾਡੇ ਵਾਸਤੇ ਹੁਣ ਨੀ ਹੁੰਦੀ ਹਵਾ ਹੁਣ ਸਾਡੇ ਵਾਲੀ ਹੁੰਦੀ ਆ ਹਵਾ ਲਓ ਜੀ ਬਹਾਦਰ ਜੀ ਹੁਣ ਆ ਗਿਆ ਬੱਕਰਾ ਕਰ ਦੋ ਸ਼ੁਰੂਆਤ ਬਹਾਦਰ ਜੀ ਨੂੰ ਪਹਿਲਾਂ ਚੰਡੀਗੜ੍ਹ ਜਾਣ ਦਾ ਕਿਹਾ ਸੀ ਤਾਂ ਬਹਾਦਰ ਜੀ ਮੰਨਦੇ ਨਹੀਂ ਇਹ ਜਿੱਦਾਂ ਦਿੱਲੀ ਸਾਈਕਲ 'ਤੇ ਹੀ ਆਉਂਦੇ ਜਾਂਦੇ ਹੈ ਨਾ ਤਾਂ ਇਹਨਾਂ ਦਾ ਮੰਨਣਾ ਇਹ ਸੀਗਾ ਵੀ ਸਾਈਕਲ 'ਤੇ ਤਾਂ ਬਹੁਤ ਜਿੱਦਾਂ ਟਾਈਮ ਲੱਗ ਜਾਂਦਾ ਤੁਹਾਨੂੰ ਗੱਡੀ 'ਚ ਵੀ ਸ਼ਾਇਦ ਉਨਾ ਟਾਈਮ ਲੱਗੇ ਜਾਂ ਉਹ ਤੋਂ ਥੋੜ੍ਹਾ ਘੱਟ ਟਾਈਮ ਲੱਗੇ ਤਾਂ ਜਲੰਧਰ ਆ ਕੇ ਬਹਾਦਰ ਜੀ ਦਾ ਮਨ ਬਦਲ ਗਿਆ ਕਹਿੰਦੇ ਚੰਡੀਗੜ੍ਹ ਹੀ ਜਾਣਾ ਸੀਗਾ ਹੁਣ ਆ ਗਿਆ ਬੱਕਰਾ ਬਹਾਦਰ ਜੀ ਵਾਸਤੇ ਪਿਆਰ ਇਹਦੇ ਕੋਈ ਲਓ ਜੀ ਹੁਣ ਬਹਾਦਰ ਜੀ ਖੜੇ ਹੋ ਗਏ ਐਨ ਹੁਣ ਇਹ ਖੜ ਕੇ ਹੀ ਸਹੀ ਰਹਿਣਾ ਅੱਛਾ ਬੈਠ ਕੇ ਨਹੀਂ ਖਾਣਾ ਹੈ ਨਾ ਹੁਣ ਅੱਛਾ ਲਓ ਜੀ ਬਹਾਦਰ ਜੀ ਹੁਣ ਆਪਣੀ ਪੋਜੀਸ਼ਨ ਇਹਨਾਂ ਨੇ ਚੇਂਜ ਕਰ ਲਈ ਆ ਹੁਣ ਖੜ ਕੇ ਖਾਣ ਲੱਗੇ ਬਹਾਦਰ ਜੀ ਹਾਂ ਕਿੱਦਾਂ ਇੱਥੇ ਰੱਖ ਹੋਣਾ ਹੋਰ ਨਹੀਂ ਕੋਈ ਟੇਬਲ ਮਿਲਣਾ ਇਹੀ ਮਿਲਣਾ ਕੋਈ ਨਾ ਬਹਾਦਰ ਜੀ ਹੁਣ ਹੋ ਗਏ ਆ ਖੜੇ ਹੋ ਗਏ ਅੱਛਾ ਲਓ ਜੀ ਹੁਣ ਖੜੇ ਹੋ ਗਏ ਬਹਾਦਰ ਜੀ ਖਾ ਰਹੇ ਨੇ ਡੋਂਗਾ ਲੈ ਆਉਂਦਾ ਉਹਨਾਂ ਨੇ ਇਹ ਬਹਾਦਰ ਜੀ ਹੁਣ ਖੜੇ ਹੋ ਕੇ ਖਾ ਕੇ ਬੈਠ ਕੇ ਖਾਣੀ ਹੁੰਦੀ
ਲਓ ਜੀ ਇਹ ਹੈਗਾ ਛੇਵਾਂ ਛੇਵਾਂ ਬਟਰ ਨਾਨ ਨੇ ਤਿੰਨ ਦੋ ਪਹਿਲਾਂ ਹੋ ਗਏ ਹੈ ਨਾ ਦੋ ਪਹਿਲਾਂ ਸੀਗੇ ਇਹ ਹੁਣ ਤੀਜਾ ਕਿਨਵਾ ਬਾਦਰ ਜੀ ਕਿਨਵਾ ਬਟਰ ਨਾਨ ਇਹ ਕੋਈ ਨਹੀਂ ਕੀ ਰਹਿਣਾ ਰੱਜ ਲੈਣ ਦੇ ਨਾ ਵੀ ਗਣੇ ਦੋ ਦੋ ਪੀਸ ਕੋਈ ਗੱਲ ਨਹੀਂ ਹੁਣ ਹੁਣ ਵੱਧ ਲੈ ਕੇ ਆਉਣਗੇ ਲਓ ਜੀ ਸ਼ੁਰੂਆਤ ਹੋ ਗਈ ਹੈ ਬਾਦਰ ਜੀ ਪਹਿਲਾਂ ਬਹਿ ਕੇ ਖਾਂਦੇ ਸੀਗੇ ਹੁਣ ਗਏ ਆ ਖੜੇ ਹੋ ਗਏ ਆ ਹੁਣ ਖੜੇ ਹੋ ਕੇ ਸਪੀਡ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਖਾ ਰਹੇ ਨੇ ਤਾਂ ਇੱਧਰ ਜਿਹੜਾ ਬੱਕਰਾ ਆ ਬੱਕਰਾ ਘੱਟ ਗਿਆ ਹੈ ਇੱਧਰ ਮਤਲਬ ਇੱਕ ਹੀ ਆਈ ਸੀਗੀ ਕੌਲੀ ਤਾਂ ਹੁਣ ਉਹਨਾਂ ਨੇ ਹਾਂ ਹਾਂ ਕੋਈ ਗੱਲ ਨਹੀਂ ਹੱਡੀ ਸਾਈਡ ਤੇ ਰੱਖ ਦਿਓ ਉਹ ਹੱਡੀ ਉਹਦੀ ਛੋਟੀ ਹੋਣੀ ਆ ਆਹ ਲਓ ਜੀ ਰੋਟੀ ਹੁਣ ਮੁੱਕ ਗਈ ਆ ਇਹ ਵੀ ਹਾਂਜੀ ਤੁਸੀਂ ਕੀ ਕਹੋਗੇ ਭਾਜੀ ਜ਼ਿਆਦਾਤਰ ਬਹਾਦਰ ਜੀ ਏਦਾਂ ਖੜ ਕੇ ਖਾਂਦੇ ਆ ਬਹਿ ਕੇ ਖਾਂਦੇ ਆ ਸੋਰੀ ਖੜ ਕੇ ਖਾਂਦੇ ਆ ਅੱਜ ਇਹਨਾਂ ਨੇ ਬਹਿ ਕੇ ਖਾਣ ਦੀ ਕੋਸ਼ਿਸ਼ ਕੀਤੀ ਜਾਣੀ ਕਿ ਸਨੈਕਸ ਵਗੈਰਾ ਚਿਕਨ ਵਗੈਰਾ ਇਹਨਾਂ ਨੇ ਬਹਿ ਕੇ ਖਾਧਾ ਅੱਜ ਹੁਣ ਰੋਟੀਆਂ ਦੀ ਵਾਰੀ ਆ ਗਈ ਆ ਤੇ 70 ਰੋਟੀਆਂ ਖਾਂਦਾ ਤਾਂ ਤੁਸੀਂ ਬਹਾਦਰ ਦੇਖਿਆ ਹੋਊਗਾ ਵੀ ਬਹਾਦਰ ਨੇ ਤਾਂ ਕੋਈ 70 ਰੋਟੀਆਂ ਦਾ ਰਿਕਾਰਡ ਦੇਖਿਆ ਹੋਊਗਾ ਅੱਜ ਬਾਰਬੀਕਿਊ ਨੇਸ਼ਨ ਦੇ ਵਿੱਚ ਦੇਖਣਾ ਵੀ ਬਹਾਦਰ ਵਾਕਈ 70 ਰੋਟੀਆਂ ਖਾਂਦਾ ਜਾਂ ਨਹੀਂ 70 ਰੋਟੀਆਂ ਤਾਂ ਦੇਖਣ 'ਚ ਆ ਵੀ ਬਹੁਤ ਵੱਡੀਆਂ ਹੁੰਦੀਆਂ ਆਮ ਤਾਂ ਆਪਾਂ 5-7 ਖਾ ਕੇ ਰੱਜ ਜਾਂਦੇ ਹਾਂ ਅੱਜ 70 ਰੋਟੀਆਂ ਦਾ ਅੱਜ ਬਹਾਦਰ ਰਿਕਾਰਡ ਜ਼ਰੂਰ ਤੋੜੂਗਾ ਦੇਖਦੇ ਹਾਂ ਉਹ ਆ ਗਿਆ ਬਹਾਦਰ ਜੀ ਬੱਕਰਾ ਹੋਰ ਆ ਗਿਆ ਲਓ ਜੀ ਇੱਧਰ ਵੱਡੇ ਸਾਰੇ ਭਾਂਡੇ 'ਚ ਬੱਕਰਾ ਪੈਣਾ ਸ਼ੁਰੂ ਹੋ ਗਿਆ ਰੋਟੀ ਆ ਰਹੀ ਆ ਨਹੀਂ ਬਸ ਉੱਧਰ ਹੀ ਖੜੇ ਹੋ ਗਏ ਘਰ ਨੂੰ ਬਹਾਦਰ ਵਾਲਾ ਇੱਧਰ ਮੈਂ ਵੀ ਥੋੜ੍ਹਾ ਖਾ ਦਵਾਂ ਕੁਛ ਬਹਾਦਰ ਕਹਿੰਦਾ ਖਾਣ ਇੱਥੇ ਆ ਜਾਣਾ ਸੀ ਰੋਟੀਆਂ ਬੰਗਿਆਂ ਤੋਂ ਬਣਵਾ ਕੇ ਲਿਆਉਣੀਆਂ ਸੀ ਆਪਾਂ ਅੱਛਾ ਰੋਟੀਆਂ ਉੱਥੋਂ ਬਣਾ ਕੇ ਲੈ ਆਣੀਆਂ ਸੀ ਤਵੇ ਵਾਲੀਆਂ ਚੱਲ ਕੋਈ ਨੀ ਇਹ ਵੀ ਰੋਟੀ ਆ ਬਸ ਇਹ ਸ਼ਹਿਰੀਆਂ ਦੀ ਰੋਟੀ ਆ ਜ਼ਿਆਦਾ ਇਹ ਤਾਂ ਹੈ ਇਹਨੂੰ ਥੋੜ੍ਹਾ ਟਾਈਮ ਲੱਗਦਾ ਠੰਡੀ ਹੋ ਜਾਂਦੀ ਹੈ ਤਵੇ ਵਾਲੀ ਰੋਟੀ ਬੰਗਿਆਂ ਤੋਂ ਬਣਵਾ ਲੈਣੀ ਸੀ ਕੋਈ ਨੀ ਕੋਈ ਨੀ ਕੋਈ ਨੀ ਜਿੰਨੇ ਨਾਨ ਖਾ ਹੁੰਦੇ ਖਾ ਲਾ ਬਹਾਦਰ ਜ਼ਰੂਰ ਬਹਾਦਰ ਜੀ ਬੰਦਿਆਂ ਦੀ ਸਰਵਿਸ ਕਿੱਦਾਂ ਦੀ ਲੱਗੀ ਕਿੱਦਾਂ ਦਾ ਹੁਣ ਉੱਥੇ ਜਾ ਕੇ ਥੋੜ੍ਹਾ ਖਾਣੀ ਆ ਨਹੀਂ ਨਹੀਂ ਪਹਿਲਾਂ ਇੱਥੋਂ ਰੱਜ ਕੇ ਜਾਣਾ ਉੱਥੇ ਜਾ ਬੰਗੀ ਜਾ ਕੇ ਕਾਹਦੇ ਖਾਣੀ ਆ ਅੱਛਾ ਚੱਲ 20 ਨਾਨ ਖਾ ਲਾ 20 ਨਾਨ ਖਾ ਕੇ ਜੇ ਤੈਨੂੰ ਨਹੀਂ ਨਾਨ ਖਾ ਹੁੰਦੇ ਬੀਹਾਂ ਨਾਨਾਂ ਤੋਂ ਬਾਅਦ ਫਿਰ ਤੈਨੂੰ ਬੰਗੀ ਰੋਟੀ ਵੀ ਖਵਾ ਦਾਂਗੇ ਯਾਰ 70-60 ਦਾ ਖਾ ਲੂੰਗਾ ਘੱਟੋ ਘੱਟ ਲਫਾਫੇ ਚ ਡਿਬਾ ਕੇ ਦੇਣਾ ਉਹਨਾਂ ਨੇ ਆਪਣੇ ਲਫਾਫੇ ਚ ਇਹ ਥੋੜੋ ਇੱਥੇ ਜਿੰਨਾ ਮਰਜ਼ੀ ਚੱਕ ਕੇ ਨਹੀਂ ਇੱਥੇ ਜਿੰਨਾ ਮਰਜ਼ੀ ਖਾ ਇੱਥੇ ਇੱਥੇ ਭਾਵੇਂ ਸਾਬਤਾ ਬੱਕਰਾ ਪੂਰਾ ਖਾ ਲਾ ਇਹਨਾਂ ਨੇ ਚੱਕਵਾ ਨਹੀਂ ਦੇਣਾ ਇਹਨਾਂ ਨੇ ਜਦ ਆਪਾਂ ਇਹਨਾਂ ਨੂੰ ਪੈਸੇ ਦਿੱਤੇ ਫਿਰ ਬੱਕਰਾ ਹੀ ਖਾ ਲਾ ਫਿਰ ਅੱਜ ਕੇ ਰੋਟੀ ਨਾ ਰੋਟੀ ਅੱਜ ਨਾ ਖਾ
ਬੱਕਰੇ ਦੇ ਦੋ ਤਿੰਨ ਬਾਲਟੀ ਬਾਲਟੀ ਖਾ ਲਾ ਬੱਕਰਾ ਇੱਕ ਭਰ ਕੇ ਜੇ ਇੱਥੋਂ ਜਾਣ ਤੋਂ ਬਾਅਦ ਕਸਰ ਰਹਿ ਗਈ ਫਿਰ ਬੰਗੀ ਵੀ ਖਿਲਾ ਦੇਵਾਂਗੇ ਬਹਾਦਰ ਕਹਿੰਦਾ ਕੱਟ ਕੇ ਨੀ ਨਾਨ ਲਿਆਉਣਾ ਸਾਬਤਾ ਦਿਓ ਸਾਬਤੇ ਨਾਨ ਆ ਗਿਆ ਕਹਿੰਦਾ ਹੈ ਕਿੰਨੇ ਕਿਹਾ ਦੋ ਤਾਂ ਹੈਗੇ ਛੁੱਟੀ ਚੂ ਦੇ ਲਓ ਜੀ ਟਿਸ਼ੂ ਰੱਖ ਦਿੱਤੇ ਆ ਹੁਣ ਬਿਲਕੁਲ ਹੁਣ ਲੈ ਕੇ ਆਉਣ ਲੱਗੇ ਹੁਣ ਟਿਸ਼ੂ ਵੀ ਦੇਖਦੇ ਆ ਲਓ ਜੀ ਬਹਾਦਰ ਜੀ ਉਹ ਨਾਨ ਲੈ ਕੇ ਆਉਂਦੇ ਸੀ ਕੱਟ ਕੇ ਮਤਲਬ ਜਿਵੇਂ ਨਾਨ ਕੱਟ ਕੇ ਦਿੰਦੇ ਆਪਾਂ ਨਾਨ ਦੇਖਦੇ ਹਾਂ ਨਾ ਖਾਂਦੇ ਹਾਂ ਕੱਟ ਕੇ ਪਰ ਇੱਧਰ ਬਹਾਦਰ ਜੀ ਨੂੰ ਇਹਨਾਂ ਨੇ ਹੁਣ ਲਿਆਤੇ ਆ ਸਾਬਤੇ ਨਾਨ ਇਹਨਾਂ ਨੇ ਨਾ ਬਹਾਦਰ ਜੀ ਦਾ ਵੀ ਕੰਮ ਸੌਖਾ ਕਰ ਉਹਨਾਂ ਦਾ ਹਲਵਾਈਆਂ ਦਾ ਕੰਮ ਸੌਖਾ ਕਰਤਾ ਕੱਟਣ ਕਟਾਉਣ ਵਾਲਾ ਕੰਮ ਹੀ ਖਤਮ ਕਰ ਦਿੱਤਾ ਹੈ ਨਾਨ ਤੁਸੀਂ ਤੰਦੂਰੀਆਂ ਨੂੰ ਮਾੜੀ ਜਾਈਏ ਮਾਲਿਸ਼ ਮੁਲਿਸ਼ ਕਰ ਦਿਓ 70 ਨਾਨ ਜਾਣਗੇ ਅੱਜ ਕਿੱਦਾਂ ਕੀ ਆਹ ਮੰਗਾਉਣਾ ਹੋਰ ਅੱਛਾ ਲਓ ਜੀ ਬੱਕਰਾ ਵੀ ਹੋਰ ਮੰਗਾ ਦਿੰਦੇ ਹਾਂ ਬਹਾਦਰ ਜੀ ਮਟਨ ਲੈ ਆਓ ਹਾਂ ਭਾਈ ਨੇ ਆਪਾਂ ਰੱਖ ਦਿਓ ਇੱਥੇ ਬੱਕਰੇ ਦੀ ਫਰਮਾਇਸ਼ ਜ਼ਿਆਦਾ ਜੀ ਬਹਾਦਰ ਕਹਿੰਦਾ ਬੱਕਰਾ ਲੈ ਕੇ ਆਓ ਮੁਰਗਾ ਜਿਹੜਾ ਮੁਰਗੇ ਦੀ ਹੱਡੀ ਦਾ ਮਤਲਬ ਇਹਨਾਂ ਨੂੰ ਇਹ ਆ ਵੀ ਹੱਡੀ ਜਿੱਦਾਂ ਲੱਗਦੀ ਹੋਵੇ ਵੀ ਵਿੱਚ ਹੱਡੀ ਹੋਵੇ ਬੋਨਲੈਸ ਮੁਰਗਾ ਵੀ ਇਹਨਾਂ ਨੂੰ ਦਿੱਤਾ ਸੀ ਪਰ ਇਹਨਾਂ ਦਾ ਵਹਿਮ ਇਹ ਆ ਵੀ ਵਿੱਚ ਸ਼ਾਇਦ ਹੱਡੀ ਹੋਵੇ ਹੁਣ ਇਹਨਾਂ ਨੂੰ ਬੱਕਰਾ ਮੰਗਾ ਕੇ ਦਿੱਤਾ ਬਹਾਦਰ ਜੀ ਨੇ ਲਓ ਜੀ ਬੱਕਰਾ ਹੋਰ ਆ ਗਿਆ ਇੱਧਰ ਆ ਵੱਡੇ ਭਾਂਡੇ 'ਚ ਪੱਟੀ ਮਾਰ ਦਿੱਤੀ ਬੱਕਰੇ ਦੀ ਆਹ ਬਾਰਬੀਕਿਊ ਨੇਸ਼ਨ ਦੀ ਸਰਵਿਸ ਦੇ ਰਹੇ ਆ ਭਰਾ ਆਪਣੇ ਇੱਧਰ ਹੱਡੀਆਂ ਇੱਧਰ ਬਹਾਦਰ ਜੀ ਹੱਡੀਆਂ ਸਾਈਡ ਤੇ ਰੱਖੀਆਂ ਉਹ ਹੱਡ ਚੱਲ ਇਹਦੇ ਛੋਟੇ ਹੀ ਹੋਣੇ ਆ ਕੱਢ ਕੇ ਰੱਖ ਦਿਓ ਸਾਈਡ ਤੇ ਕੋਈ ਨਾ ਨਰਮ ਆਉਣਗੇ ਕੋਈ ਨੀ ਨਰਮ ਬਣਾ ਕੇ ਦੇ ਦੋ ਹਾਂ ਨਰਮ ਬਣਾ ਕੇ ਦੇਣਗੇ ਹੁਣ ਲਓ ਜੀ ਇੱਕ ਪਲੇਟ ਹੋਰ ਆ ਗਈ ਆ ਬੱਕਰੇ ਦੀ ਇੱਧਰ ਇਹ ਸਪੈਸ਼ਲ ਬੱਕਰਾ ਅੱਜ ਬਹਾਦਰ ਜੀ ਨਹੀਂ ਬਣ ਰਿਹਾ ਸਪੈਸ਼ਲ ਇਹਨਾਂ ਨੂੰ ਬਾਰਬੀਕਿਊ ਨੇਸ਼ਨ ਵਾਲਿਆਂ ਨੂੰ ਪਹਿਲਾਂ ਹੀ ਇਹੀ ਦੱਸ ਦਿੱਤਾ ਵੀ ਬੰਦਾ ਆਉਣਾ ਆ ਇਹ ਜ਼ਿਆਦਾ ਖਾਣ ਵਾਲਾ ਤਾਂ ਇਹ ਸਪੈਸ਼ਲ ਸਮਾਨ ਤਿਆਰ ਕਰਕੇ ਰੱਖਿਓ ਅਤੇ ਕੱਲ੍ਹ ਦੇ ਇਹਨਾਂ ਦੇ ਹਲਵਾਈ ਤਿਆਰ ਬੈਠੇ ਸੀਗੇ ਤਾਂ ਉਹਨਾਂ ਨੂੰ ਪਤਾ ਸੀਗਾ ਵੀ ਬਹਾਦਰ ਨੇ ਆਉਣਾ ਆ ਅਤੇ ਅੱਜ ਹੁਣ ਤਿਆਰੀ ਖਿੱਚ ਲਈ ਇਹਦਾ ਬੱਕਰਾ ਪੱਟੀ ਮਾਰ ਦਿੱਤੀ ਆ ਬੱਕਰੇ ਦੀ ਇੱਧਰ ਵੱਡੇ ਭਾਂਡੇ 'ਚ ਆ ਬਹਾਦਰ ਜੀ ਬੱਕਰਾ ਹੋਰ ਆਵੇ ਓਕੇ ਲਓ ਜੀ ਬਹਾਦਰ ਜੀ ਵੱਡਾ ਸਾਰਾ ਡੌਂਗਾ ਆ ਉਹਦੇ ਵਿੱਚ ਬੱਕਰਾ ਪਾ ਦਿੱਤਾ ਆ ਉਹਨਾਂ ਨੇ ਹਾਂਜੀ ਕਿੱਦਾਂ ਕਿੱਦਾਂ ਕੀ ਕਹਿੰਦੇ ਬਹਾਦਰ ਜੀ ਕੌਲੀਆਂ ਅੱਛਾ ਵੱਡਾ ਤਾਂ ਬਹਾਦਰ ਜੀ ਕਹਿੰਦੇ ਵੀ ਮੇਰੇ ਵਾਲਾ ਅੱਛਾ ਪਰ ਬਹਾਦਰ ਜੀ ਉਹ ਲਿਆਉਣ ਨਹੀਂ ਦਿੰਦੇ ਅੰਦਰ ਨਹੀਂ ਹੈ ਬਾਹਰਲੇ ਭਾਂਡੇ ਆਪਾਂ ਅੰਦਰ ਨਹੀਂ ਲਿਆ ਸਕਦੇ ਆਹ ਭਾਜੀ ਹੁਣੀ ਇੱਧਰ ਸਾਡੇ ਕੋਲ ਖੜੇ ਆ ਵਾਰ ਵਾਰ ਬਹਾਦਰ ਜੀ ਤੋਂ ਪੁੱਛ ਪੜਤਾਲ ਕਰਦੇ ਵੀ ਹੋਰ ਕੁਛ ਚਾਹੀਦਾ ਜਾਂ ਕਿਹੋ ਜਿਹਾ ਟੇਸਟ ਲੱਗਾ ਆ ਸਾਰਾ ਕੁਛ ਇੱਧਰ ਫੀਡਬੈਕ ਜ਼ਰੂਰ ਲੈਂਦੇ ਆ ਬਾਰਬੀਕਿਊ ਨੇਸ਼ਨ ਵਾਲਿਆਂ ਦੀ ਇਹ ਖਾਸੀਅਤ ਆ ਭਾਵੇਂ ਇੱਥੇ ਜਿੱਦਾਂ ਦਾ ਮਰਜ਼ੀ ਬੰਦਾ ਆਵੇ ਇਹਨਾਂ ਦੀ ਸਾਰੇ ਇੱਕੋ ਬਰਾਬਰ ਆ ਤਾਂ ਬਹਾਦਰ ਜੀ ਦੀ ਵਾਰ ਵਾਰ ਇਹ ਐਨ ਪੂਰੀ ਹੈ ਨਾ ਐਕੂਰੇਸੀ ਦੇ ਨਾਲ ਗੱਲ ਸੁਣਦੇ ਆ ਵੀ ਕੀ ਤੁਹਾਨੂੰ ਟੇਸਟ ਦੇ ਵਿੱਚ ਕੁਝ ਫਰਕ ਲੱਗਾ ਜਾਂ ਕੁਛ ਵੀ ਹੈ ਨਾ ਬਹੁਤ ਵਾਰ ਇੱਧਰ ਆ ਕੇ ਗਏ ਆ ਇੱਧਰ ਖਾਣ ਪੀਣ ਨੂੰ ਤਾਂ ਬਹੁਤ ਕੁਛ ਹੈਗਾ ਜਿਹੜਾ ਹੈ ਨਾ ਜਲੰਧਰ ਦਾ ਬਾਰਬੀਕਿਊ ਨੇਸ਼ਨ ਆ ਜਾਂ ਬਾਰਬੀਕਿਊ ਨੇਸ਼ਨ ਹੋਰ ਪਾਸੇ ਵੀ ਜਾਂਦੇ ਹੋ ਜਲੰਧਰ 'ਚ ਤਾਂ ਵੈਸੇ ਦੋ ਆ ਕਿਊਰੋ ਮਾਲ 'ਚ ਇੱਕ ਜਿਹੜਾ 66 ਫੁੱਟੀ ਰੋਡ 'ਤੇ ਇੱਕ ਮਾਡਲ ਟਾਊਨ ਦੇ ਵਿੱਚ ਆ ਤਾਂ ਇਹਨਾਂ ਦੀ ਸਰਵਿਸ ਮਾਡਲ ਟਾਊਨ ਵਾਲਿਆਂ ਦੀ ਵਧੀਆ ਲੱਗਦੀ ਆ ਅਸੀਂ ਤਾਂ ਕਰਕੇ ਇੱਥੇ ਆਉਂਦੇ ਹਾਂ
ਤਾਂ ਸੋਚਿਆ ਅੱਜ ਬਹਾਦਰ ਜੀ ਨੂੰ ਵੀ ਲੈ ਕੇ ਆਈਏ। ਬਹਾਦਰ ਜੀ ਦਾ ਸਟਾਈਲ ਦੇਖ ਸਕਦੇ ਹੋ ਖਾਣ ਦਾ ਤੁਸੀਂ। ਨੈਪਕਿਨ ਸ਼ੁਰੂਆਤ 'ਚ ਬਹਾਦਰ ਜੀ ਨੇ ਇਹੀ ਕਹਿ ਦਿੱਤਾ ਸੀ ਵੀ ਕਿ ਨੈਪਕਿਨਾਂ ਦਾ ਜਿਹੜਾ ਡੱਬਾ ਲਿਆ ਕੇ ਰੱਖ ਦਿਉ, ਵੀ ਨੈਪਕਿਨਾਂ ਦੀ ਮੈਨੂੰ ਬਹੁਤ ਸਖ਼ਤ ਲੋੜ ਪੈਂਦੀ ਰਹਿੰਦੀ ਹੈ। ਲਓ ਜੀ ਬਟਰ ਨਾਨ ਹੋਰ ਆ, ਜਿਹੜੇ ਨਾਨ ਹੋਰ ਆ ਗਏ ਆ ਇੱਧਰ ਵੱਡਾ ਡੋਂਗਾ ਉੱਥੇ ਰੱਖਦੇ ਨੇ। ਲਓ ਜੀ ਬਹਾਦਰ ਜੀ ਨੇ ਫਰਮਾਇਸ਼ ਪਾ ਦਿੱਤੀ, ਨਹੀਂ ਇੱਥੇ ਰੱਖਦੇ ਨੇ, ਕੋਈ ਗੱਲ ਨਹੀਂ, ਇੱਥੇ ਨਹੀਂ ਆਉਂਦੀ ਹਵਾ, ਇੱਥੇ ਨਹੀਂ, ਨਹੀਂ ਨਹੀਂ ਕੋਈ ਗੱਲ ਨਹੀਂ, ਇੱਥੇ ਰੱਖਦੇ ਰਹੇ। ਲਓ ਜੀ ਇਹ ਬੰਦੇ, ਉਹ ਨਹੀਂ ਉੱਥੇ ਵੀ ਨਹੀਂ ਆਉਂਦੀ ਹਵਾ, ਲਓ ਜੀ ਬਹਾਦਰ ਜੀ ਨੇ ਟੇਬਲ ਤੇ ਸਰਵਿਸ ਦੇਣ ਆਏ ਸੀ ਤਾਂ ਆਹ ਬਹਾਦਰ ਜੀ ਨੇ ਨਾਂ ਰਖਾ ਦਿੱਤੇ ਆਪਣੇ। ਅੱਛਾ ਵੀ ਉੱਥੇ ਕੋਈ ਗੱਲ ਨਹੀਂ, ਹੌਲੀ ਹੌਲੀ ਆਉਂਦੇ ਆ ਹਲੇ। ਲਓ ਜੀ ਆਹ ਹੈਗੇ ਨਾਨ ਫੜੇ ਹੋਏ ਆ ਬਹਾਦਰ ਜੀ ਦੇ ਹੱਥ 'ਚ, ਉੱਧਰੋਂ ਬੱਕਰਾ ਜਾ ਰਿਹਾ, ਬੱਕਰਾ ਖਾਈ ਜਾਂਦੇ ਆ ਬਹਾਦਰ ਜੀ। ਬਹਾਦਰ ਜੀ ਸਵਾਦ ਕਿੱਦਾਂ ਦਾ ਲੱਗਾ ਟੇਸਟ? ਵਧੀਆ ਲੱਗਾ ਹੈ। ਰੋਟੀ ਲੈ ਲਵਾਂਗੇ ਇੱਥੋਂ ਬੰਗਿਆਂ ਤੋਂ, ਬੰਗਿਆਂ ਤੋਂ ਰੋਟੀ ਰੋਟੀ ਖਾ ਆਉਣੀ ਆ। ਲਓ ਜੀ ਬਹਾਦਰ ਜੀ ਦਾ ਤੇ ਮੇਰੇ ਹਿਸਾਬ ਨਾਲ ਦਸਵਾਂ ਬਾਰਵਾਂ ਨਾਨ ਹੋਣਾ ਹੈ, ਇਹ ਇਹਨਾਂ ਨੇ ਖਾ ਲਿਆ ਆ, ਖਾਂਦੇ ਪਏ ਆ। ਤੇ ਇੱਧਰ ਬਾਰਬੀਕਿਊ ਨੇਸ਼ਨ ਤੁਸੀਂ ਦੇਖ ਸਕਦੇ ਹੋ, ਆਹ ਸਾਰੇ ਟੇਬਲ ਲੱਗੇ ਹੋਏ ਆ। ਤੇ ਇੱਧਰ ਆਹ ਸਰਵਿਸ ਕਰਦੇ ਆ ਭਰਾ, ਉੱਧਰ ਗੋਲ ਗੱਪੇ ਵਗੈਰਾ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਸਮਾਨ ਹੈ ਇੱਥੇ ਮਿਲਦਾ, ਜਿੰਨਾ ਮਰਜ਼ੀ ਖਾਓ ਜੀ ਭਰ ਕੇ ਖਾਓ। ਅਨਲਿਮਿਟਿਡ ਬਫੇ ਹੈਗਾ ਆ, ਪਰ ਕੁਆਲਿਟੀ ਵਾਈਜ਼ ਹਨਾ ਦੇਖਿਆ ਜਾਵੇ ਤਾਂ ਕੁਆਲਿਟੀ ਇਹਨਾਂ ਦੀ ਵਧੀਆ ਹੁੰਦੀ ਆ, ਸਰਵਿਸ ਵੀ ਵਧੀਆ ਹੁੰਦੀ ਇਹਨਾਂ ਦੀ। ਤਾਂ ਅੰਦਰ ਜੇ ਬੈਠਣ ਦੀ ਗੱਲ ਕਰ ਲਈਏ, ਡਾਇਨਿੰਗ ਏਰੀਆ ਵੀ ਵਧੀਆ ਆ ਸਾਰਾ, ਇੱਥੇ ਏਸੀ ਵਗੈਰਾ ਵਧੀਆ ਪ੍ਰੋਪਰ ਲੱਗਾ ਹੋਇਆ ਹੈ। ਬਹਾਦਰ ਜੀ ਨੂੰ, ਬਹਾਦਰ ਜੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ? ਹੋਰ ਆ ਰਿਹਾ ਉਹ, ਕਹਿ ਦਿੱਤਾ ਉਹਨਾਂ ਨੇ। ਬਹਾਦਰ ਜੀ ਇਹ 'ਚ ਥੁੱਕਣਾ ਆ, ਥੁੱਕਣਾ ਨੇਗਾ ਇਹ 'ਚ ਕਰਨਾ, ਉਹ ਨੈਪਕਿਨ 'ਚ, ਹਾਂ ਨੈਪਕਿਨ 'ਚ ਕੱਢਣੀ ਆ ਸਾਡੀ। ਅੱਛਾ ਨਹੀਂ ਨਹੀਂ ਨੈਪਕਿਨ 'ਚ ਕੱਢਣੀ ਆ ਸਾਡੀ। ਲਓ ਜੀ ਬਹਾਦਰ ਜੀ ਕਹਿੰਦੇ ਮੈਂ ਖੜ ਕੇ ਖਾਣਾ ਆ, ਤਾਂ ਹੁਣ ਖੜ ਕੇ ਖਾਣ ਲੱਗੇ ਹੋਏ ਆ। ਉੱਧਰ ਪਿੱਛੇ ਬੰਦੇ ਘੁੰਮੀ ਜਾਂਦੇ ਆ ਸਾਰੇ, ਜਲੰਧਰ ਦੇ ਅਸੀਂ ਬਾਰਬੀਕਿਊ ਨੇਸ਼ਨ 'ਚ ਆਏ ਹਾਂ। ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਕ ਵਾਰ ਤੁਹਾਨੂੰ ਚੀਜ਼ਾਂ ਜ਼ਰੂਰ ਦਿਖਾ ਦਿੰਦੇ, ਇੱਥੇ ਕੀ ਕੁਛ ਮਿਲਦਾ ਆ। ਆਹ ਇੱਧਰ ਸਾਰੇ ਸਰਵਿਸ ਕਰਦੇ ਆ ਭਰਾ ਆਪਣੇ ਸਾਰੇ ਜਿੰਨੇ ਹੈਗੇ, ਠੀਕ ਹੈ। ਪਰ ਇਹਨਾਂ ਦਾ ਬੋਲਣ ਦਾ ਲਹਿਜਾ ਵਧੀਆ, ਤਰੀਕਾ ਵਧੀਆ ਆ। ਆਹ ਇੱਧਰ ਤਿਆਰ ਕੀਤਾ ਆ, ਪਤਾ ਨਹੀਂ ਕੀ ਕੁਛ ਆ, ਸ਼ਿਮਲਾ ਮਿਰਚ ਵਗੈਰਾ ਰੱਖੀ ਹੋਈ ਆ ਇਹਨਾਂ ਨੇ। ਇੱਧਰ ਸਾਰਾ ਹੈਗਾ ਆ ਬਫੇ ਵਗੈਰਾ, ਬਫੇ ਆ ਇੱਧਰ ਲੱਗਾ ਹੋਇਆ, ਜਿੰਨਾ ਮਰਜ਼ੀ ਅਨਲਿਮਿਟਿਡ ਫੂਡ ਖਾ ਸਕਦੇ ਹਾਂ ਆਪਾਂ। ਇੱਧਰ ਡਿਜ਼ਰਟ 'ਚ ਤੁਸੀਂ ਦੇਖ ਸਕਦੇ ਹੋ ਚੀਜ਼ਾਂ ਕਿੰਨੀਆਂ ਵਧੀਆ ਆ ਖਾਣ ਵਾਲੀਆਂ ਸਾਰੀਆਂ, ਆਹ ਪੇਸਟੀ ਵਗੈਰਾ ਹੈਗੀ ਆ, ਖੀਰ ਵਗੈਰਾ ਸਾਰਾ ਕੁਛ ਆ ਇਹ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਹਾਂ। ਆ ਇੱਧਰ ਸਾਰਾ ਪਿਆਜ਼ ਵਗੈਰਾ ਲੱਗੇ ਹੋਏ, ਜਦੋਂ ਆਪਾਂ ਕਿਸੇ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਇੱਦੀ ਸੈਟਅਪ ਕੀਤਾ ਹੁੰਦਾ ਆ। ਆਹ ਸਾਰਾ ਕੁਛ ਹੈਗਾ ਇੱਧਰ, ਆਹ ਇੱਧਰ ਹੈਗੀ ਕਿਚਨ, ਇੱਧਰ ਪਰਲੇ ਪਾਸੇ ਸਾਰਾ ਫੂਡ ਵਗੈਰਾ ਬਣਾਉਂਦੇ ਆ ਸਾਰੇ ਜਿੰਨੇ ਹੈ ਨਾ। ਇੱਧਰ ਬਹਾਦਰ ਖਾਈ ਜਾਂਦੇ ਆ ਫੂਡ, ਅਤੇ ਮੇਰੇ ਹਿਸਾਬ ਨਾਲ 15-20 ਤਾਂ ਨਾਨ ਹੋ ਗਏ ਹੋਣੇ ਆ, 15-20 ਨਾਨ ਖਾ ਲਏ ਹੋਣੇ ਬਹਾਦਰ ਨੇ, 15 ਕੁ ਦੇ ਕਰੀਬ ਤਾਂ ਸ਼ਾਇਦ ਹੋਣਗੇ, ਕਿਉਂਕਿ ਵੈਸੇ ਕੱਟ ਕੇ ਦਿੰਦੇ ਹੋ। ਇੱਧਰ ਦੋ ਦੋ ਨਾਨ ਲਿਆ ਕੇ ਰੱਖ ਦਿੰਦੇ ਆ ਬਹਾਦਰ ਜੀ ਦੇ ਮੋਹਰੇ। ਅਤੇ ਬਹਾਦਰ ਜੀ ਹੁਣ ਖੜ੍ਹੇ ਹੋ ਕੇ ਖਾ ਰਹੇ ਨੇ। ਕੀ ਸਮਝਾਵਾਂ ਜੀ ਇਹਨਾਂ ਨੂੰ, ਪੀਸ ਲਿਆ, ਪੀਸ ਲਿਆ ਦੋ ਜੀ ਬਹਾਦਰ ਜੀ ਨੂੰ ਬੱਕਰੇ ਦੇ, ਪੀ ਹੱਡ ਮਿਲਣੇ ਬੱਕਰੇ 'ਚ, ਹੱਡ ਤਾਂ ਹੁੰਦੇ, ਬਿਨਾਂ ਹੱਡਾਂ ਤੋਂ ਬੱਕਰਾ ਦੇਖਿਆ ਕਦੀ?
ਬੱਕਰੇ ਚ ਤਾਂ ਹੱਡੀਆਂ ਹੋਣੀਆਂ ਏਡੀਆਂ ਏਡੀਆਂ ਬੱਕਰੀਆਂ, ਬੱਕਰਾ ਖੜਾ ਹੀ ਤਾਂ ਹੁੰਦਾ ਹੱਡੀਆਂ ਹੋਣਗੀਆਂ ਤਾਂ ਉਹ ਚ ਉਹ ਫਿਰ ਮੁਰਗਾ ਸੀਗਾ, ਮੁਰਗੇ ਤਾਂ ਬੱਕਰੇ ਚ ਫਰਕ ਹੁੰਦਾ ਹੈ ਨਾ। ਬਹਾਦਰ ਦੀ ਡਿਮਾਂਡ ਹੈਗੀ ਜੀ ਵੀ ਬਿਨਾਂ ਹੱਡੀ ਤੋਂ ਜਾਂ ਬਿਨਾਂ ਬੋਨ ਤੋਂ ਜਿਹੜਾ ਬੱਕਰਾ ਚਾਹੀਦਾ ਆ, ਪਰ ਇਹਨਾਂ ਨੂੰ ਚਿਕਨ ਖੜਾਇਆ ਸੀਗਾ ਪਹਿਲਾਂ, ਬਿਨਾਂ ਬੋਨਲੈਸ ਚਿਕਨ ਖੜਾਇਆ ਸੀਗਾ। ਅਤੇ ਹੁਣ ਇੱਧਰ ਖਾਈ ਜਾਂਦੇ ਆ ਬਹਾਦਰ ਜੀ। ਬਹਾਦਰ ਜੀ ਹਲੇ ਕਿੰਨੀ ਕਿੰਨੀਆਂ ਕੁ ਹੋਰ ਮਤਲਬ ਆਉਣ ਦੇਈਏ? ਅੱਛਾ, ਉਹ ਤਾਂ ਦੇਖਣ ਵਾਲੇ ਵੀ ਦੇਖਦੇ ਵੀ ਖਾਈ ਜਾਂਦੇ ਆ, ਨਜ਼ਰ ਲੱਗਦੀ ਹੈ। ਅੱਛਾ, ਕੋਈ ਸਮਾਂ ਸੀਗਾ ਬਹਾਦਰ ਜੀ 3-3 ਕਿਲੋ ਜਿਹੜੀਆਂ ਜਲੇਬੀਆਂ ਖਾ ਜਾਂਦੇ ਸੀਗੇ, ਇਹ 'ਚ ਕੋਈ ਝੂਠ ਨਹੀਂ ਹੈਗਾ? ਫਿਰ ਕਿਸੇ ਨੇ ਖਾਧੀਆਂ 3-3 ਕਿਲੋ? ਅੱਛਾ, ਫਿਰ ਕੋਈ ਸਮਾਂ ਸੀਗਾ ਬਹਾਦਰ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਭਾਈ ਇਹਨਾਂ ਵੀ ਬਿਮਾਰੀਆਂ ਲੱਗਦੀਆਂ ਜਾਂ ਸ਼ੂਗਰ ਹੁੰਦੀਆਂ ਨੇ? ਫਿਰ ਬਹਾਦਰ ਦੇ ਮਨ ਦੇ ਵਿੱਚ ਉਹੀ ਡਰ ਸਹਿਮ ਬਣ ਗਿਆ ਵੀ ਮੈਂ ਹੁਣ ਖਾਣੀਆਂ ਹੀ ਨਹੀਂ ਜਲੇਬੀਆਂ। ਕਿੰਨਾ ਸਮਾਂ ਹੋ ਗਿਆ ਜਲੇਬੀਆਂ ਖਾਧੀਆਂ ਨੂੰ ਮਨ ਲੱਗ ਗਈ ਜਲੇਬੀਆਂ ਛੱਡਦੀਆਂ ਜਿਹੜੀਆਂ? ਅੱਛਾ, 4-5 ਸਾਲ ਹੋ ਗਏ ਜਲੇਬੀਆਂ ਖਾਧੀਆਂ ਨਹੀਂ ਹੈ ਨਾ। ਅੱਛਾ, 3-3 ਕਿਲੋ ਜਲੇਬੀਆਂ ਖਾ ਜਾਂਦਾ ਸੀ ਜੀ ਬਹਾਦਰ? ਅੱਛਾ, ਗਰਮ ਗਰਮ ਖਾ ਲੈਂਦੇ ਹੈ ਨਾ ਥੋੜ੍ਹੀਆਂ ਥੋੜ੍ਹੀਆਂ? ਕਿੰਨੀਆਂ ਕਿਲੋ ਖਾ ਲੈਂਦੇ ਨੇ? ਕਿਲੋ ਥੋੜ੍ਹੀਆਂ ਥੋੜ੍ਹਾ ਹੁੰਦੀਆਂ, ਕਿਲੋ ਬਹੁਤ ਹੁੰਦੀਆਂ। ਅੱਛਾ, ਕਿਤੇ 3-3 ਕਿਲੋ ਖਾਂਦੇ ਸੀ, ਹੁਣ ਕਿਲੋ ਖਾਂਦੇ ਹੈ ਨਾ। ਆਓ ਜੀ। ਅੱਛਾ, ਕਿਤੇ ਕਿਤੇ ਖਾ ਲੈਂਦੇ ਹੈ ਨਾ। ਅੱਛਾ ਠੀਕ ਹੈ। ਇੱਧਰ ਜਿਹੜੇ ਬੰਦੇ ਹੈ ਨਾ ਕਿਚਨ 'ਚੋਂ ਬਾਹਰ ਨਿਕਲ ਨਿਕਲ ਕੇ ਦੇਖ ਰਹੇ ਆ ਵੀ ਅੱਜ ਆਇਆ ਕੌਣ ਆ ਦੇਖਣ, ਹੈ ਨਾ। ਅੰਦਰ ਜਿੱਦਾਂ ਕਿਸੇ ਨੇ ਗੱਲ ਕਰ ਦਿੱਤੀ ਹੋਣੀ ਇਹਨਾਂ 'ਚ, ਆਹ ਜਿੰਨੇ ਭਰਾ ਸਾਰੇ ਹੈ ਨਾ ਇੱਧਰ ਆਲੇ ਦੁਆਲੇ ਘੁੰਮੀ ਜਾਂਦੇ ਆ, ਅੰਦਰ ਕਿਸੇ 2-4 ਬੰਦਿਆਂ ਨੇ ਗੱਲ ਕਰਤੀ ਹੋਣੀ ਵੀ ਅੱਜ ਜ਼ਿਆਦਾ ਰੋਟੀਆਂ ਖਾਣ ਵਾਲਾ ਬੰਦਾ ਆਇਆ, ਹੈ ਨਾ। ਸਾਰੇ ਵਾਰ ਵਾਰ ਨਿਕਲ ਕੇ ਦੇਖਦੇ ਆ, ਪਰ ਬਹਾਦਰ ਜੀ ਆਪਣਾ ਤਸੱਲੀ ਨਾਲ ਜਿਹੜਾ ਹੈ ਨਾ ਇੰਜੋਏ ਕਰ ਰਹੇ ਨੇ। ਅੱਛਾ ਅੱਛਾ, ਸਾਰੇ ਬੰਦੇ ਆ ਕੇ ਆਲੇ ਦੁਆਲੇ ਖੜ ਗਏ ਆ, ਦੇਖੀ ਜਾਂਦੇ ਆ ਇੱਧਰ। ਉਹਨਾਂ ਦੀ ਡਿਊਟੀ ਆ, ਉਹਨਾਂ ਨੇ ਖੜਨਾ ਆ ਬਹਾਦਰ ਜੀ। ਆਹੋ, ਕੋਈ ਗੱਲ ਨੀ, ਉਹਨਾਂ ਦੀ ਜ਼ਿੰਮੇਵਾਰੀ ਆ। ਜਦੋਂ ਆਪਾਂ ਕੰਮ ਕਰਦੇ ਹਾਂ ਨਾ ਕਿਤੇ ਏਦੀ, ਉਹਨਾਂ ਨੇ ਵੀ ਖੜਨਾ ਹੈ, ਉਹਨਾਂ ਨੂੰ ਜਿੱਥੇ ਉਹ ਕੰਮ ਕਰਦੇ ਉਹਨਾਂ ਨੇ ਦੱਸਿਆ ਵੀ ਤੁਸੀਂ ਉਹਨਾਂ ਦੇ ਆਲੇ ਦੁਆਲੇ ਖੜੇ ਰਹਿਣਾ। ਫਿਰ ਕੀ ਆ ਗਿਆ, ਕੋਈ ਗੱਲ ਨੀ, ਆਪਣੇ ਭਰਾ ਹੀ ਆ ਸਾਰੇ। ਆਪਾਂ ਵੀ ਕਿਤੇ ਨਾ ਕਿਤੇ ਕੰਮ ਕਰਦੇ ਹੀ ਹਾਂ, ਕਿਤੇ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ, ਹੈ ਨਾ। ਕੰਮ ਤਾਂ ਕੋਈ ਛੋਟਾ ਵੱਡਾ ਹੁੰਦਾ ਹੀ ਨਹੀਂ, ਹੈ ਨਾ। ਲਓ ਜੀ, ਹੁਣ ਨਾਨ ਛਕ ਰਹੇ ਨੇ ਬਹਾਦਰ ਜੀ, ਖੜੇ ਹੋ ਗਏ ਛਕ ਰਹੇ ਨੇ। ਉਹ ਪਰੇ ਬੰਦੇ ਸਾਰੇ ਟੈਸਟਿੰਗ ਮਾਰਦੇ ਆ ਵੀ ਬੰਦਾ ਆਖਿਰ ਹੈ ਕੌਣ, ਸਾਰੇ ਦੇਖ ਵੀ ਰਹੇ ਨੇ ਆ ਕੇ। ਅੱਜ ਪਰ ਰਸ਼ ਥੋੜ੍ਹਾ ਘੱਟ ਆ, ਪਹਿਲਾਂ ਜਿੱਦਾਂ ਜ਼ਿਆਦਾ ਰਸ਼ ਹੁੰਦਾ ਸੀ ਨਾ ਬਾਰਬੀਕਿਊ ਨੇਸ਼ਨ 'ਤੇ। ਅੱਜ ਹੈ ਵੀ ਵੀਕਐਂਡ ਆ, ਮਤਲਬ ਫਰਾਈਡੇ ਅੱਜ, ਸ਼ੁੱਕਰਵਾਰ ਆ। ਫਿਰ ਵੀ ਅੱਜ ਸ਼ੁੱਕਰਵਾਰ ਹੋਣ ਦੇ ਬਾਵਜੂਦ ਵੀ ਇੱਥੇ ਰਸ਼ ਘੱਟ ਹੈ। ਵੈਸੇ ਤਾਂ ਇੱਥੇ ਕਰਾਊਡ ਬਹੁਤ ਜ਼ਿਆਦਾ ਹੁੰਦਾ ਆ, ਬਹੁਤ ਜ਼ਿਆਦਾ ਰਸ਼ ਹੁੰਦਾ ਆ, ਪਰ ਅੱਜ ਪਤਾ ਨਹੀਂ ਕਿਉਂ ਘੱਟ ਆ ਇੱਥੇ। ਹੋ ਸਕਦਾ ਛੁੱਟੀਆਂ ਕਰਕੇ ਲੋਕ ਛੁੱਟੀਆਂ ਇੰਜੋਏ ਕਰਨ ਗਏ ਹੁਣ ਜਾਂ, ਹੈ ਨਾ, ਤਾਂ ਕਰਕੇ ਵੀ ਇੱਧਰ ਵੈਸੇ ਵੀ ਗਰਮੀ ਹੈਗੀ ਆ, ਗਰਮੀ ਕਰਕੇ ਵੀ ਕੰਮ ਘੱਟ ਹੋ ਸਕਦਾ ਆ। ਤਾਂ ਅੱਜ ਪਰ ਬਹਾਦਰ ਜੀ ਇੱਧਰ ਲਗਾਤਾਰ ਜਿਹੜਾ ਹੈ ਨਾ ਆਨੰਦ ਲੈ ਰਹੇ ਨੇ। ਉੱਧਰ ਇੱਕ ਹੋਰ ਬੰਦਾ ਸਾਡਾ ਜਿਹੜਾ ਖਾ ਪੀ ਕੇ ਰੱਜ ਕੇ ਘੁੰਮ ਰਿਹਾ ਹੈ ਇੱਧਰ। ਉਹ ਦੇਖੋ ਜੀ, ਆ ਰਿਹਾ ਬੰਦਾ ਪਿੱਛੇ, ਟੈਲੀਫੋਨ 'ਤੇ ਗੱਲ ਕਰ ਰਿਹਾ ਸੀ। ਆਹ ਆਪਣਾ ਮਨਦੀਪ ਭਾਅ ਜੀ, ਹਾਂਜੀ, ਪੁਜੀਸ਼ਨ ਹਲੇ ਉਹ ਲੱਗਾ ਹੋਇਆ, ਤੰਦੂਰੀਆ ਥੱਕ ਗਿਆ ਆ ਗਰਮੀ ਕਰਕੇ। ਹੁਣ ਬਟਰ ਨਾਨ ਉਹ ਕੋਈ ਹੋਰ ਬੰਦਾ ਸੱਦਿਆ ਉਹਨਾਂ ਨੇ, ਉਹ ਲਾਉਣ ਲੱਗੇ ਫਿਰ ਬਟਰ ਨਾਨ। ਖਾਣ ਦਾ ਸਟਾਈਲ ਦੇਖੋ, ਬੱਕਰਾ ਹੱਥ ਚ ਆ ਜੀ ਬਹਾਦਰ ਜੀ ਦਾ। ਬਹਾਦਰ ਜੀ, ਉਹ ਤਾਂ ਪਹਿਲਾਂ ਤੁਸੀਂ ਕਦੀ ਗਏ ਇੱਧਰ ਰੈਸਟੋਰੈਂਟ 'ਚ ਕਿਤੇ? ਜਲੰਧਰ 'ਚ ਦੀ ਗੱਲ ਕਰ ਲਈਏ, ਚੰਡੀਗੜ੍ਹ 'ਚ ਪਹਿਲਾਂ ਤਾਂ ਆਪਾਂ ਚੰਡੀਗੜ੍ਹ ਜਾਣਾ ਸੀਗਾ, ਹੈ ਨਾ। ਅੱਛਾ, ਪਹਿਲਾਂ ਦਿੱਲੀ ਗਏ ਸੀ, ਹੈ ਨਾ, ਹੁਣ ਨਹੀਂ ਹੈ ਨਾ। ਪਰ ਯਾਰ ਫਿਰ ਵੀ, ਹੈ ਨਾ, ਜਿੱਦਾਂ ਇੱਦਾਂ ਦੇ ਜਿਹੜੇ ਫੱਕਰ ਬੰਦੇ ਹੁੰਦੇ ਆ, ਇਹਨਾਂ ਨੂੰ ਯਾਰ ਘੁੰਮਾਉਣ,
कोल्ड ड्रिंक वगैरह आवे बहादुर जी कोई बत्ता बुत्ता पानी हुण बाल्टी मंगा लीए जे किदा करिए अच्छा हले लोड़ नहीं अच्छा लो जी सवेरे उदा सवक्ते बहादुर ने एक बाल्टी पानी दी पी ली सी जी तो हुण पानी दी लोड़ नहीं है क्योंकि एक बाल्टी सवेरे बहादुर ने जिहड़ी पानी दी पी ली सी तो हुण फूड ही खा रहे ने इंजॉय कर रहे ने अपना ओ जी हुण मेरे हिसाब नाल आपां गिणती ना मारी नहीं मेरे हिसाब नाल बहुत सारे नान हो गए आ बटर नान छक रहे ने बहादुर जी कोई हड्डियां बकरे च हुणी आई हां हड्डी हड्डी साइड ते रख दो बकरे च हड्डी होनी है हड्डी तो बिना बकरा थोड़ा आ गया बकरा होर लो जी आ भाई हुणे अज बकरा हैगा 450 रुपए किलो अज मेरे हिसाब नाल इन्हां नूं पैणा अज बारबीक्यूरेशन वालेयां नूं घाटा जिथों तक लगता है क्योंकि महंगी चीज बहादुर दी आखी बकरे ते किदा किलो आ गया होना मेरे हिसाब नाल किलो तो वध ही मन के चलो बकरे च हड्डी तो होनी है बिना हड्डी तो बकरा थोड़ा होंदा मुर्गा सी कुकड़ सी कि इधर हड्डियां का ढेर लाता है जी बहादुर जी नहीं हड्डियां तो खा ली दी हड्डियां अपने च भी हड्डियां ही हैं अपने च भी हड्डियां है अच्छा कोई गल नहीं कहने वाले तो बहुत कुछ कहते हैं लो जी बहादुर जी हम खिंच रहे ने काम नू जिन्हें भीर भरा वीडियो देखते हैं शेयर जरूर कर दो वीडियो नू ये बहादुर अक्सर ही देखा होगा बहुत जगह तो खाता पर रेस्टोरेंट खाता नहीं देखा होना बहादुर अज तुहानू लाइव दिखा रहे हैं भी किस तरीके जिहड़ा बहादुर है ना ये फूड खा रहे हैं पर इदा के बंद बहुत जोड़े है ना घट बंद होंगे है जोड़े रेस्टोरेंट घट घूमे हैं तो साडा भी फर्ज अज अं अपना समझे भी बहादुर को लैके जाइए अच्छे घुमा के लियाइए गलबात कर रहे थे अं कि दिन की भी बहादुर किसी दिन घुमा के लियाइए फिलहाल जोड़ा अज इन्हों लैके आए हैं अं इत हूँ इधर जोड़ा बफे हैगा इतने अनलिमिटेड फूड है जोड़ा वह इंजॉय कर रहे हैं अपना यह खा रहे हैं तो कई बटर नान जोड़े तुम देखा होगा भी बहादुर ने खा ले ने हूँ जोड़ा बकरा आया बार बार बकरे की डिमांड करी जाते हैं बहादुर जी ਜਿਹੜਾ ਕੀ ਕਹਿੰਦਾ ਆ ਭਾਈ ਨੇ ਕਮੈਂਟ ਪੜਿਆ ਕਿੱਥੋਂ ਦਾ ਸੀ ਬੰਦਾ ਭਾਜੀ ਉਹ ਪਤਾ ਨਹੀਂ ਕਿੱਥੋਂ ਦਾ ਸੀ ਕਿੱਥੋਂ ਕਹਿੰਦਾ ਘਾਟਾ ਪਾਉਣ ਦੇ ਚੱਕਰ 'ਚ ਗਰੀਬ ਨਾ ਮਰਵਾ ਦਿਓ ਤੇ ਜੇ ਉਹ ਭਾਈ ਉਹ ਦੇਖ ਜੇ ਉਹ ਭਾਈ ਦੇਖਦਾ ਤਾਂ ਹੁਣ ਇੱਕ ਵਾਰੀ ਦੇਖ ਲਵੇ ਤੇ ਪੀੜ ਭਾਵ ਹੁਣ ਸੁਣੇ ਗਏ ਹੁਣੀ ਗੱਲ ਇਹ ਕਿੱਦਾਂ ਆ ਜਿਹੜੀ ਕੀਤੀ ਆ ਹਾਂ ਉਹਨੂੰ ਸੁਣ ਗਈ ਹੁਣੀ ਹਾਂ ਕਮੈਂਟ ਜਿਹੜੇ ਭਰਾ ਕਰ ਰਹੇ ਨੇ ਕਮੈਂਟ ਭਾਜੀ ਕਮੈਂਟ ਦਿਓ ਮੈਂ ਗੱਲਬਾਤ ਕਰਾਂ ਹਰ ਜਿਹੜੇ ਬੰਦੇ ਹੈਗੇ ਹਾਂ ਉਹ
ਪਰਮ ਭਾਜੀ ਕਹਿੰਦੇ ਵੀ ਇਹ ਤਾਂ ਗੱਡੀ ਵਿੱਚ ਜਾਂਦਾ ਨੀ, ਕਿਵੇਂ ਚਲਾ ਗਿਆ? ਬਹਾਦਰ ਜੀ ਤੁਸੀਂ ਗੱਡੀ ਚ ਨੀ ਜਾਂਦੇ? ਇੱਕ ਪਰਮ ਆ ਢਿਆ ਬੰਦਾ ਕਹਿੰਦਾ, ਕਹਿੰਦਾ ਵੀ ਬਹਾਦਰ ਤਾਂ ਗੱਡੀ ਚ ਜਾਂਦਾ ਨੀ, ਅੱਜ ਕਿੱਦਾਂ ਚੱਲ ਗਿਆ? ਪਤਾ ਨੀ ਕਿੱਥੋਂ ਦਾ ਹੈ, ਇੱਦਾਂ ਨੀ ਪਤਾ ਲੱਗਣਾ। ਦੇਖ ਲੋ ਬਹਾਦਰ ਜੀ, ਤੁਹਾਡਾ ਪਿੰਡ ਵੀ ਸਾਰਿਆਂ ਨੂੰ ਪਤਾ, ਕਹਿੰਦੇ ਬਹਾਦਰ ਜੀ ਨੌਰੇ ਵਾਲੇ ਆ। ਨਹੀਂ ਰੋਟੀ ਨੀ ਬਾਈ, ਰੋਟੀ ਨੀ ਚਾਹੀਦੀ। ਇੱਧਰ ਮਰਜ਼ੀ ਦਾ ਮਾਲਕ ਭਾਜੀ ਕਹਿ ਰਹੇ ਨੇ ਵੀ ਘੈਂਟ ਆ ਕੰਮ, ਪਤਾ ਹੱਥ ਵਾਲਾ ਨਾਲ ਵਾਲਾ ਹੱਥ ਜਮਾ ਨੀ ਥੱਲੇ ਕਰ ਰਿਹਾ। ਹਾਂਜੀ ਹਾਂਜੀ ਭਾਜੀ, ਬਿਲਕੁਲ ਜਿਹੜਾ ਬਹਾਦਰ ਜੀ ਆ ਨਾਨ, ਉਹਨਾਂ ਨੇ ਇੱਕ ਪਾਸੇ ਰੱਖਿਆ ਹੋਇਆ। ਇਹ ਜਿਹੜੇ ਗੰਦੇ ਟਿਸ਼ੂ ਆ ਬਹਾਦਰ ਜੀ, ਸਾਈਡ ਤੇ ਰੱਖ ਦੋ ਇੱਧਰ। ਅੱਛਾ ਇਹਨੂੰ ਖੋਲ ਲਓ ਪੂਰਾ, ਹੋਰ ਖੁੱਲ ਜਾਣਾ। ਕਿੱਦਾਂ ਇਹ ਟਿਸ਼ੂ ਵਧੀਆ ਜਿਹਾ, ਐਵੇਂ ਸਹੀ ਨੀਗੇ? ਬਹਾਦਰ ਜੀ ਕਹਿੰਦੇ ਵੀ ਨੈਪਕਿਨ ਜਿਹੜੇ ਟਿਸ਼ੂ ਹੈਗੇ ਮੈਂ ਪਹਿਲੀ ਵਾਰ ਦੇਖੇ ਆ। ਇੱਧਰ ਬੱਬੀ ਸਿੱਧੂ ਭਾਜੀ ਕਹਿੰਦੇ ਠੇਕਾ ਕਰ ਲੈਣਾ ਸੀ ਤੁਸੀਂ ਹੋਟਲ ਵਾਲਿਆਂ ਨਾਲ। ਨਹੀਂ ਭਾਜੀ ਬਿਲਕੁਲ, ਇਹ ਬਾਰਬੀਕਿਊ ਨੇਸ਼ਨ ਵਾਲੇ ਜਿੰਨਾ ਮਰਜ਼ੀ ਅਨਲਿਮਿਟਡ ਆਪਾਂ ਫੂਡ ਖਾ ਸਕਦੇ, ਇਹ ਕਦੇ ਮੱਥੇ ਤੀੜੀ ਨਹੀਂ ਪਾਉਂਦੇ। ਵਧੀਆ ਇਹਨਾਂ ਦੀ ਗ੍ਰੀਟਿੰਗ ਵਗੈਰਾ ਵਧੀਆ ਆ, ਇਹਨਾਂ ਦਾ ਸੁਭਾਅ ਵਧੀਆ ਆ, ਮਤਲਬ ਸਰਵਿਸ ਬਹੁਤ ਟੌਪ ਦੀ ਹੈ ਇਹਨਾਂ ਦੀ। ਚਾਲੀ ਬਟਰ ਨਾਨ ਖਾ ਲਏ ਲੱਗਦਾ ਬਹਾਦਰ ਜੀ ਨੇ ਲਗਭਗ, ਤਾਂ ਹੁਣ ਰੈਸਟ ਕਰ ਰਹੇ ਨੇ। ਬਹਾਦਰ ਜੀ ਕੀ ਉਹਨਾਂ ਦਾ ਮੁੱਕ ਗਿਆ ਚਿਕਨ, ਮੁੱਕ ਗਿਆ ਜਾਂ ਕੀ ਮੁੱਕ ਗਿਆ, ਕੀ ਕਹਿੰਦੇ? ਅੱਛਾ ਇਹ ਜਿਹੜਾ ਬਟਰ ਚਿਕਨ, ਜਿਹੜਾ ਸੋਰੀ ਜਿਹੜਾ ਮਟਨ ਚਿਕਨ ਹੈ, ਇਹ ਕਾਫੀ ਬਣਾ ਕੇ ਰੱਖ ਲੈਂਦੇ ਨੇ, ਤਾਂ ਅੱਜ ਬਹਾਦਰ ਜੀ ਨੇ ਆ ਕੇ ਇਹਨਾਂ ਦਾ ਜਿਹੜਾ ਜਿਹੜਾ ਮਟਨ ਆ ਜਿਹੜਾ ਮੁਕਾ ਦਿੱਤਾ ਆ, ਤਾਂ ਹੁਣ ਉਹ ਦੁਬਾਰਾ ਬਣਾਉਂਦੇ ਪਏ ਨੇ। ਦੇਖਦੇ ਹਾਂ ਹੁਣ ਕਿੰਨਾ ਟਾਈਮ ਲੱਗਦਾ ਆ ਉਹਨਾਂ ਨੂੰ ਬਣਾਉਣ ਨੂੰ। ਹਾਂਜੀ ਵਧੀਆ। ਉਹ ਬਾ ਤੁਹਾਡਾ ਸਮਾਨ ਮੁੱਕ ਗਿਆ, ਦੁਬਾਰਾ ਬਣਾਉਣ ਲੱਗੇ ਲੱਗਦਾ? ਮਟਨ ਆ ਰਿਹਾ। ਹਾਂ ਮਟਨ ਆਪਾਂ ਇਹਦਾ ਮਟਰ ਹੁੰਦਾ ਮਿਕਸ ਕਟਿੰਗ ਹੁੰਦਾ। ਅੱਛਾ ਜੀ ਹਾਂਜੀ, ਤੇ ਉੱਥੇ ਲੱਗੇ ਹੋਏ ਆ। ਅੱਛਾ ਜੀ ਬੋਨਲੈਸ ਤੁਹਾਡੇ ਲਈ ਸਪੈਸ਼ਲ ਬਣਾ। ਅੱਛਾ ਜੀ ਇਹ ਮਟਨ ਮੁੱਕ ਗਿਆ, ਹੁਣ ਆਹ ਭਾਂਡਾ ਇੱਧਰ ਦੁਬਾਰਾ ਬਣਾਉਣ ਲੱਗੇ ਹੋਏ ਆ। ਦੇਖਦਾ ਨਹੀਂ ਦੇਖਦਾ ਜੀ 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 ਦੇਖ ਲਿਓ ਤੇਰਾ। ਬਹਾਦਰ ਜੀ ਹੁਣ ਕੀ ਹੈ, ਬੰਦੇ ਦੁਬਾਰਾ ਬਣਾਉਣ ਲੱਗੇ ਆ? ਅੱਛਾ ਬਹਾਦਰ ਜੀ ਨਹੀਂ ਖਾਣ ਲੱਗੇ ਥੱਕੇ, ਤਾਂ ਆਹ ਦੇਖੋ ਇੱਧਰ ਦੁਬਾਰਾ ਆ ਗਿਆ ਬਣਾ ਕੇ, ਮਟਨ ਸ਼ੁਰੂ ਹੋ ਗਿਆ ਦੁਬਾਰਾ। ਬਸ ਅੱਛਾ ਇਹ ਥੱਕ ਗਏ ਬਹਾਦਰ ਜੀ, ਕੀ ਕਹਿੰਦੇ ਬੰਦੇ ਥੱਕ ਗਏ ਆ? ਅੱਛਾ ਨਹੀਂ ਇਹ ਥੱਕ ਗਏ ਬੰਦੇ ਉਹ ਨਾਨ ਬਣਾਉਣ ਵਾਲੇ। ਲਓ ਜੀ ਬਹਾਦਰ ਜੀ ਪ੍ਰੈਕਟਿਸ ਕਰ, ਖੜ ਜਾ ਖੜ ਜਾ ਇੱਥੇ। ਅੱਛਾ ਲਓ ਜੀ ਕੱਢ ਕੇ ਹੁਣ ਰੱਖਣ ਲੱਗੇ ਆ, ਲਓ ਸ਼ੁਰੂਆਤ ਹੋ ਗਈ ਆ ਫਿਰ ਦੁਬਾਰਾ, ਦੁਬਾਰਾ ਸ਼ੁਰੂਆਤ ਹੋ ਗਈ ਆ ਫਿਰ। ਹਲੇ ਵਿੱਚ ਰੈਸਟ ਲਈ ਸੀਗੀ ਬਹਾਦਰ ਜੀ ਨੇ ਥੋੜ੍ਹੀ ਜਿਹੀ, ਕਿਉਂਕਿ ਇਹਨਾਂ ਦੇ ਹਲਵਾਈ ਨੇ ਦੁਬਾਰਾ ਫਿਰ ਜਿਹੜਾ ਹੈ ਨਾ ਇਹ ਬਟਰ ਨਾਨ ਬਣਾਇਆ, ਜਿਹੜਾ ਮਟਨ ਆ ਇਹ ਦੁਬਾਰਾ ਬਣਾਇਆ, ਤਾਂ ਹੁਣ ਫਿਰ ਬਹਾਦਰ ਜੀ ਸ਼ੁਰੂ ਹੋ ਗਏ ਨੇ। ਸਪੀਡ ਦੇਖ ਸਕਦੇ ਹੋ ਤੁਸੀਂ, ਹੱਡ ਆਉਣੇ ਹੀ ਆ ਬੱਕਰੇ 'ਚ, ਹੱਡ ਹੁੰਦੇ ਆ। ਬੱਕਰਾ ਕਿੱਥੇ ਨਰਮ ਹੁੰਦਾ ਆ? ਸਾਰਾ ਮਿਕਸ ਹੀ ਹੁੰਦਾ ਹੁੰਦਾ, ਉਹਨੇ ਕੱਲਾ ਦਿੱਲੀ ਕੱਲਾ ਜੇ ਤੈਨੂੰ ਦੂਜਾ ਲਿਆ ਤਾਂ ਬਾਕੀ ਨੂੰ ਕੀ ਲੋੜ? ਹਾਂ ਇਹ ਮੁਰਗਾ ਵੀ ਤੇ ਆਉਣਾ।
ਮੁਰਗਾ ਨਾਲੇ ਕਹਿੰਦੇ ਮੁਰਗਾ ਖਾਣਾ ਨਹੀਂ ਅੱਛਾ ਇੱਕ ਆਪਣੀ ਕੋਲਡ ਡਰਿੰਕ ਵੀ ਪੈਂਡਿੰਗ ਹੈ ਨਾ ਕੋਈ ਨਾ ਲਾਉਂਗੇ ਉਹ ਲਓ ਜੀ ਇੱਧਰ ਆਹ ਬਾਦਲ ਜੀ ਵਿੱਚੋਂ ਕੱਢ ਕੇ ਖਾ ਰਹੇ ਨੇ ਲੱਭ ਰਹੇ ਨੇ परेशानी आवे बाद है चकन लगे हूं नान आ रहे भाजी नान अच्छा जी नान आ रहे हैं जी हले वो पिछे बन रहे थे हौली हौली वो बना रहे हैं नान इधर बहादुर जी खड़े इंतजार कर रहे ने भी हले नान कदों आवे अच्छा तो दो नान इतने भी पाए थे तो इतों भी बहादुर जी है ना चक हो गए नान हूँ नवे बना के दें कोई गल नहीं गर्मा गर्म हो गए ਮਾੜਾ ਮੋਟਾ ਆਸਰਾ ਹੋਇਆ ਢਿੱਡ ਨੂੰ ਕਹਿ ਲੈ ਹੋਰ ਆਵੇ ਕਿੱਦਾਂ ਹੋ ਗਿਆ ਥੋੜਾ ਬਹੁਤ ਅੱਛਾ 40 ਕੁ ਬਟਰ ਨਾਨ ਦੇ ਕਰੀਬ 40 ਕੁ ਹੋ ਗਏ ਹੁਣੇ ਭਾਜੀ ਹੈ ਭਾਜੀ ਕਿੱਦਾਂ ਲੈ ਥੋੜਾ ਜਿਹਾ ਆਸਰਾ ਹੋਇਆ ਢਿੱਡ 'ਚ ਆ ਜਿਹੜਾ ਸਿਰ ਦੇ ਆ ਨਾ ਹੋਟਲ ਆ ਸਾ ਮੱਥਾ ਉਹ ਵੀ ਠੀਕ ਹੋ ਗਿਆ ਹੁਣ ਸਹੀ ਹੋ ਗਿਆ ਹੁਣ ਗੱਡੀ ਧੁੱਪ ਦੇ ਨਾਲ ਹੋ ਜਾਂਦਾ ਇਦਾਂ ਪਰੇਸ਼ਾਨ ਵੀ ਲੋਕੀ ਉੱਤੇ ਲਈ ਉਸੀ ਅੱਛਾ ਆਏ ਨਹੀਂ ਹਵਾ ਜਿਹੜੀ ਹੁਣ ਤਾਂ ਕੰਮ ਛੱਡ ਦੇ ਹਲੇ ਕਿਹੜਾ ਲੈ ਕੇ ਆਇਆ ਉਹ ਟਿਸ਼ੂ ਮੁਕਾ ਦੇ ਕੋਈ ਚੱਕਰ ਨਹੀਂ ਬਹਾਦਰ ਜਿੰਨੇ ਮੁਕਾਉਣੇ ਮੁਕਾ ਦੇ ਬਹਾਦਰ ਕਹੀ ਜਾਂਦਾ ਟਿਸ਼ੂ ਆਪਾਂ ਲੈ ਕੇ ਜਾਣੇ ਆ ਨਾਲ ਤੇ ਉਹੀ ਕਹੀ ਜਾਂਦਾ ਬਹਾਦਰ ਆਪਾਂ ਟਿਸ਼ੂ ਲੈਣ ਲੈ ਕੇ ਜਾਣੇ ਆ ਇੱਥੇ ਦੋ ਪੈਕਟ ਲੈ ਦੋ ਪੈਕਟ ਚੱਲ ਉੱਥੋਂ ਲੈ ਜੂਗੇ ਇਹਨਾਂ ਨੇ ਨਹੀਂ ਦੇਣੇ ਇੱਥੇ ਲੈ ਦੇਾਂਗੇ ਇੱਧਰ ਇੱਥੇ ਮਿਲ ਜੂਗੇ ਹਾਂ ਮਿਲ ਜੂਗੇ ਵਧੀਆ ਵਾਲੇ ਟਿਸ਼ੂ ਕੋਈ ਗਾ ਨਹੀਂ ਮਿਲ ਜੂਗੇ ਆ ਲਿਖਿਆ ਉੱਥੇ ਬੀ ਹੈ ਬਸ ਆ ਰੱਖ ਦੇ ਬੀ ਆਰ ਲਿਖਿਆ ਨਹੀਂ ਆ ਹੋ ਗਿਆ ਥੱਲੇ ਦੇ ਦੇ ਹੋ ਗਿਆ ਹੋ ਗਿਆ ਹੋ ਗਿਆ तरी भी खा के बेड़ो कम ग्रेवी मतलब घट लाओ चिकन ज्यादा लेके आयो अच्छा जिन्हें वीर भरा दोबारा इस लाइव नाल जुड़े है दस दौ आवाज वगैरह किदां सही आ रही है तुहानू आओ जरूर दिखावांगे लो बटर नान आ गए हुण दो साल ते हुण कट्टे भी ने गए इधर साल ते बटर नान आ गए है इधर फिर शुरुआत कर दिती है बहादुर ने खाण का स्टाइल देख सकते हो तुम कहते हम 40-42-43 नान हो गए होने भाजी है ना लगभग 40 तो उपर बटर नान हो गए ये तो हूँ ये अज बारबीक्यू नेशन वाले पक्का घाटा पाऊगा क्योंकि अक्सर ही आप देखते हैं जिदा बफे वगैरह लेने आप अनलिमिटेड फूड आप घट खा लें तो अब बहादुर 40 बटर नान तो बाद आप लाइव दोबारा किया हूँ 40 बटर नान पूरे हो गए होने हैं तो हूँ हौली हौली तुम स्पीड दस सकते हो कौलियाँ के बहादुर कहना मैं खाना नहीं इधर इन्होंने बकरा जोड़ा आडे डोंगे च पाया हुआ है तो बंदे भी थक गए गेड़े मार मार के बार बार तो हूँ कि
ਕੋਲੀ ਆ ਬਾਣੀ ਕੋਲੀ ਇਹ ਡੋਂਗਾ ਨਹੀਂ ਹੈਗਾ ਅੱਛਾ ਡੋਂਗਾ ਕਹੋ ਸਗਾ ਜਨਾਬ ਸੇ ਰਹਿ ਗਿਆ अच्छा गड्डी च रह गया तो जिन्हें भरा देख रहे हैं तुम दोबारा दस दिए भी बहादुर अपने स्पैशली अपने भांडे लैके आया सर हाँ हाँ तो हम इन्होंने बारबी कनेशन ने जो भांडे भी नहीं अंदर लिया दते तो हम जो भांडे इन्होंने यूज करने से इन्होंने भी प्रोटोकॉल होंगे भी अपने जो बर्तन इन्होंने यूज करने होंगे तो ये भी जी छोटी कौली है ना उस बड़े डोंगे तो हम इन्होंने बारबी कनेशन ने भांडे भी अपने यूज किए हैं तो हम बड़े डोंगे च पाया है तो बहादुर देख सकते हम नान बहादुर जी कोई आसरा उसरा होया माड़ा मोटा ढिड च हो प्लेट रख दो कहते दोबारा किया तो करके तो नहीं कितने लगता बहादुर जी इधर केड़ा नहीं वो खानी नहीं हुण जिहड़ी ग्रेवी नहीं मंगाई हुई है वो तरी भी खानी पैनी है ठंडी हो गई है अच्छा नान हूँ खाई जा रहे ने बहादुर जी होर कोई आइसक्रीम वगैरह कुछ आवे आइसक्रीम हाँ हाँ बाद आ रहे कोई नहीं बाद कर दे अच्छा जिन्हें भीर भरा वीडियो देख रहे ने कमेंट करके जरूर दस्यो भी आवाज वगैरह सही आ रही है जां तुहाडे कमेंट जरूर पढ़े जाणगे कोई ना कोई चक्कर नहीं बकरे के हड ही होने पहले नंबर पहले नंबर लो जी बहादुर जी हुण बकरा अज है ना बहुत ज्यादा खा लिया इन्हां दा उदा वैसे इन्हां दे घट ही खांदे हुंदे वैसे कहना तो नहीं चाहिए चलो आदत है बहादुर जी की पर इधर अज जिदा बारबी कनेशन च जिहड़े है ना एम्पलाइज वगैरह हैगे आ ਉਹ ਜਾਂ ਘੱਟ ਹੀ ਮਤਲਬ ਸਰਵ ਕਰਦੇ ਆ ਲਾਸਟ 'ਚ ਮੇਨ ਕੋਰਸ 'ਚ ਹੁੰਦਾ ਆ ਬੱਕਰਾ ਅਤੇ ਹੁਣ ਇੱਧਰ ਹੱਡੀਆਂ ਹੁੱਡੀਆਂ ਰੱਖੀ ਜਾਂਦੇ ਆ ਬਟਰ ਨਾਨ ਇਹਨਾਂ ਦੇ ਹੱਥ ਦੇ ਵਿੱਚ ਆ ਉੱਧਰੋਂ ਬੱਕਰਾ ਆ ਜੀ ਆਹ ਇੱਧਰ ਸੈਟਅਪ ਵਗੈਰਾ ਪੂਰਾ ਲੱਗਾ ਹੋਇਆ ਹੈ ਵਧੀਆ
ਹੋਵੇ। ਬਹਾਦਰ ਭਾਜੀ ਕਹਿ ਰਹੇ ਨੇ ਕਿ ਆਵਾਜ਼ ਸਹੀ ਹੈ, ਮੈਂ ਫਗਵਾੜੇ ਤੋਂ ਬਹਾਦਰ ਸਿੰਘ ਬਣੇਗਾ। ਬਹਾਦਰ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪਹਿਲਾਂ ਵੀ ਸਾਡੀਆਂ ਵੀਡੀਓ ਦੇਖਦੇ ਰਹਿੰਦੇ ਆ ਨਾ, ਅਤੇ ਬਹਾਦਰ ਭਾਜੀ ਆਪਣੀਆਂ ਹਰੇਕ ਵੀਡੀਓ 'ਤੇ ਆਪਣੀ 'ਤੇ ਕਮੈਂਟ ਕਰਦੇ। ਬਹਾਦਰ ਭਾਜੀ ਧੰਨਵਾਦ ਬਾਈ ਜੀ ਇੰਨਾ ਪਿਆਰ ਦੇਣ ਵਾਸਤੇ। ਬਿਲਕੁਲ ਫਗਵਾੜੇ ਤੋਂ ਅੱਜ ਫਗਵਾੜੇ ਲੰਘ ਕੇ ਆਏ ਸੀ, ਜਲੰਧਰ ਆਏ ਹੋਏ ਸੀਗੇ, ਉੱਧਰੋਂ ਬਹਾਦਰ ਜੀ ਨੇ ਚੱਕਿਆ। ਤੁਹਾਡਾ ਨਾਂ ਵੀ ਬਹਾਦਰ ਹੈ, ਅਤੇ ਇੱਧਰ ਜਿਹੜੇ ਅੱਜ ਬਾਰਬੀਕਿਊ ਨੇਸ਼ਨ ਆਏ ਹੋਏ ਨੇ, ਇਹਨਾਂ ਦਾ ਨਾਂ ਵੀ ਬਹਾਦਰ ਹੀ ਆ। ਸਾਗਰ ਭਾਜੀ ਕਹੀ ਜਾਂਦੇ ਵੀ ਅੱਜ ਬਹਾਦਰ ਬਹਾਦਰ ਹੋਈ ਪਈ ਆ। ਬਿਲਕੁਲ ਬਹਾਦਰ ਜੀ ਦੀ ਤੁਸੀਂ ਪਹਿਲਾਂ ਵੀ ਵੀਡੀਓ ਕਈ ਚੈਨਲਾਂ 'ਤੇ ਦੇਖੀਆਂ ਹੋਊਗੀਆਂ, ਇੱਦਾਂ ਮਤਲਬ ਕਿਸੇ ਰੈਸਟੋਰੈਂਟ 'ਚ ਜਾਂ ਕਿਸੇ ਹੋਟਲ ਦੇ ਵਿੱਚ ਹੈ ਨਾ, ਬਹਾਦਰ ਜੀ ਨੂੰ ਤੁਸੀਂ ਮੇਰੇ ਹਿਸਾਬ ਨਾਲ ਪਹਿਲੀ ਵਾਰ ਦੇਖਿਆ ਹੋਊਗਾ ਕਿ ਨਹੀਂ? ਉਹ ਦਿਖਾ ਲਏ ਸੀਗੇ ਪਿੰਦੀ ਭਾਜੀ ਕਹਿੰਦਾ ਪਿੰਦੀ ਪਿੰਦੀ ਭਾਜੀ ਕਹਿੰਦੇ ਕੱਦੂ ਵਾਲੇ ਖੇਤਾਂ ਦਾ ਜ਼ਿਕਰ ਕਰਦੇ ਪਏ ਪਿੰਦੀ ਭਾਜੀ। ਬਿਲਕੁਲ ਸਹੀ ਪਿੰਦੀ ਭਾਜੀ, ਤੁਸੀਂ ਠੀਕ ਕਹਿ ਰਹੇ ਹੋ। ਉਹ ਜੀ ਬਹਾਦਰ ਜੀ ਫਿਲਹਾਲ ਤਾਂ ਹੌਲੀ ਹੌਲੀ ਖਾ ਰਹੇ ਆ, 40 ਕੁ ਨਾਨ ਦੇ ਕਰੀਬ ਇਹ ਖਾ ਗਏ ਆ। ਪਾਣੀ ਨਹੀਂ ਹਲੇ ਇੰਨਾ ਪੀਤਾ, ਕਿੱਦਾਂ ਟਾਈਮ ਹੌਲੀ ਹੌਲੀ ਲੈ ਕੇ ਆਉਣਗੇ। ਬੱਕਰਾ ਆਇਆ ਬਣਨ ਨੂੰ, ਬੱਕਰਾ ਗੜਨ ਨੂੰ ਟਾਈਮ ਲੱਗਦਾ ਹੈ ਨਾ। ਆ ਗਿਆ ਆ ਗਿਆ, ਬੰਦਿਆਂ ਦੇ ਵਿਚਾਰਿਆਂ ਦੇ ਗੇੜੇ ਜ਼ਰੂਰ ਬਹੁਤ ਪਵਾਤੇ ਆ ਇਹਨੇ ਬਹਾਦਰ ਜੀ ਨੇ, ਹੈ ਨਾ। ਨਹੀਂ ਨਹੀਂ ਕੋਈ ਗੱਲ ਨਹੀਂ, ਉਹਨਾਂ 'ਤੇ ਕਾਹਨੂੰ ਕਰਨਾ, ਪਹਿਲਾਂ ਤਾਂ ਘੱਟ ਹੀ ਹੁੰਦੇ। ਪਹਿਲੇ ਕਦੀ ਆਇਆ ਐਸਾ ਬੰਦਾ ਹੈ? ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਉਹਨਾਂ ਨੂੰ, ਹੈ ਨਾ। ਹਾਂਜੀ ਅੱਛਾ, ਮਿਊਜ਼ਿਕ ਇੱਥੇ ਲੱਗਾ ਹੋਇਆ, ਅਸੀਂ ਸਪੈਸ਼ਲੀ ਤਾਂ ਮਿਊਜ਼ਿਕ ਬੰਦ ਕਰਵਾਇਆ, ਤਾਂ ਸਰਦੂਲ ਸਿਕੰਦਰ ਜੀ ਦੇ ਕਹਿੰਦੇ ਸੀ ਵੀ ਗਾਣੇ ਲਾ ਦਿਓ, ਪਰ ਇਹਨਾਂ ਕੋਲ ਉਹ ਜਿਹੜੇ ਗਾਣੇ ਹੈ ਨਹੀਂ ਸੀਗੇ। ਅੱਜ ਕੱਲ੍ਹ ਜਿਹੜੇ ਨਵੇਂ ਗਾਣੇ ਹੁੰਦੇ ਜ਼ਿਆਦਾਤਰ ਉਹੀ ਲਵਾਉਂਦੇ ਆ। ਕੰਪਨੀ ਦੀਆਂ ਐਡਾਂ ਵਗੈਰਾ ਹੁੰਦੀਆਂ ਜਾਂ ਕੰਪਨੀ ਦਾ ਹੀ ਉਹ ਚਲਾਉਂਦੇ ਆ, ਤਾਂ ਹੁਣ ਉਹ ਭਾਈ ਨੇ ਰਿਮੋਟ ਤੇ ਐਲਈਡੀ ਚਲਾ ਦਿੱਤੀ ਆ। ਬਹਾਦਰ ਭਾਜੀ ਧੰਨਵਾਦ ਬਾਈ ਜੀ, ਤੁਸੀਂ ਪਿਆਰ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਭਾਜੀ। ਉੱਧਰ ਭਾਜੀ ਨੂੰ ਇੱਧਰ ਕੰਮੀ ਲਾਤਾ ਬਹਾਦਰ ਨੇ ਵੀ ਉਹ ਐਲਈਡੀ ਜ਼ਰੂਰ ਚਲਾ। ਬੱਕਰਾ ਹੋਰ ਆ ਗਿਆ, ਅਤੇ ਬੱਕਰਾ ਨਹੀਂ ਮੁਰਗਾ ਆ ਗਿਆ, ਮੁਰਗਾ ਆਇਆ ਭਾਜੀ, ਅਤੇ ਮੁਰਗਾ ਆ ਗਿਆ। ਬੱਕਰਾ ਉਹਨਾਂ ਦਾ ਖਤਮ ਹੋ ਗਿਆ ਜਿਹੜਾ ਬਣਾਇਆ ਸੀਗਾ, ਅਤੇ ਹੁਣ ਇੱਧਰ ਮੁਰਗਾ ਆ ਗਿਆ ਆ। ਬਟਰ ਚਿਕਨ
ਇੱਧਰ ਬਹਾਦਰ ਜੀ ਕਹਿੰਦੇ ਵੀ ਟੈਲੀਵਿਜ਼ਨ ਔਨ ਕਰ ਦਿਓ, ਉੱਧਰ ਭਾਜੀ ਹੁਣਾਂ ਇਹ ਟੈਲੀਵਿਜ਼ਨ ਔਨ ਕਰਨ ਲੱਗੇ ਆ, ਉੱਧਰ ਭਾਜੀ ਹੁਣਾਂ ਨੂੰ ਕੰਮੇ ਲਾਤਾ ਹੈ ਬਹਾਦਰ ਜੀ ਨੇ। ਬਾਰਾਂ ਕੁ ਵਜੇ ਲੰਚ ਸ਼ੁਰੂ ਹੋਇਆ ਸੀਗਾ, ਹੁਣ 2 ਵਜ ਚੱਲੇ ਆ, ਮਤਲਬ 2 ਘੰਟੇ ਹੋ ਗਏ ਲਗਾਤਾਰ, 2 ਘੰਟੇ ਦਾ ਬਹਾਦਰ ਜੀ ਇੰਜੋਏ ਕਰ ਰਹੇ ਨੇ, ਫੂਡ ਖਾ ਰਹੇ ਨੇ। ਹੋ ਜੀ ਬਹਾਦਰ ਜੀ ਟੀ ਵੀ ਲਾਤਾ ਉਹਨਾਂ ਨੇ ਕਿੱਦਾਂ ਹੁਣ? ਅੱਛਾ ਨਾਲ ਖਾਂਦੇ ਆ ਖਾਂਦੇ ਆ। ਬਹਾਦਰ ਜੀ ਕਹਿੰਦੇ ਇੰਜੋਏਮੈਂਟ ਵੀ ਚਾਹੀਦੀ ਹੈ। ਕਿੱਦਾਂ ਫਿਲਮ ਫੁਲਮ ਦੀ ਇਹਨਾਂ ਨੇ ਆਪਣੀ ਮਸ਼ਹੂਰੀ ਲਾਉਣੀ ਹੈ, ਮਸ਼ਹੂਰੀਆਂ ਚਲਾਉਂਦੇ ਇਹ ਟੀਵੀ ਤੇ। ਕਿੱਦਾਂ ਹਾਂ ਉਹੀ ਆ ਦਿਖਾਉਂਦੇ ਆ ਵੀ ਹੁਣ ਜੋ ਜੋ ਖਾਣ ਵਾਲਾ ਚੀਜ਼ ਸਾਰਾ ਕੁਛ ਉਹ ਦਿਖਾਉਂਦੇ ਪਏ ਆ ਟੀਵੀ ਤੇ ਵੀ ਆਹ ਆਹ ਚੀਜ਼ਾਂ ਹੈਗੀਆਂ ਇੱਥੇ ਦਿਖਾਉਣ ਵਾਲੀਆਂ। ਟੀ ਵੀ ਲਾਤਾ ਆ, ਟੈਲੀਵਿਜ਼ਨ ਲਾਤਾ ਆ, ਨਹੀਂ ਕਿੱਦਾਂ ਹੱਡ ਹੀ ਆ, ਹੱਡ ਤਾਂ ਹੁਣੇ ਮਾੜੇ ਮੋਟੇ ਹੁਣ ਮੁਰਗੇ ਬੱਕਰੇ 'ਚ ਹੱਡ ਹੁੰਦੇ, ਉਹ ਆ ਗਈ ਸਪੈਸ਼ਲ ਚੀਜ਼। ਹਾਂ ਇੱਕ ਹੋਰ ਕੌਲੀ ਆ ਗਈ, ਲਓ ਜੀ ਲਓ ਬਹਾਦਰ ਜੀ ਹੋਰ ਆ ਗਏ ਬੱਕਰਾ। ਕਿੱਦਾਂ ਇਹ ਹੱਡੀਆਂ ਹੁੰਦੀਆਂ ਹੀ ਆ ਬੱਕਰੇ 'ਚ, ਹੱਡੀਆਂ ਹੁੰਦੀਆਂ ਹੀ ਆ, ਹੁਣੀਆਂ ਵੀ ਆ ਬੱਕਰੇ 'ਚ ਹੱਡੀਆਂ। ਹੋਰ ਇਹ ਪਲੇਟ 'ਚ ਰੱਖਣੇ, ਪਲੇਟ 'ਚ ਹੱਡੀਆਂ ਬਾਹਰ ਨਹੀਂ ਸੁੱਟਣੀਆਂ। ਅੱਛਾ ਇੱਧਰ ਟੈਲੀਵਿਜ਼ਨ ਵੀ ਦੇਖੀ ਜਾਂਦੇ ਆ ਬਹਾਦਰ ਜੀ, ਕਿਉਂਕਿ ਇੱਧਰ ਬਾਰਬੀਕਿਊ ਨੇਸ਼ਨ ਦੀਆਂ ਜਿਹੜੀਆਂ ਮਸ਼ਹੂਰੀਆਂ ਲੱਗੀਆਂ ਹੋਈਆਂ ਆ ਉਹ ਤੁਹਾਨੂੰ ਦਿਖਾ ਦਿੰਦੇ ਆ। ਆਹ ਇੱਧਰ ਜੋ ਜੋ ਇੱਥੇ ਬਣਦਾ ਆ ਉਹ ਚੀਜ਼ਾਂ ਦੇਖ ਕੇ, ਕਿਉਂਕਿ ਜਿਹੜਾ ਜੋ ਕੁਛ ਇੱਥੇ ਵਗੈਰਾ ਆ ਜਿਹੜਾ ਤੰਦੂਰ ਜਿਹਾ ਰੱਖ ਦਿੰਦੇ ਆ ਟੇਬਲ 'ਤੇ, ਉਹ ਬਹਾਦਰ ਜੀ ਇੱਧਰ ਦੇਖ ਰਹੇ ਆ ਅਤੇ ਨਾਲ ਦੀ ਨਾਲ ਇੱਧਰ ਆਪਣਾ ਇੰਜੋਏ ਕਰ ਰਹੇ ਆ ਖਾ ਰਹੇ। ਉਹ ਜੀ ਸਮਾਨ ਆਈ ਜਾਂਦਾ ਬਹਾਦਰ ਜੀ ਖਾਣ ਪੀਣ ਨੂੰ ਤੁਹਾਡਾ, ਇੱਧਰੋਂ ਟੈਲੀਵਿਜ਼ਨ ਦੇਖੀ ਜਾਂਦੇ ਆ ਬਹਾਦਰ ਜੀ। PB07WALE PB07 ਵਾਲੇ ਸਾਰੇ ਦੇਖ ਸਕਦੇ ਆ, ਦੇਖਦੇ ਪਏ ਆਪਣਾ ਬੰਦੇ, ਆਪਾਂ ਨੂੰ 100 ਦੇ ਕਰੀਬ ਬੰਦੇ ਆਪਾਂ ਨੂੰ ਦੇਖ ਰਹੇ ਆ, 94 ਬੰਦੇ ਇਸ ਟਾਈਮ ਤੁਹਾਨੂੰ। ਹੌਲੀ ਹੌਲੀ ਜਿੰਨੇ ਵੀਰ ਭਰਾ ਵੀਡੀਓ ਦੇਖਦੇ ਨੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ, ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਚੈਨਲ ਦਾ। ਹਾਂ ਪਤਾ ਲੱਗ ਗਿਆ, ਨੈਟ ਤੇ ਆਉਂਦੇ ਹੀ ਆ ਚੈਨਲ ਸਾਰੇ, ਨੈਟ ਤੇ ਆਉਂਦੇ ਹੀ ਆ, ਇੰਟਰਨੈਟ ਦੇ ਸਾਰੇ ਚੈਨਲ ਚੱਲਦੇ ਆ, ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵਿਆਹ ਚੈਨਲ। ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਚੱਲ ਰਿਹਾ ਹੈ, ਨਾਲੇ ਨਾਲ ਦੇਖੀ ਜਾਂਦੇ ਆ ਬੰਦੇ, ਬਟਰ ਨਾਨ ਗਿਣ ਵੀ ਰਹੇ ਆ ਵੀ ਕਿੰਨੇ ਬਹਾਦਰ ਜੀ ਖਾ ਰਹੇ ਆ, ਜਿੰਨੇ ਬੰਦੇ ਦੇਖਦੇ ਆ ਗਿਣਦੇ ਹੀ ਹੋਣੇ ਕਿੰਨੇ ਬਟਰ ਨਾਨ ਖਾ ਰਹੇ ਆ ਕਿੰਨੇ ਨਹੀਂ। ਸਵਾਦ ਕਿੱਦਾਂ ਦਾ? ਸਵਾਦ ਵਧੀਆ, ਇੱਧਰ ਨਾਨ ਫੜੇ ਹੋਏ ਆ ਹੱਥ 'ਚ ਬਹਾਦਰ ਜੀ ਦੇ।
ਕਿੰਨੇ ਕੋ ਹੋ ਰਹੇ ਉਹਦਾ ਧਿਆਨ ਉੱਧਰ ਹੀ ਜਾਈ ਜਾਂਦਾ ਕਿਹਦਾ ਗੰਦੇ ਕਰਾ ਦੇ ਕਿੱਦਾਂ ਬੰਦ ਕਰਾ ਦੇ ਬੰਦ ਕਰਾ ਉੱਧਰ ਦੇਖੋ ਨਾ ਤੁਸੀਂ ਐਨੂੰ ਦੇਖ ਕੇ ਖਾਈ ਜਾਓ ਉੱਧਰ ਨੂੰ ਦੇਖਣ ਦੀ ਲੋੜ ਹੀ ਨਹੀਂ बस होगी बस हड्डी हले होर ना लिया खा लेंगे है ना भी रोक रोक जो हाँ हाँ मैं क्लीन करवा देना हले मैं खाना यार ਨਾਲੇ ਕਹਿੰਦੇ ਧਿਆਨ ਨਹੀਂ ਮੈਂ ਦੇਖਣਾ ਇਧਰ ਬਾਦਰ ਜੀ ਤੁਸੀਂ ਟੀਵੀ ਵੀ ਦੇਖੀ ਜਾਂਦੇ ਹੁਣ ਬੰਦ ਕਰਾ ਦੋ ਮੈਂ ਇਹ ਬੰਦ ਕਰ ਦੋ ਅਭੀ ਚਲਾਇਆ ਥਾ ਵੀ ਬੰਦ ਕਰ ਦੋ ਲਓ ਜੀ ਹੁਣੇ ਬਾਦਰ ਜੀ ਦੀ ਫਰਮਾਇਸ਼ ਸੀਗੀ ਵੀ ਇਹਨੂੰ ਟੈਲੀਵਿਜ਼ਨ ਚਲਾਇਆ ਜਾਵੇ ਐਲ ਈ ਡੀ ਚਲਾਈ ਜਾਵੇ ਪਰ ਐਲ ਈ ਡੀ ਤੇ ਉਹੀ ਆ ਜਿਹੜਾ ਤੁਸੀਂ ਖਾਂਦੇ ਆ ਉਹ ਟੈਲੀਵਿਜ਼ਨ ਚ ਕੀ ਦੇਖਣਾ ਉਹ ਤਾਂ ਅਸਲ ਚ ਚੱਲੀ ਜਾਂਦਾ ਹੈ ਅੱਛਾ लो जी बेकरी आले ने भी थोड़ा कष्ट देना पै गया अज बहादुर जी का केक कटे कि बहादुर लिख दिता आप तुम बहादुर के नाम सारे जानते हैं ना रांझा रांझा तो मजिया चला मर गया नहीं, मैं रख्या अच्छा रांझा कहते सू सारे ये बहादुर कहने ना कहने रखे जी थोड़ा अच्छा अच्छा ठीक है हम जल्दी जल्दी खा लो फिर तुहाडा केक भी कटना है तदी कर लो सारी बस हो गई हुण हाँ बहना है हुण अच्छा जी बहादुर जी खड़े खड़े थक गए सी लै भी बैठ के हुण लापी है उठक बैठक हुण लापी इधर भाजी भी हसी जांदे है भी अज कौन आ गए ये इदां दे बंदे आने चाहिए यार भाजी है ना ये आने चाहिए है जरूरी है ना आपा तो कई रेस्टोरेंट खाते रहते हैं इदा के बंदे भी आने चाहिए है खाना चाहिए है जिंदगी दे रंग आ क्यों भाजी वो चीज़ करनी चाहिए जिहड़ा बंदा मान लो जिन्हें कभी आया नहीं है ना अपना भी ये भी इदा के गरीब बंदे तो घट ही होंगे बेचारा ये ज़्यादा रोटी खा लेंदा ज़्यादातर लंगर चो खाता रहा सैकल पर जाता हों है ना कहानी खत्म है अच्छा हम ओह केक कटना हम बहादुर जी ता आप कि अच्छा बकरे वाला चाहिए है मुर्गा अच्छा मुर्गा नहीं खाना अच्छा बकरे का स्वाद बकरा स्वाद लगता है ना मुर्गा नहीं लगता अच्छा अच्छा चीज चीज का फर्क है ना भाजी मटन लिया दो बॉल छोटा है कोई ना कोई एक एक करके ले लो बेस्ट है ये खाना पैना है नहीं उत्ते मीट लगा होया मीट आ सारा नबेड़ दो खा के कम नबेड़ दो हड्डियां रख दो
ਇੱਥੇ ਰੱਖਣ ਹੱਡੀਆਂ ਇੱਥੇ ਰੱਖ ਦਿਓ ਟੀਸ਼ਰਟ ਸਾਰੀਆਂ ਅੱਛਾ ਹੁਣ ਕੇਕ ਵੀ ਆਉਣ ਲੱਗਾ ਬਹਾਦਰ ਜੀ ਆਪਾਂ ਤੁਹਾਡਾ ਕੇਕ ਵੀ ਕੱਟੂਗੇ ਤੁਹਾਡੇ ਨਾਮ ਦਾ ਠੀਕ ਹੈ ਕੇਕ ਕੱਟ ਦੇਣਾ ਆਪਾਂ ਤੁਹਾਡੇ ਨਾਲ ਰਸ਼ ਪੈਣਾ ਸ਼ੁਰੂ ਹੋ ਗਿਆ ਇੱਧਰ ਹੌਲੀ ਹੌਲੀ ਤੁਹਾਨੂੰ ਕਿਹਾ ਸੀ ਨਾ ਆਪਾਂ ਜਲਦੀ ਜਾਣਾ ਉੱਥੇ ਭੀੜ ਪੈ ਜਾਂਦੀ ਜੇ ਭੀੜ ਪੈ ਗਈ ਬਹੁਤ ਜ਼ਿਆਦਾ ਰਸ਼ ਹੋ ਗਿਆ ਹੁਣ ਕੇਕ ਆਉਣ ਲੱਗਾ ਹੁਣ ਬੱਸ ਹੋ ਗਈ ਹੁਣ ਆਹ ਚਿਕਨ ਖਾ ਕੇ ਬੱਸ ਕਰਨੀ 50 ਕੁ ਹੋ ਗਏ ਹੁਣੇ ਮੇਰੇ ਹਿਸਾਬ ਨਾਲ ਬਟਰ ਨਾਨ ਚੱਲ 40-50 ਤਾਂ ਮੇਰੇ ਹਿਸਾਬ ਨਾਲ ਹੋ ਗਏ ਅੱਛਾ ਗਰਮ ਗਰਮ ਲੈ ਕੇ ਆਉਣ ਲੱਗੇ ਹਾਂ ਖਾ ਲਓ ਪਹਿਲਾਂ ਕੇਕ ਵੀ ਆ ਗਿਆ ਹੁਣ ਬਹਾਦਰ ਦੇ ਨਾਂ ਦਾ ਕੇਕ ਕੱਟਿਆ ਜਾਊਗਾ ਹੁਣ ਬਹਾਦਰ ਦੇ ਨਾਂ ਦਾ ਸਹੀ ਆ ਇਹ ਜਿੰਨੇ ਵੀਰ ਭਰਾ ਲੇਟ ਦੇਖ ਰਹੇ ਨੇ ਵੀਡੀਓ ਨੂੰ ਤੁਹਾਨੂੰ ਦੱਸ ਦਈਏ ਪੰਜਾਬ 'ਚ ਸਭ ਤੋਂ ਵੱਧ ਰੋਟੀਆਂ ਖਾਣ ਵਾਲਾ ਇਹ ਬਹਾਦਰ ਆ ਅੱਜ ਅਸੀਂ ਜਲੰਧਰ ਦੇ ਬਾਰਬੀਕਿਊ ਨੇਸ਼ਨ 'ਚ ਲੈ ਕੇ ਆਏ ਹਾਂ ਅੱਜ ਗਿਣਤੀ ਤਾਂ ਮਾਰੀ ਨਹੀਂ ਲਗਭਗ 40 ਦੇ ਕਰੀਬ ਬਟਰ ਨਾਨ ਇਹ ਖਾ ਗਿਆ ਹੋਣਾ ਮੇਰੇ ਹਿਸਾਬ ਨਾਲ ਹੁਣ ਅਤੇ ਬਟਰ ਨਾਨ ਵੈਸੇ ਤਾਂ ਕੱਟ ਕੇ ਦਿੰਦੇ ਆ ਬਹਾਦਰ ਨੇ ਇਹ ਕਿਹਾ ਸੀ ਵੀ ਮੈਨੂੰ ਸਾਬ 'ਤੇ ਬਟਰ ਨਾਨ ਦੇ ਦਿਓ ਤਾਂ ਮਟਨ ਦੇਖ ਸਕਦੇ ਹੋ ਤੁਸੀਂ ਬੱਕਰੇ ਦਾ ਮੀਟ ਵਾਰ ਵਾਰ ਔਡਰ ਕਰ ਰਹੇ ਨੇ ਬਹਾਦਰ ਜੀ ਤਾਂ ਹੁਣ ਬਹਾਦਰ ਜੀ ਦਾ ਆਪਾਂ ਕੇਕ ਕੱਟ ਕੇ ਦਿਖਾਵਾਂਗੇ ਤੁਹਾਨੂੰ ਹੈਪੀ ਬਰਥਡੇ ਹੋਣ ਲੱਗਾ ਤਾੜੀਆਂ ਮਾਰੋ ਤਾੜੀਆਂ ਅੱਜ ਮਿਊਜ਼ਿਕ ਮਾਰ ਦਿੱਤਾ ਲਾ ਦਿੱਤਾ ਉਹਨਾਂ ਨੇ ਹੈਪੀ ਬਰਥਡੇ ਟੂ ਯੂ ਬਹਾਦਰ ਜੀ ਦਾ ਕੇਕ ਆ ਰਿਹਾ ਇੱਧਰ ਭਾਜੀ ਆਪਣੇ ਆ ਗਏ ਬਹਾਦਰ ਜੀ ਦਾ ਕੇਕ ਆ ਰਿਹਾ ਆਰਡਰ ਦਿੱਤਾ ਹੈ ਬਹਾਦਰ ਜੀ ਦਾ ਬਹਾਦਰ ਜੀ ਹੁਣ ਬੱਸ ਹੋ ਗਈ ਚੁਕਾ ਦਈਏ ਆਹ ਕੀ ਲੈਣ ਗਿਆ ਪਹਿਲਾਂ ਆਹ ਖਾ ਕੇ ਨਿਬੇੜਨਾ ਪੈਣਾ ਉਹਨੇ ਕਿਹਾ ਉਹ ਬਿਨਾਂ ਹੱਡ ਤੋਂ ਬੱਕਰਾ ਨਹੀਂ ਆਉਣਾ ਹੁਣ ਹੱਡੀਆਂ ਵਾਲਾ ਬੱਕਰਾ ਆਉਣਾ ਹੈ ਛੋਟਾ ਜਿਹਾ ਲਿਆ ਤੂੰ ਬੋਲ ਦੇ ਵਿੱਚ ਹਾਂ ਆਉਣ ਲੱਗੇ 5 ਮਿੰਟ ਅੱਜ ਕਾ ਦਈਏ ਬੱਸ ਕਰੀਏ ਹੁਣ ਬੱਸ ਆ ਭਾਜੀ ਇਹ ਚੱਕ ਲਓ ਹਾਂ ਉਹ ਜੇ ਲੈ ਕੇ ਗਿਆ ਉਹਨੂੰ ਬੋਲਣ ਲੱਗ ਪੈਣਾ ਉਹਨਾਂ ਨੇ ਖਾਣਾ ਹੀ ਪੈਣਾ ਚੱਲ ਖਾ ਲਾ ਯਾਰ 4 ਤਾਂ ਪੀਸ ਆ ਬਹਾਦਰ ਜੀ ਨਿਬੇੜੋ ਕੰਮ ਉਹ ਖਾ ਲਾ 4 ਕੁ ਤਾਂ ਉਹ 4 ਕੁ ਤਾਂ ਪੀਸ ਆ ਖਾ ਕੇ ਕੰਮ ਨਿਬੇੜ ਚੱਲ ਬੱਸ ਵੀ ਹੁਣ ਬਹੁਤ ਆ ਹਨਾ ਹਾਂ ਆ ਲੈ ਜਾਓ ਬਸ ਲਾਸਟ ਲਿਆ ਦਿਓ ਇੱਕ ਬਸ ਹੋ ਗਈ ਬਸ ਬਸ ਆ ਨਾ ਉਸ ਤੋਂ ਬਾਅਦ ਲਾਸਟ ਆ ਸਾਰਾ ਆਹ ਚੱਕ ਲਿਓ ਭਾਜੀ ਬਸ ਠੀਕ ਹੈ ਲਾਸਟ ਰਹਿ ਗਿਆ ਹੁਣ ਨਹੀਂ ਹਾਂਜੀ ਤੁਸੀਂ ਕੁਛ ਕਹਿਣਾ ਚਾਹੋਗੇ ਭਾਜੀ ਬਹਾਦਰ ਨੇ ਤਾਂ 40-50 ਨਾਨ ਹੋ ਗਏ ਹੋਣੇ ਮੇਰੇ ਹਿਸਾਬ ਨਾਲ ਖਾ ਲਏ ਹਨਾ ਹੁਣ ਉੱਧਰ ਚੁਕਾਉਣ ਲੱਗੇ ਆ ਹੁਣ ਕੀ ਕਹੋਗੇ ਤੁਸੀਂ ਨਹੀਂ ਨਹੀਂ ਹਾਂ ਹਾਂ ਇਹ ਹੋ ਗਈ ਬਸ ਹੋ ਗਈ ਆ ਹੋਰ ਮਿੱਠਾ ਮੁੱਠਾ ਹੋਰ ਚੀਜ਼ਾਂ ਮਿੱਠਾ ਭਾਜੀ ਕੇਕ ਆਉਣ ਲੱਗਾ ਆ ਆਹ ਕੇਕ ਬਹਾਦਰ ਦਾ ਕੇਕ ਕਿਟਾ ਉਸ ਤੋਂ ਬਾਅਦ ਮਿੱਠਾ ਮੁੱਠਾ ਆਉਂਦਾ ਤਾਂ ਮਿੱਠਾ ਖਲਾਓ ਹਾਂ ਮਿੱਠਾ ਖਾਣਾ ਨਾ ਮਿੱਠੇ ਮੈਂ ਕਿਹਾ ਨਹੀਂ ਬਸ ਉਹ ਤਾਂ ਹੁਣ ਇਹੀ ਕਹਿੰਦਾ ਉਹ ਦੱਸ ਦੇ ਬੜਿਆ ਕੋਲ ਹੋ ਕੇ ਬਹਾਦਰ ਕੀ ਕਹਿੰਦੇ ਇਹੀ ਕਹਿੰਦੇ ਬਸ ਉਹ ਥੱਕ ਗਏ ਆ ਹੁਣ ਉਹ ਥੱਕ ਗਏ ਆ ਬਹਾਦਰ ਜੀ ਉਹਨਾਂ ਦੀ ਬਸ ਹੋ ਗਈ ਮੇਰੇ ਸਾਹਮਣੇ ਬੰਦਿਆਂ ਦੀ ਥਕਾਵਟ ਹੋ ਗਈ ਆ ਉਹ ਤੰਦੂਰ ਵਾਲਾ ਬੰਦਾ ਥੱਕ ਗਿਆ ਹੈ ਗਰਮੀ 'ਚ ਉਹਨੂੰ ਚੱਕਰ ਆਉਣ ਲੱਗ ਉਹਨੂੰ ਚੱਕਰ ਆਉਣ ਲੱਗ ਪਿਆ ਲਿਮਕਾ ਪੜਾਇਆ ਬੰਦਿਆਂ ਨੇ ਉਹ ਡਿੱਗ ਗਿਆ ਅੰਦਰ ਜੀ ਤੰਦੂਰ ਵਾਲਾ ਬੰਦਾ ਹੈ ਇੱਕ ਬੰਦਾ ਦੱਸ ਕੇ ਗਿਆ ਵੀ ਉਹ ਰੋਟੀਆਂ ਲਾ ਲਾ ਕੇ ਥੱਕ ਗਿਆ ਆਇਆ ਤਾਂ ਪਰ ਬਹਾਦਰ ਨਹੀਂ ਥੱਕਿਆ ਥੱਕਿਆ ਨਹੀਂ ਬਹਾਦਰ ਜੀ ਦੇਖ ਲਓ ਜੀ ਹੁਣ ਇੱਧਰ ਡਿਜ਼ਰਟ ਆਊਗਾ ਇੱਧਰ ਆਪਾਂ ਕੇਕ ਕੱਟਾਂਗੇ ਬਹਾਦਰ ਜੀ ਦਾ ਅਤੇ ਕੇਕ ਹੁਣ ਕਿੰਨਾ ਚਿਰ ਹੋ ਗਿਆ ਕੇਕ ਕੱਟੇ ਨੂੰ
ਹੁਣ ਬਹਾਦਰ ਜੀ ਦਾ ਕੇਕ ਵੀ ਕੱਟਿਆ ਜਾਊਗਾ ਬਹਾਦਰ ਜੀ ਦੇ ਨਾਂ ਦਾ ਠੀਕ ਹੈ ਬਹਾਦਰ ਜੀ ਬਹਾਦਰ ਲਿਖਾ ਬਹਾਦਰ ਨੇ ਦੱਸਿਆ ਨਾ ਕਹਿੰਦਾ ਮੈਨੂੰ ਰਾਂਝਾ ਵੀ ਕਹਿੰਦੇ ਸੀਗੇ ਸਾਰੇ ਰਾਂਝਾ ਕਹਿੰਦੇ ਆ ਨਾ ਹੁਣ ਕੇਕ ਹੋਣ ਲੱਗਾ ਆ ਬਹਾਦਰ ਜੀ ਸੀ ਏ ਵਾਈ ਜੀ ਸਫਾਈ ਆਪ ਹੀ ਕਰੀ ਜਾਂਦੇ ਆ ਦੇਖ ਲਓ ਹਨਾ ਉਹਨਾਂ ਦੀ ਟੈਨਸ਼ਨ ਘਟਾਈ ਹੋਈ ਆ ਬਹਾਦਰ ਜੀ ਨੂੰ ਹੁਣ ਅਸੀਂ ਵਾਰ ਵਾਰ ਕਿਹਾ ਕਈ ਵਾਰ ਵੀ ਕਿਹਾ ਵੀ ਬਹਾਦਰ ਜੀ ਕੋਈ ਗੱਲ ਨੀ ਉਹਨਾਂ ਨੇ ਸਫਾਈ ਕਰ ਲੈਣੀ ਆ ਪਰ ਬਹਾਦਰ ਜੀ ਆਪਣਾ ਟੇਬਲ ਆਪ ਹੀ ਸਾਫ਼ ਕਰੀ ਜਾਂਦੇ ਆ ਹੁਣ ਕੇਕ ਆਉਣ ਲੱਗਾ ਭਾਜੀ ਕੇਕ ਨੂੰ ਕਿੰਨਾ ਟਾਈਮ ਲੱਗਣਾ ਬਹਾਦਰ ਲਿਖਾ ਲਿਆ ਉੱਪਰ ਲਓ ਜੀ ਹੁਣ ਕੇਕ ਆਉਣ ਲੱਗਾ ਆ ਬਹਾਦਰ ਜੀ ਦੇ ਨਾਂ ਦਾ ਤੇ ਕੇਕ ਹੁਣ ਕੱਟਿਆ ਜਾਊਗਾ ਬਹਾਦਰ ਜੀ ਦੇ ਨਾਂ ਦਾ ਟੇਬਲ ਭਾਦਰ ਜੀ ਆਪ ਹੀ ਸਾਫ ਕਰਨ ਲੱਗੇ ਹੋਏ ਆ ਹੁਣ ਲੱਗਾ ਆ ਕੇਕ ਕੇਕ ਦੇਖਦੇ ਆ ਉੱਤੇ ਬਹਾਦਰ ਦਾ ਸਪੈਸ਼ਲ ਗਿਆ ਵੀ ਉੱਤੇ ਬਹਾਦਰ ਜੀ ਦਾ ਨਾਂ ਲਿਖ ਕੇ ਲਿਆਇਓ ਕੇਕ ਕੇਕ 'ਤੇ ਕੇਕ ਆਉਣ ਲੱਗਾ ਹੁਣ ਦੇਖਣ ਵਾਲਾ ਵੀ ਕਹੂਗਾ ਸਫਾਈ ਵੀ ਹੈਗੀ ਆ ਜਿੰਨੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਸ਼ੇਅਰ ਕਰ ਦਿਓ ਜੀ ਸਮਾਈਲ ਦੇਖੋ ਬਹਾਦਰ ਜੀ ਉਹਦਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ ਖਾ ਕੇ ਇੱਥੋਂ ਦਾ ਇਹਨਾਂ ਦੀ ਸਰਵਿਸ ਕਿੱਦਾਂ ਕਿੱਦਾਂ ਦਾ ਲੱਗਦਾ ਹੁਣ ਇੱਥੇ ਆ ਕੇ ਤੁਹਾਨੂੰ ਸਾਫ ਤੇ ਮੰਗਾ ਦਿੰਦੇ ਕੋਈ ਨਾ ਅੱਜ ਬਹਾਦਰ ਨਹੀਂ ਥੱਕਿਆ ਜੀ ਪਰ ਬਾਰਬੀਕਿਊ ਨੇਸ਼ਨ ਨਾਲੇ ਥੱਕ ਗਏ ਆ ਹੁਣ ਬਹਾਦਰ ਦੇ ਨਾਂ ਦਾ ਲੱਗੇ ਆ ਕੇਕ ਕੱਟਣ ਇਹ ਚੁਕਾ ਦਿੰਦੇ ਕੋਈ ਗੱਲ ਨੀ ਪਲੇਟਾਂ ਸਾਰੀਆਂ ਚੁਕਾ ਦਿੰਦੇ ਆ ਵਿੱਚ ਕੋਈ ਗੱਲ ਨੀ ਉਧਰੋਂ ਕੇਕ ਹੋਣ ਲੱਗਾ ਇੱਧਰ ਆਹ ਬਾਈ ਵਿਚਾਰਾ ਯਾਰ ਇਹਦੇ ਗੇੜੇ ਵੱਜੀ ਜਾਂਦੇ ਅੱਜ ਜਿੰਨਾ ਬੱਕਰਾ ਸੀਗਾ ਇਹਨਾਂ ਦਾ ਜੋੜਿਆ ਹੋਇਆ ਉਹ ਸਾਰਾ ਅੱਜ ਮੁਕਾ ਦਿੱਤਾ ਮੇਰੇ ਹਿਸਾਬ ਨਾਲ ਕੱਲ ਨੂੰ ਬੱਕਰਾ ਸੋਲਡ ਆਊਟ ਹੋ ਜਾਣਾ ਹੈ ਚੱਕ ਦੇ ਭਾਜੀ ਵੇਸਟ ਹੀ ਆਦਾ ਹਾਂਜੀ ਹਾਂਜੀ ਭਾਜੀ ਅਤੇ ਅੱਜ ਬਹਾਦਰ ਹੁਣ ਉਹ ਬਾਰਬੀਕਿਊ ਨੇਸ਼ਨ ਵਾਲੇ ਥੱਕ ਗਏ ਆ ਵਿਚਾਰੇ ਦੇਖਦੇ ਆ ਕਿੱਥੇ ਬੈਠ ਗਏ ਤਾਂ ਬਹਾਦਰ ਨਹੀਂ ਹਲੇ ਥੱਕਿਆ ਜੀ ਅੱਜ ਇਹ ਪੰਜਾਬ 'ਚ ਸਭ ਤੋਂ ਵੱਧ ਫੂਡ ਖਾਣ ਵਾਲਾ ਬੰਦਾ ਹੈ ਜੀ ਵੱਧ ਰੋਟੀਆਂ ਖਾਣ ਵਾਲਾ 70 ਦੇ ਕਰੀਬ ਜਿਹੜੀਆਂ ਇਹ ਰੋਟੀਆਂ ਖਾ ਜਾਂਦਾ ਪਹਿਲਾਂ ਤੁਸੀਂ ਵੀਡੀਓ ਦੇਖੀਆਂ ਹੋਗੀਆਂ ਬਹਾਦਰ ਦੀਆਂ ਅੱਜ ਬਾਰਬੀਕਿਊ ਨੇਸ਼ਨ ਵਾਲੇ ਥੱਕ ਗਏ ਆ ਇੱਧਰ ਬੱਕਰਾ ਲਿਆ ਲਿਆ ਕੇ ਮੇਰੇ ਹਿਸਾਬ ਨਾਲ ਇਹਨਾਂ ਨੇ ਬੱਕਰਾ ਮਕਾ ਅੱਜ ਬਹਾਦਰ ਜੀ ਬੱਕਰਾ ਮਕਾ ਕੇ ਜਾਣਾ ਇਹਨਾਂ ਦਾ ਹੈ ਕਿਆ ਕਹਿ ਸਕਦੇ ਅੱਛਾ ਆਓ ਜੀ ਐਨ ਤਸੱਲੀ ਕਰਕੇ ਬਹਾਦਰ ਜੀ ਅੱਜ ਉੱਠਣਗੇ ਤਾਂ ਹੁਣ ਬਹਾਦਰ ਜੀ ਦੇ ਨਾਂ ਦਾ ਕੇਕ ਦਾ ਹੈ ਨਾ ਉਹਦਾ ਔਡਰ ਵੀ ਦਿੱਤਾ ਹੋਇਆ ਹੈ ਥੋੜ੍ਹੇ ਟਾਈਮ 'ਚ ਬਹਾਦਰ ਜੀ ਦੇ ਨਾਂ ਦਾ ਕੇਕ ਆ ਜਾਣਾ ਆ ਇਸ ਬਹਾਦਰ ਦੇ ਨਾਂ ਦਾ ਅਸੀਂ ਕੇਕ ਅੱਜ ਜ਼ਰੂਰ ਕੱਟਾਂਗੇ ਇੰਨੀ ਕੁ ਫੈਸਟੀਵਲ ਦਾ ਬੰਦਾ ਦੇਖਿਆ ਕਦੇ ਹੈ ਨਹੀਂ ਦੇਖਿਆ ਇਹ ਭਾਜੀ ਆਪਣੇ ਅੱਜ ਹੈ ਨਾ ਸਰਵਿਸ ਕਰ ਰਹੇ ਨੇ ਨੇਚਰ ਬਹੁਤ ਵਧੀਆ ਯਾਰ ਬਹੁਤ ਵਧੀਆ ਤੁਹਾਡਾ ਠੀਕ ਹੈ
चलो ਵਧੀਆ ਭਾਜੀ ਜੀ ਤੁਹਾਡੀ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਸਾਨੂੰ ਹੈ ਨਾ ਤੁਸੀਂ ਹਰ ਕਿਸੇ ਨੂੰ ਬਰਾਬਰਤਾ ਨਾਲ ਦੇਖਦੇ ਆ ਬਹੁਤ ਵਧੀਆ ਮਹਿਸੂਸ ਹੁੰਦਾ ਆ ਸਾਡੇ ਤੋਂ ਵੀ ਹੈ ਨਾ ਸਲੂਟ ਆ ਤੁਹਾਨੂੰ ਤੁਸੀਂ ਮਿਹਨਤ ਕਰਦੇ ਆ ਨਾ ਹਰੇਕ ਪਿੰਡ ਦੇ ਵਿੱਚ ਜੇਕਰ ਆਪਾਂ ਮਿਹਨਤ ਕਰਾਂਗੇ ਤੁਸੀਂ ਪ੍ਰਮੋਟ ਹੋਗੇ ਹੈ ਨਾ ਹੌਲੀ ਹੌਲੀ ਹੈ ਨਾ ਆਪਾਂ ਇਹੀ ਕੁਝ ਸਿੱਖਣ ਨੂੰ ਮਿਲਦਾ ਆ ਕਿੰਨੇ ਸਾਡੇ ਵੀ ਪੰਜਾਬੀ ਭਰਾ ਆ ਬਾਹਰ ਜਾ ਕੇ ਇੱਦਾਂ ਦੇ ਕੰਮ ਕਰਦੇ ਆ ਹੈ ਨਾ ਇੱਧਰ ਬਹਾਦਰ ਭਾਜੀ ਹੈ ਨਾ ਲਗਾਤਾਰ ਖਾਈ ਜਾਂਦੇ ਆ ਆ ਬਾਈ ਹੁਣਾਂ ਨੇ ਵਿਚਾਰਿਆਂ ਦੇ ਬਹੁਤ ਜ਼ਿਆਦਾ ਗੇੜੇ ਵੀ ਮਰਵਾ ਤੇ ਬਹਾਦਰ ਨੇ ਪਰ ਇਹ ਇਹਨਾਂ ਨੇ ਹੈ ਨਾ ਜਿਹੜਾ ਇੱਕ ਵਾਰ ਵੀ ਗੁੱਸਾ ਨਹੀਂ ਮਹਿਸੂਸ ਕੀਤਾ ਕਿਉਂਕਿ ਇਹਨਾਂ ਨੂੰ ਸਿਖਾਇਆ ਜਾਂਦਾ ਆ ਵੀ ਹਰ ਕਿਸੇ ਦੀ ਹਰ ਕਿਸੇ ਨੂੰ ਸਰਵਿਸ ਦੇਣੀ ਆ ਅਤੇ ਜਿਹੜਾ ਹੁਣ ਥੋੜ੍ਹੇ ਟਾਈਮ 'ਚ ਬਹਾਦਰ ਦਾ ਜਿਹੜਾ ਹੈ ਨਾ ਉਹ ਵੀ ਆ ਰਿਹਾ ਕੇਕ ਵੀ ਆ ਰਿਹਾ ਆ ਉਹ ਵੀ ਆਪਾਂ ਦੇਖਦੇ ਹਾਂ ਨਾ ਵੀ ਕਿਵੇਂ ਇਹ ਨਾ ਇੱਕ ਤੁਹਾਨੂੰ ਖਾਸ ਗੱਲ ਹੋਰ ਦੱਸ ਦਈਏ ਜੇਕਰ ਕਿਸੇ ਦਾ ਬਰਥਡੇ ਹੁੰਦਾ ਹੈ ਨਾ ਇੱਥੇ ਇਹਨਾਂ ਦੀ ਸਾਰੀ ਟੀਮ ਆਲੇ ਦੁਆਲੇ ਆ ਜਾਂਦੀ ਹੈ ਹੈਪੀ ਬਰਥਡੇ ਮਤਲਬ ਉਹਨਾਂ ਨੂੰ ਵਿਸ਼ ਕਰਦੇ ਆ ਇਹ ਇਹਨਾਂ ਦੀ ਬਹੁਤ ਵੱਡੀ ਖਾਸੀਅਤ ਆ ਜਿਹੜੀ ਬਾਰਬੀਕਿਊ ਨੇਸ਼ਨ ਵਾਲਿਆਂ ਦੀ ਤਾਂ ਬਰਥਡੇ ਵਿਸ਼ ਕਰਦੇ ਆ ਹੈ ਨਾ ਜਿੱਦਾਂ ਹੁਣ ਅੱਜ ਚਲੋ ਬਸ ਬਹਾਦਰ ਜੀ ਅੱਛਾ ਚਲੋ ਠੀਕ ਹੈ ਜੀ ਬਸ ਹੋ ਗਈ ਉਹਨਾਂ ਦੀ ਹੁਣ ਕੇਕ ਲੈ ਕੇ ਹੁਣ ਲੱਗੇ ਅਤੇ ਆਹ ਬਹਾਦਰ ਜੀ ਨੇ ਛੱਡ ਦਿੱਤਾ ਅੱਜ ਪੂਰੀ ਤਸੱਲੀ ਹੋ ਗਈ ਆ ਹੁਣ ਕੇਕ ਲੈਣ ਚੱਲੇ ਆ ਉਹ ਅਤੇ ਥੋੜ੍ਹੇ ਟਾਈਮ ਦੇ ਵਿੱਚ ਬਹਾਦਰ ਜੀ ਦਾ ਆਪਾਂ ਕੇਕ ਵੀ ਕੱਟਾਂਗੇ ਹੈ ਨਾ ਫਿਲਹਾਲ ਜੇਕਰ ਕਿਸੇ ਦਾ ਬਰਥਡੇ ਵੀ ਨਹੀਂ ਵੀ ਹੁੰਦਾ ਫਿਰ ਵੀ ਹੈ ਨਾ ਆਪਾਂ ਬਹਾਦਰ ਜੀ ਦਾ ਸੈਲੀਬ੍ਰੇਟ ਕਰਦੇ ਹਾਂ ਕੇਕ ਹੋਣ ਲੱਗਾ ਬਹਾਦਰ ਜੀ ਤੁਹਾਡਾ ਕੇਕ ਅੱਛਾ ਨਾਨ ਵੀ ਆ ਜਾਂਦਾ ਭਾਜੀ ਕੇਕ ਲੈ ਆਉਂਦੇ ਯਾਰ ਕੇਕ ਹੈ ਨਾ ਬੈਟਰੀ ਘੱਟ ਗਈ ਨਾ 17% ਕੇਕ ਰੈਡੀ ਹੁੰਦਾ ਪਿਆ ਆ ਅੰਦਰ ਜਿਹੜਾ ਬੇਕਰੀ ਵਾਲਾ ਭਾਜੀ ਆ ਉਹ ਕੇਕ ਤਿਆਰ ਕਰਦਾ ਪਿਆ ਆ ਹਾਂਜੀ ਅੱਛਾ ਆ ਰਿਹਾ ਠੀਕ ਆ ਭਾਜੀ ਬਹੁਤ ਬਹੁਤ ਧੰਨਵਾਦ ਇਹ ਭਾਜੀ ਹੁਣ ਇਹ ਜਿਹੜੇ ਹੈ ਨਾ ਆਪਣੇ ਭਾਜੀ ਹੁਣੇ ਸਰਵਿਸ ਦਿੰਦੇ ਉਹ ਕਹਿੰਦੇ ਕੇਕ ਆ ਰਿਹਾ ਥੋੜ੍ਹੇ ਟਾਈਮ ਤੱਕ ਹੀ ਆ ਰਿਹਾ ਆ ਅਤੇ ਇੱਧਰ ਬਹਾਦਰ ਜੀ ਹੁਣੇ ਸਫਾਈ ਵੀ ਆਪ ਹੀ ਕਰੀ ਜਾਂਦੇ ਆ ਫੱਕਰ ਇੰਨਾ ਬੰਦਾ ਵਿਚਾਰਾ ਆਪਣਾ ਟੇਬਲ ਆਪ ਹੀ ਸਾਫ਼ ਕਰੀ ਜਾਂਦਾ ਅਸੀਂ ਕਈ ਵਾਰ ਕਹਿ ਸਾਡੇ ਵੀ ਬਹਾਦਰ ਜੀ ਰਹਿਣ ਤੋਂ ਕੋਈ ਗੱਲ ਕੋਈ ਗੱਲ ਨਹੀਂ ਉਹਨਾਂ ਨੇ ਸਾਫ਼ ਕਰ ਲੈਣਾ ਜਿਹੜਾ ਇਹ ਟੇਬਲ ਆ ਟਿਸ਼ੂ ਦਾ ਮਾਂ ਜੀ ਆਹ ਖੋਲੋ ਇਹਨੂੰ ਬੋਲਾ ਇਹ ਵੱਡਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਬੰਦੇ ਉੱਧਰ ਕਿਚਨ 'ਚੋਂ ਵੀ ਨਿਕਲ ਕੇ ਦੇਖਦੇ ਵੀ ਅੱਜ ਕਿਹੜਾ ਬੰਦਾ ਆਇਆ ਆ ਜਿਹੜਾ ਇੰਨੇ ਬਟਰ ਨਾਨ ਖਾਈ ਜਾਂਦਾ ਜਾਂ ਇੰਨੀਆਂ ਰੋਟੀਆਂ ਖਾਈ ਜਾਂਦਾ ਆ ਸਰੀਰ ਕਹਿਰਾ ਜਿਹਾ ਸਰੀਰ ਬਹੁਤ ਛੋਟਾ ਆ ਪਰ ਕਪੈਸਿਟੀ ਬਹੁਤ ਜ਼ਿਆਦਾ ਹੈ ਖਾਣ ਦੀ ਲਓ ਜੀ ਬਹਾਦਰ ਜੀ ਆਉਣ ਲੱਗਾ ਤੁਹਾਡਾ ਕੇਕ ਤੁਹਾਡੇ ਨਾਂ ਦਾ ਕੇਕ ਕੱਟਿਆ ਜਾਊਗਾ ਹੁਣ ਕੇਕ ਤੇ ਬਹਾਦਰ ਲਿਖਾ ਦਈਏ ਫਿਰ ਉਹਦਾ ਕਹਿ ਤਾਂ ਦਿੱਤਾ ਬਹਾਦਰ ਹੀ ਲਿਖਾਉਣਾ ਹੈ ਜੀ ਅੱਛਾ ਬਹਾਦਰ ਹੀ ਲਿਖਾ ਦੇਣਾ ਹੁਣ ਕੇਕ ਤੇ ਬਹਾਦਰ ਜੀ ਆ ਵੀ ਹੱਥ ਸਾਫ਼ ਕਰੀ ਜਾਂਦੇ ਆ ਹੁਣ ਉਧਰੋਂ ਕੇਕ ਹੋਣ ਲੱਗਾ ਹੈ ਲੈ ਆਓ ਯਾਰ ਜਿੱਦਾਂ ਦਾ ਵੀ ਇਹ ਕੇਕ ਲੈ ਆਓ ਹੈ ਨਾ ਬਹਾਦਰ ਜੀ ਆਉਣ ਲੱਗਾ ਹੈ ਕੇਕ ਆਹੋ ਬਸ ਬੈਟਰੀ ਵੀ ਡੈਡ ਹੋਣ ਵਾਲੀ ਹੈ ਨਾ ਤਸੱਲੀ ਹੋ ਗਈ ਹੈ ਹਲੇ ਹੋਰ ਥੋੜ੍ਹੀ ਕਮੀ ਰਹਿ ਗਈ ਹੈ ਕਿੱਦਾਂ ਅੱਛਾ ਨਾਨ ਮੰਗਾ ਦਿੰਦੇ ਕੋਈ ਨਾ ਪਹਿਲਾਂ ਕੇਕ ਹੋਣਾ ਆ ਨਾਨ ਬਾਅਦ ਚ
ਸੁੱਕੇ ਖਾਣੇ ਆ, ਸੁੱਕੇ ਨਾਨ ਖਾ ਕੇ ਮਗਰ ਪਾਣੀ ਪੀਣਾ। ਰੋਟੀ ਵੀ ਉੱਥੋਂ ਪੰਗਿਆ ਖਿਲਾ ਦੂੰਗੇ। ਥੋੜੇ ਜਿਹੇ ਦੋ ਨਾਨ ਲਿਆ ਦੇ, ਸੁੱਕਾ ਦੋ ਨਾਨ ਕੋਈ ਗੱਲ ਨਹੀਂ। ਇਧਰ ਟੇਬਲ ਸਾਫ ਸਾਫ ਕਰ ਕਰਕੇ ਬਹਾਦਰ ਜੀ ਨੇ ਇਧਰ ਆਹ ਦੇਖ ਲਓ ਜੀ ਹਾਲ ਕੀ ਕੀਤਾ ਆ। ਤੁਹਾਡੀ ਨੀ ਆ ਰਹੀ ਇਹਦੀ ਭਾਜੀ ਗੱਲਾਂ? ਨਾ ਨਾ ਇਹਨਾਂ ਦਾ ਹੀ ਇਹਦਾ ਹੀ ਆ ਗੱਲਾਂ। ਲਓ ਜੀ ਹੁਣ ਥੋੜ੍ਹੀ ਦੇਰ ਤੱਕ ਬਹਾਦਰ ਦਾ ਕੇਕ ਆ ਰਿਹਾ, ਤੁਹਾਨੂੰ ਕੇਕ ਵੀ ਦਿਖਾਵਾਂਗੇ ਵੀ ਬਹਾਦਰ ਦੇ ਨਾਂ ਦਾ ਜਿਹੜਾ ਕੇਕ ਕੱਟਿਆ ਜਾ ਰਿਹਾ ਹੈ ਥੋੜ੍ਹੇ ਟਾਈਮ ਦੇ ਵਿੱਚ। ਨਾ ਨਾ ਇਹਨਾਂ ਦੀ ਹੈ ਭਾਜੀ, ਤੁਹਾਡਾ ਨਹੀਂ ਹੈਗਾ, ਉਹ ਇਕੱਲੀ ਉਹਦੀ ਹੈ, ਕੋਈ ਗੱਲ ਨਹੀਂ ਭਾਜੀ। ਬਹਾਦਰ ਖੁਸ਼ ਹੋ ਗਿਆ ਅੱਜ, ਹੁਣ ਕੇਕ ਹੋਣ ਲੱਗਾ ਥੋੜ੍ਹੀ ਟਾਈਮ ਤੱਕ। ਆਹੋ ਠੀਕ ਹੈ, ਚੱਲ ਕੋਈ ਗੱਲ ਨਹੀਂ, ਉਹਨਾਂ ਦਾ ਆਪਣਾ ਮੰਨਣਾ ਹੈ, ਦਿਲ ਗਏ ਆ, ਕੋਈ ਚੱਕਰ ਨਹੀਂ। ਹਾਂ ਨਹੀਂ ਕੋਈ ਗੱਲ ਕਿੱਦਾਂ, ਬਹਾਦਰ ਨੂੰ ਤਾਂ ਪੂਰਾ ਪੰਜਾਬ ਦੇਖਦਾ ਆਉਣਾ ਹੈ ਨਾ, ਖੁਸ਼ ਹੋ ਗਿਆ ਆਉਣਾ ਬਹਾਦਰ ਨੂੰ ਸਾਰੇ, ਹੈ ਨਾ। ਬਸ 10 ਮਿੰਟ ਯਾਰ, ਕੇਕ ਡਿਲੇ ਕਰੀ ਜਾਂਦਾ, ਕੇਕ ਕੱਟ ਕੇ ਬੰਦ ਕਰ ਦਿੰਦਾ ਸਾਰਾ। ਕੇਕ ਆਇਆ ਸੀ, ਕੇਕ ਆਇਆ ਮੈਨੂੰ ਨਾ ਲਿਆ, ਕੋਈ ਗੱਲ ਕੇਕ ਮੰਗਾ ਦਿਓ ਭਾਈ। ਲਓ ਜੀ ਇੱਕ ਬਟਰ ਨਾਨ ਹੋਰ ਆ ਗਿਆ, ਹੁਣ ਦੇਖਦੇ ਹਾਂ ਬਟਰ ਨਾਨ ਕਿਹੜਾ ਵਿਦਆਊਟ ਬਟਰ ਆ ਹੁਣ। ਹਾਂ ਸੁਆਦ ਹੋ ਗਈ ਹੈ ਬਹਾਦਰ ਦੀ, ਫੜਾਇਆ ਜਾਊਗਾ ਬਹਾਦਰ ਨੂੰ ਹੁਣ ਥੋੜ੍ਹੇ ਟਾਈਮ ਤੱਕ। ਬਹਾਦਰ ਦੇ ਨਾਂ ਦਾ ਆ ਜਾਣਾ ਕੇਕ, ਦੇਖਦੇ ਹਾਂ ਬਹਾਦਰ ਦਾ। ਸੁਆਦ ਕਰ ਲਈ ਹੁਣ ਬਹਾਦਰ, ਕਹਿੰਦਾ ਵੀ ਮੈਂ ਜਿਹੜਾ ਬਟਰ ਨਾ ਜਿਹੜਾ ਨਾਨ ਹੈ ਇੱਕ ਸੁੱਕਾ ਖਾਣਾ ਆ, ਬਿਨਾਂ ਕਿਸੇ ਗ੍ਰੇਵੀ ਤੋਂ ਜਾਂ ਕਿਸੇ ਹੋਰ ਚੀਜ਼ ਦੇ ਨਾਲ। ਬਹਾਦਰ ਦੀ ਤਸੱਲੀ ਹੋ ਗਈ ਆ ਜੀ ਹੁਣ। ਭਾਜੀ ਕੇਕ ਲੈ ਆਉਂਦੇ ਯਾਰ, ਕੇਕ ਜਲਦੀ ਲੈ ਆਓ, ਥੋੜਾ ਕਿੰਨਾ ਟਾਈਮ ਲੱਗ ਜਾਣਾ। Thank you.
ਭਾਜੀ ਕੇਕ ਲੈ ਆਓ ਬਸ ਯਾਰ ਲਾਸਟ ਤੇ ਨਾ ਕੇਕ ਹੀ ਰਹਿ ਗਿਆ ਹੋਰ ਕੁਛ ਨਹੀਂ ਪਹਿਲਾਂ ਕੇਕ ਹੀ ਕਰ ਦੂੰ ਠੀਕ ਜਿਹਾ ਹੀ ਆ ਠੰਡਾ ਆ ਉਹਦਾ ਆ ਗਿਆ ਕੇਕ ਬਸ ਕੇਕ ਆ ਗਿਆ ਜੀ ਬਹਾਦਰ ਦੇ ਨਾਂ ਦਾ ਹਾਂ ਨਿਕਾਲ ਦੂ ਮੈਂ ਹਲੇ ਖਾਣਾ ਹੈ ਕੋਈ ਗੱਲ ਨਹੀਂ ਚੱਲ ਬਾਅਦ 'ਚ ਮੈਂ ਔਡਰ ਕਰ ਦਿੰਦਾ ਇਹ ਤਾਂ ਠੰਡੇ ਹੋ ਗਏ ਮਤਲਬ ਤਸੱਲੀ ਕਿੰਨੀ ਕੁ ਹੋਈ ਹੁਣ ਹਲੇ ਪੂਰੀ ਨੀ ਹਲੇ ਗੱਲਬਾਤ ਜੈਸ ਨੀ ਹੋਈ ਸਾਰੇ ਦੌੜ ਗਏ ਉਹਨਾਂ ਨੂੰ ਪਤਾ ਹੈ ਵੀ ਇੱਥੇ ਲਾਗਤ ਬਹੁਤ ਜ਼ਿਆਦਾ ਆ ਹੈ ਥੱਕ ਗਏ ਉਹ ਕੇਕ ਲੱਗਦਾ ਬੇਕਰੀ ਤੋਂ ਹੈ ਬੇਕਰੀ ਤੋਂ ਲੈਣ ਚਲੇ ਗਏ ਲੱਗਦੇ ਬੰਦੇ ਕੇਕ ਨਾ ਨਾ ਉਹ ਤਾਂ ਬਹੁਤ ਦੂਰ ਹੈ ਆਹੋ ਤਾਂ ਚੱਕਰ ਹੀ ਨਹੀਂ ਹੁਣ ਥੋੜ੍ਹੇ ਟਾਈਮ ਤੱਕ ਜੀ ਬਹਾਦਰ ਦੇ ਨਾਂ ਦਾ ਆ ਰਿਹਾ ਹੈ ਕੇਕ ਅਤੇ ਬਹਾਦਰ ਦੇ ਨਾਂ ਦਾ ਕੇਕ ਕੱਟਿਆ ਜਾਊਗਾ ਅਤੇ ਜੇ ਕਿਸੇ ਨੇ ਲਾਈਵ ਬਾਅਦ 'ਚ ਗੱਲਬਾਤ ਕਰਨੀ ਆਪਾਂ ਕਾਰ ਦੇ ਵਿੱਚ ਬਹਿ ਕੇ ਲਾਈਵ ਜ਼ਰੂਰ ਹੋਵਾਂਗੇ ਗੱਲਬਾਤ ਕਰਾਂਗੇ ਬਹਾਦਰ ਦੇ ਨਾਲ ਉਹ ਬਹਾਦਰ ਦਾ ਆ ਗਿਆ ਜੀ ਕੇਕ ਉਹ ਭਾਅ ਜੀ ਕੇਕ ਲੈ ਕੇ ਆ ਗਏ ਆ ਬਹਾਦਰ ਦੇ ਨਾਂ ਦਾ ਹੁਣ ਕੇਕ ਕੱਟਿਆ ਜਾਊਗਾ ਬਹਾਦਰ ਦੇ ਨਾਂ ਦਾ ਨਹੀਂ ਆਹ ਲਿਖਤਾ ਲਿਖਿਆ ਆ ਗਿਆ ਅਤੇ ਬਹਾਦਰ ਬੀ ਏ ਐੱਚ ਏ ਡੀ ਏ ਆਰ ਬਹਾਦਰ ਦੇ ਨਾਂ ਦਾ ਹੁਣ ਕੇਕ ਬਹਾਦਰ ਜੀ ਚਲੋ ਹੁਣ ਆਹ ਬਾਰਬੀਕਿਊ ਨੇਸ਼ਨ ਦਾ ਇੱਥੇ ਲੋਗੋ ਲੱਗਾ ਹੋਇਆ ਆਹ ਇੱਧਰ ਬਹਾਦਰ ਜੀ ਦਾ ਕੇਕ ਆ ਇਹ ਹੁਣ ਕੱਟਿਆ ਜਾਊਗਾ ਭਾਂਡੇ ਸਾਈਡ ਤੇ ਰੱਖ ਦਿਓ ਕੋਈ ਗੱਲ ਨਹੀਂ ਉਹਨਾਂ ਨੇ ਆਪ ਹੀ ਚੱਕ ਲੈਣਾ ਹਾਂ ਲਓ ਜੀ ਮੋਮਬੱਤੀ ਵੀ ਲਾ ਦਿੱਤੀ ਉਹਨਾਂ ਨੇ ਕੈਂਡਲ ਵੀ ਲਾ ਦਿੱਤੀ ਬਹਾਦਰ ਦੇ ਨਾਂ ਦੀ ਕੋਈ ਨਾ ਉਹਨਾਂ ਨੇ ਚੱਕ ਲੈਣੀ ਸਾਈਡ ਤੇ ਕਰ ਦਿਓ ਭਾਈ ਸਾਈਡ ਤੇ ਰੱਖ ਦਿਓ ਸਾਈਡ ਤੇ ਇੱਧਰ ਥੱਲੇ ਸਾਊਂਡ ਲੱਗੇ ਉਹ ਸਾਊਂਡ ਭਾਵੇਂ ਰਹਿੰਦੇ ਓਦਾਂ ਭਾਈ ਓਦਾਂ ਹੀ ਹੈਪੀ ਬਰਥਡੇ ਨਹੀਂ ਉਹਦਾ ਕਾਪੀਰਾਈਟ ਦਾ ਫੇਸਬੁੱਕ ਤੇ ਵੀ ਆ ਜਾਣਾ ਯਾਰ ਨਹੀਂ ਰਹਿਣ ਦਿਓ ਭਾਜੀ ਸਾਊਂਡ ਰਹਿਣ ਦਿਓ ਗਾਣੇ ਹੋਰ ਕਿਸੇ ਬਹਾਦਰ ਦਾ ਕੇਕ ਕੱਟਣ ਲੱਗੇ ਆ ਕੇਕ ਹੁਣ ਹੋ ਗਿਆ ਸ਼ੁਰੂ ਜੀ ਕੇਕ ਕੱਟਣ ਲੱਗੇ ਬੰਦੇ ਬਹਾਦਰ ਦੇ ਨਾਂ ਦਾ ਬਸ ਅੱਗੇ
ਇੱਧਰ ਆ ਸਾਰੇ ਭਾਜੀ ਹੁਣੇ ਐਨ ਪ੍ਰੋਪਰ ਜਿਹੜਾ ਹੈ ਨਾ ਦੇਖਿਓ ਤੁਸੀਂ ਇਹਨਾਂ ਦਾ ਇਹਨਾਂ ਨੇ ਹੁਣ ਤਾੜੀਆਂ ਮਾਰ ਕੇ ਇੱਕ ਹੈ ਨਾ ਸੈਲੀਬ੍ਰੇਟ ਕਰਨਾ ਹੈ ਨਾ ਬਹਾਦਰ ਦੇ ਨਾਂ ਤੇ ਹਾਂਜੀ ਹਾਂਜੀ ਲੈ ਲੈ ਬਾਹਰ ਬਾਹਰ ਦਾ ਫੂਕ ਫੂਕ ਮਾਰ ਦੇ ਆ ਕੱਟ ਦੇ ਆ ਕਰ ਦੇਣਾ ਖੜ ਕੇ ਕਰ ਲਾ ਬਹਿ ਕੇ ਮਾਰ ਲਾ ਤੇਰੀ ਮਰਜ਼ੀ ਆ ਮਾਰ ਦੇ ਉਹ ਬੰਦਿਆਂ ਨੇ ਕੰਮ ਤੇ ਲੱਗਣਾ ਉਹਨਾਂ ਨੇ ਕੰਮ ਨਹੀਂ ਕਰਨਾ कर दे जितों कटना थैंक यू भाजी बहुत बहुत शुक्रिया थोड़ा भी लो जी हम बहादुर का कक् कट हो गया केक इधरों गब्बे कट दिता है बहादुर जी जिन्हें भरा वीडियो बने रहे तह दिलो धन्यवाद थोड़ी देर तक कार्य धन्यवाद जी बहुत बहुत शुक्रिया।